जाचके बोलना सतनाम आप कारोबार संकोच दे हुए गुरु दरबार च पहुंचे हो। संगत च आउण दा बहुत बड़ा महात्म होया करदा है। गुरु ग्रंथ साहिब जी दे अंदर संगत नूं परमेश्वर नूं मिलण दा मुख द्वार दस्सिया। बहुत महिमा संगत दी गाई गई है। ਇਹ ਵੀ ਫਰਮਾਇਆ ਕਿ ਜੇ ਭਾਗ ਨਾ ਹੋਣ ਤਾਂ ਸਤਸੰਗ 'ਚ ਨਹੀਂ ਆ ਸਕਿਆ ਕਰਨਾ। ਸੋ ਆਦਮੀ ਦਾ ਮੁੱਖ ਜੋ ਕਾਰਜ ਹੈ ਸੰਸਾਰ ਵਿੱਚ ਆ ਕੇ ਉਹ ਪ੍ਰਭੂ ਦੀ ਪ੍ਰਾਪਤੀ ਕਰਕੇ ਜੋ ਜਨਮਾਂ ਜਨਮਾਂਤਰਾਂ ਕਰੋੜਾਂ ਅਰਬਾਂ ਖਰਬਾਂ ਸਾਲ ਤੋਂ ਦੁੱਖ ਚਿੰਬੜੇ ਹੋਏ ਨੇ ਇਸ ਤੋਂ ਮੁਕਤੀ ਹਾਸਲ ਕਰਨਾ ਹੈ, ਪ੍ਰਭੂ ਦੇ ਦਰਸ਼ਨ ਕਰਨਾ ਹੈ, ਪ੍ਰਭੂ ਦਾ ਮਿਲਾਪ ਹੈ। ਪ੍ਰਭੂ ਨਾਲੋਂ ਭੁੱਲ ਕੇ ਇਹ ਜੀਵ ਆਤਮਾ ਬਹੁਤ ਦੁੱਖ ਮਹਿਸੂਸ ਕਰਦੀ ਹੈ ਅਤੇ ਜਨਮਾਂ ਜਨਮਾਂਤਰਾਂ 'ਚ 84 ਲੱਖ ਜੂਨਾਂ 'ਚ ਘੁੰਮਦੀ ਹੋਈ ਬਹੁਤ ਮੁਸ਼ਕਲ ਦੇ ਨਾਲ ਇਸ ਮਨੁੱਖ ਦੇ ਵਿੱਚ ਪ੍ਰਵੇਸ਼ ਕਰਿਆ ਕਰਦੀ ਹੈ। ਲੇਕਿਨ ਅਗਿਆਨੀ ਪੁਰਸ਼ ਵਿਸ਼ੇ ਵਿਕਾਰਾਂ ਦੇ ਵਿੱਚ ਫਸ ਕੇ, ਮਾਇਆ ਦੇ ਜਾਲ ਵਿੱਚ ਫਸ ਕੇ ਇਹ ਨਹੀਂ ਜਾਣਦਾ ਕਿ ਮੈਨੂੰ ਕਿੰਨਾ ਕੀਮਤੀ ਸਰੀਰ ਪ੍ਰਾਪਤ ਹੋਇਆ ਅਤੇ ਹਰ ਵਾਰੀ ਜਦੋਂ ਵੀ ਇਸ ਦੀ ਵਾਰੀ ਆਈ ਉਸੇ ਵੇਲੇ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਤੋਂ ਜਿਉਂ ਜੁਗਤ ਬਿਹਾਨੇ ਕਈ ਜਨਮ। ਇੱਕ ਵਾਰੀ ਨਹੀਂ ਵਾਰੀ ਆਈ, ਬਹੁਤ ਵਾਰੀ ਵਾਰੀ ਆਈ ਹੈ ਅਤੇ ਜਦੋਂ ਵੀ ਵਾਰੀ ਆਉਂਦੀ ਹੈ ਉਸ ਵੇਲੇ ਅਸੀਂ ਗਲਤ ਗੱਲਾਂ 'ਚ ਪੈ ਜਾਂਦੇ ਹਾਂ ਅਤੇ ਸਮਝਾਏ ਹੋਏ ਵੀ ਨਹੀਂ ਸਮਝਦੇ, ਲਗਨ ਨਹੀਂ ਲੱਗਦੀ, ਕੋਈ ਸਮਝ ਨਹੀਂ ਆਉਂਦੀ ਬਈ ਕੀ ਜ਼ਰੂਰੀ ਹੈ ਵਾਹਿਗੁਰੂ ਨੂੰ ਮਿਲਣਾ। ਰੋਜ਼ ਪਾਠ ਕਰਦਾ, ਗੁਰੂ ਗ੍ਰੰਥ ਸਾਹਿਬ ਦੇ ਵੀ ਪਾਠ ਕਰਦੇ ਨੇ, ਹੋਰ ਅਨੇਕਾਂ ਧਰਮ ਪੁਸਤਕਾਂ, ਗੀਤਾ, ਕੁਰਾਨ ਸ਼ਰੀਫ ਆ, ਸਭ ਦੇ ਵਿੱਚ ਇੱਕੋ ਹੀ ਗੱਲ ਲਿਖੀ ਹੋਈ ਹੈ ਕਿ ਇਹ ਜੋ ਮਾਨਸ ਜਨਮ ਹੈ ਇਹ ਬੜੇ ਹੀ ਸੰਯੋਗਾਂ ਦੇ ਨਾਲ ਪ੍ਰਾਪਤ ਹੋਇਆ ਅਤੇ ਇਹਦੇ ਪ੍ਰਾਪਤ ਕਰਨ ਦਾ ਜੋ ਪਰਮ ਮਨੋਰਥ ਹੈ, ਭਈ ਪ੍ਰਾਪਤ ਮਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਣੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ। ਬਾਕੀ ਜਿਹੜੇ ਕੰਮਾਂ 'ਚ ਤੂੰ ਕਿਹਾ ਹੋਇਆ ਕਰੀ ਜਾ, ਜੀ ਭਰ ਕੇ ਕਰੀ ਜਾ, ਨਾ ਸੁਣ ਕਿਸੇ ਦੀ ਗੱਲ। ਲੇਕਿਨ ਅਖੀਰ ਫਰਸਟ੍ਰੇਸ਼ਨ ਆਏਗੀ, ਪਛਤਾਵਾ ਆਏਗਾ, ਮੈਂ ਐਵੇਂ ਹੀ ਜਨਮ ਬਰਬਾਦ ਕਰ ਦਿੱਤਾ। ਕੋਈ ਕੋਈ ਸੁਭਾਗੀ ਪੁਰਸ਼ ਹੈ, ਸੁਭਾਗੀ ਆਤਮਾ ਹੈ ਜਿਸਦੇ ਮਨ ਵਿੱਚ ਇਹ ਖਿਆਲ ਪੈਦਾ ਹੋ ਜਾਂਦਾ ਹੈ ਕਿ ਵਾਹਿਗੁਰੂ ਹੈ ਇਸ ਸੰਸਾਰ ਨੂੰ ਬਣਾਉਣ ਵਾਲਾ ਅਤੇ ਉਹਦੇ ਉੱਤੇ ਨਿਸ਼ਚਾ ਆ ਜਾਣਾ, ਉਹਦੇ ਨਾਲ ਪਿਆਰ ਲੱਗ ਜਾਣਾ ਅਤੇ ਹਿਰਦੇ ਦੇ ਅੰਦਰ ਤੜਪ ਪੈਦਾ ਹੋ ਜਾਣਾ। ਤੜਪ ਪੈਦਾ ਹੋ ਕੇ ਉਸਨੂੰ ਮਿਲਣ ਦਾ ਹਰ ਯਤਨ ਕਰਨਾ। ਲੇਕਿਨ ਜਦ ਤੱਕ ਕੋਈ ਪੂਰਾ ਮੁਰਸ਼ਿਦ ਨਹੀਂ ਮਿਲਦਾ, ਗੁਰੂ ਨਹੀਂ ਮਿਲਦਾ ਪੂਰਾ, ਉਹਦੇ ਉੱਤੇ ਵਿਸ਼ਵਾਸ ਨਹੀਂ ਆਉਂਦਾ, ਉਨੀ ਦੇਰ ਤੱਕ ਇਹ ਕੰਮ ਬਹੁਤ ਹੀ ਮੁਸ਼ਕਲ ਹੈ। ਕਿਸੇ ਤਰੀਕੇ ਦੇ ਨਾਲ ਪਰਮੇਸ਼ੁਰ ਮਿਲਿਆ ਹੀ ਨਹੀਂ ਕਰਦਾ, ਕਿਉਂਕਿ ਗੁਰਬਾਣੀ 'ਚ ਐਸਾ ਫਰਮਾਨ ਹੈ ਕਿ ਵਾਹਿਗੁਰੂ ਜੀ ਨੇ ਇਸ ਘਰ ਨੂੰ ਤਾਲਾ ਲਾ ਦਿੱਤਾ, ਦੋ ਦਰਵਾਜ਼ੇ ਲਾ ਦਿੱਤੇ ਜਿਸ ਨੂੰ ਵਜਰ ਕਪਾਟ ਆਖਦੇ ਨੇ। ਆਸ ਅੰਦੇਸ਼ਾ ਦੋਏ ਪੱਟ ਜੜੇ, ਆਸਾ ਜਿਸਨੂੰ ਬਾਸ਼ਨਾਵਾਂ ਆਖਦੇ ਨੇ ਅਤੇ ਅੰਦੇਸ਼ਾ ਜਿਸਨੂੰ ਡਰ ਆਖਦੇ ਨੇ ਕਿ ਆਹ ਗੱਲ ਨਾ ਹੋ ਜਾਵੇ, ਕਿਤੇ ਆਹ ਗੱਲ ਨਾ ਹੋ ਜਾਵੇ, ਜੇ ਮੈਂ ਇਹ ਨਾ ਕਰਿਆ ਤਾਂ ਐਂ ਹੋ ਜੂਗਾ। ਇਹ ਦੋ ਦਰਵਾਜ਼ੇ ਲੱਗ ਗਏ, ਪਰਮੇਸ਼ੁਰ ਨੂੰ ਮਿਲ ਨਹੀਂ ਸਕਦਾ ਅੱਜ। ਲੇਕਿਨ ਉਹ ਦਿਆਲੂ ਨੇ ਆਪਣੇ ਇਸ ਦਰਵਾਜ਼ਿਆਂ ਦੀ ਚਾਬੀ ਫੜਾ ਦਿੱਤੀ ਗੁਰੂ ਨੂੰ, ਸਤਿਗੁਰੂ ਨੂੰ, ਪੂਰੇ ਸਤਿਗੁਰੂ ਨੂੰ। ਅਤੇ ਜਦੋਂ ਜੀਵ ਪਰਮੇਸ਼ੁਰ ਅੱਗੇ ਅਰਦਾਸ ਕਰਦਾ ਹੈ ਕਿ ਹੇ ਪ੍ਰਭੂ ਮੈਨੂੰ ਕੋਈ ਤਰੀਕਾ ਦੱਸ ਕਿਸ ਤਰ੍ਹਾਂ ਮੈਂ ਮਿਲਾਂ ਤੈਨੂੰ, ਕੋਈ ਹੈ ਤਰੀਕਾ ਅਤੇ ਮੈਨੂੰ ਪੂਰਾ ਗੁਰੂ ਮਿਲਾ ਦੇ। ਜਾਂ ਵਾਰ ਵਾਰ ਅਰਦਾਸ ਕਰਦਾ ਹੈ ਤਾਂ ਉਸਨੂੰ ਪੂਰੇ ਗੁਰੂ ਦੇ ਨਾਲ ਸੰਪਰਕ ਕਰਾ ਦਿੰਦਾ। ਜੀਵ ਦੇ ਆਪਣੇ ਵੱਸ ਵਿੱਚ ਨਹੀਂ ਹੈ ਪੂਰਾ ਗੁਰੂ ਟੋਲ ਲੈਣਾ, ਇਹ ਕੋਈ ਪਿਛਲੇ ਪੁੰਨ ਕਰਮਾਂ ਦਾ ਫਲ ਹੋਇਆ ਕਰਦਾ, ਜਿਹੜੇ ਲੰਘ ਚੁੱਕੀ ਕੱਲ ਉਹਦੇ ਰਿਜ਼ਲਟ ਕਰਕੇ ਇਸ ਨੂੰ ਪ੍ਰਭੂ ਕਿਰਪਾ ਕਰਕੇ ਪੂਰੇ ਸਤਿਗੁਰੂ ਨੂੰ ਮਿਲਾ ਦਿਆ ਕਰਦਾ ਹੈ। ਅਤੇ ਫਿਰ ਉਹ ਚਾਬੀ ਦੇ ਦਿੰਦਾ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋਂ ਪਾਈ, ਅਨਕ ਪਾਪ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਿਮਰੈ, ਮਤ ਕੋ ਪਰਮ ਪੂਲੈ ਸੰਸਾਰ, ਗੁਰ ਬਿਨ ਕੋਏ ਨਾ ਉਤਰਸ ਪਾਰ।
ਕੋਈ ਭਰਮ 'ਚ ਨਾ ਰਹਿ ਜਾਵੇ ਕਿ ਮੈਂ ਆਪਣੇ ਆਪ ਪ੍ਰਭੂ ਨੂੰ ਮਿਲ ਜਾਵਾਂਗਾ। ਲੇਕਿਨ ਗੁਰੂ ਤੋਂ ਬਗੈਰ, ਮਹਾਰਾਜ ਕਹਿੰਦੇ ਐਸਾ ਨਾ ਸਮਝੋ ਕਿ ਗੁਰੂ ਤੋਂ ਬਗੈਰ ਹੀ ਮੈਂ ਮਿਲ ਜਾਵਾਂਗਾ, ਮੇਲ ਨਹੀਂ ਹੋਣਾ। ਸਾਰੇ ਜਿੰਨੀਆਂ ਧਰਮ ਪੁਸਤਕਾਂ ਨੇ, ਚਾਹੇ ਚਾਰੇ ਵੇਦ ਨੇ, ਛੇ ਸ਼ਾਸਤਰ ਨੇ, 27 ਸਿਮਰਤੀਆਂ ਨੇ, ਕੁਰਾਨ ਸ਼ਰੀਫ ਹੈ, ਤੌਰੇਤ, ਅੰਜੀਲ, ਜੰਬੂਰ, ਬਾਈਬਲ, ਇਹ ਸਾਰੇ ਹੀ ਗੁਰਮੁਖ ਵੱਲ ਨੂੰ ਪ੍ਰੇਰਦੇ ਨੇ ਅਤੇ ਵਾਰ ਵਾਰ ਕਹਿੰਦੇ ਨੇ ਕਿ ਤੂੰ ਪੂਰਾ ਮੁਰਸ਼ਿਦ ਕੋਈ ਤੋੜ ਲੈ, ਉਹ ਤੋੜ ਕੇ ਉਸ ਤੋਂ ਉਪਦੇਸ਼ ਲੈ ਕੇ ਅਤੇ ਪਰਮੇਸ਼ਰ ਨੂੰ ਮਿਲਣ ਦਾ ਯਤਨ ਕਰ ਅਤੇ ਯੁਗਤੀ ਹਾਸਲ ਕਰ ਲੈ। ਸੋ ਇਸ ਕਰਕੇ ਮਹਾਰਾਜ ਬੜੇ ਸਪਸ਼ਟ ਸ਼ਬਦਾਂ 'ਚ ਕਹਿੰਦੇ ਨੇ ਕਿ ਮਤ ਕੋ ਪਰਮ ਭੂਲਾ ਹੈ ਸੰਸਾਰ, ਗੁਰਮਿਨ ਕੋਏ ਨਾ ਉਤਰ ਸੁਭਾਨ। ਅਤੇ ਸਾਰੇ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਵੀ ਇਸ ਤਰ੍ਹਾਂ ਦੇ ਨਾਲ ਪ੍ਰਮਾਣ ਕਰਦੇ ਨੇ, ਬਿਨਾਂ ਗੁਰਾਂ ਤੋਂ ਲਿਖੀਆਂ ਹੋਈਆਂ ਬੇਅੰਤ ਪੁਸਤਕਾਂ, ਸ਼ਾਸਤ ਸਿਮਰਤ ਸਭ ਸੋਧੇ,
ਸਭ ਏਕਾ ਬਾਤ ਪੁਕਾਰੀ, ਬਿਨ ਗੁਰ ਮੁਕਤ ਨਾ ਕਹੋ ਪਾਵੈ, ਮਨ ਦੇਖੋ ਕੋ ਕਰ ਵਿਚਾਰੀ। ਕਹਿੰਦੇ ਸਾਰਿਆਂ ਨੇ ਇੱਕੋ ਗੱਲ ਪੁਕਾਰ ਕੇ ਦੱਸੀ ਹੈ ਕਿ ਜਦ ਤੱਕ ਮੁਰਸ਼ਦੇ ਕਾਮਲ ਨਹੀਂ ਮਿਲਦਾ ਉਨੀ ਦੇਰ ਤੱਕ ਮੁਕਤੀ ਨਹੀਂ ਹੋ ਸਕਿਆ ਕਰਨੀ। ਉਹ ਐਸਾ ਹੈ ਕਿ ਇਸ ਜੀਵ ਦੇ ਅੰਦਰ ਕੁਝ ਐਸੀਆਂ ਚੀਜ਼ਾਂ ਨੇ ਜੋ ਗੁਰੂ ਦੀ ਕਿਰਪਾ ਦੇ ਬਗੈਰ ਦੂਰ ਨਹੀਂ ਹੋਇਆ ਕਰਦੇ, ਐਸੇ ਵਿਘਨ ਨੇ। ਸਾਰੀ ਉਮਰ ਲੱਗਿਆ ਰਹੇ, ਕਿੰਨਾ ਹੀ ਤਪ ਕਰ ਲਏ, ਕਿੰਨੇ ਹੀ ਜਪ ਕਰ ਲਏ, ਲੇਕਿਨ ਜੁਗਤੀ ਦੇ ਬਗੈਰ ਮੁਕਤੀ ਨਹੀਂ ਹੋਇਆ ਕਰਦੀ। ਪਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਵਰਮੇ ਨਾਲ ਦੇ ਵੇਦ ਵਿਆਸ ਹੈ ਕੋਈ। ਕਹਿੰਦੇ ਪਹਿਲਾਂ ਜਿਹੜੇ ਲੰਘ ਗਏ ਵਿਆਸ ਜੀ, ਸੁਖਦੇਵ ਜੀ, ਰਾਜਾ ਜਨਕ, ਵਸ਼ਿਸ਼ਟ ਜੀ ਅਤੇ ਹੋਰ ਅਨੇਕਾਂ ਮਹਾਂਪੁਰਖ, ਸਭ ਨੂੰ ਪੁੱਛ ਕੇ ਦੇਖ ਲਓ, ਅਤੇ ਜਦ ਤੱਕ ਮੁਰਸ਼ਦੇ ਕਾਮਲ ਨਹੀਂ ਮਿਲਦਾ ਉਨੀ ਦੇਰ ਤੱਕ ਭਾਵੇਂ ਕੁਝ ਵੀ ਕੀਤਾ ਜਾਵੇ ਪਰਮੇਸ਼ੁਰ ਦੇ ਦਰਸ਼ਨ ਨਹੀਂ ਹੋਇਆ ਕਰਦੇ। ਇੱਕ ਬੜੀ ਜ਼ਬਰਦਸਤ ਮਿਸਾਲ ਜਿਸਦੇ ਅੰਦਰ ਬਹੁਤ ਸਾਰੇ ਜ਼ੁਹਦ ਕੀਤੇ ਗਏ, ਤਪ ਕੀਤੇ ਗਏ, ਲੇਕਿਨ ਪਰਮੇਸ਼ੁਰ ਨਾ ਮਿਲਿਆ, ਉਹ ਬਾਬਾ ਫਰੀਦ ਜੀ ਦੀ ਹੈ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੋ ਕੇ ਸਤਿਗੁਰੂ ਦਾ ਦਰਜਾ ਪ੍ਰਾਪਤ ਕਰਕੇ ਸਾਰੇ ਆਪਾਂ ਸੀਸ ਨਿਵਾਉਂਦੇ। ਸੋ ਉਹ ਮਹਾਂਪੁਰਖ ਬਚਪਨ ਤੋਂ ਹੀ ਉਹਨਾਂ ਦਾ ਖਿਆਲ ਪਰਮੇਸ਼ੁਰ ਨੂੰ ਮਿਲਣ ਦਾ ਸੀ, ਕਿਉਂਕਿ ਉਹਨਾਂ ਦੀ ਜੋ ਮਾਂ ਸੀ ਮਰੀਅਮ, ਉਹ ਪਰਮੇਸ਼ੁਰ ਦੀ ਭਗਤੀ ਕਰਨ ਵਾਲੀ ਸੀ, ਬਹੁਤ ਹੀ ਸੱਚੇ ਸੁੱਚੇ ਪਾਤਸ਼ਾਹੀ ਜੀਵਨ ਵਾਲੀ ਸੀ। ਪੰਜ ਨਵਾਜ਼ਾਂ ਪੜ੍ਹਿਆ ਕਰਦੀ ਸੀ, ਕੁਰਾਨ ਸ਼ਰੀਫ ਦਾ ਪਾਠ ਕਰਿਆ ਕਰਦੀ ਸੀ, ਹੋਰ ਵੀ ਖੈਰਾਇਤ ਵਗੈਰਾ ਦਿੰਦੀ ਸੀ, ਚੰਗੇ ਘਰ ਨਾਲ ਸੰਬੰਧ ਰੱਖਦੀ ਸੀ। ਅਤੇ ਉਹਦੇ ਮਨ ਵਿੱਚ ਸੀ ਕਿ ਮੇਰਾ ਕੋਈ ਪੁੱਤਰ ਐਸਾ ਯਤਨ ਕਰੇ ਕਿ ਉਹ ਪਰਮੇਸ਼ੁਰ ਨੂੰ ਮਿਲ ਜਾਵੇ, ਜਿਸ ਦੇ ਨਾਲ ਸਾਡੀਆਂ ਸਾਰੀਆਂ ਕੁਲਾਂ ਦਾ ਉਧਾਰ ਹੋ ਜਾਵੇ। ਚੰਗੀਆਂ ਮਾਵਾਂ ਇਸ ਤਰ੍ਹਾਂ ਹੀ ਸੋਚਿਆ ਕਰਦੀਆਂ ਨੇ ਕਿ ਬੱਚੇ ਨੂੰ ਸ਼ੁਭ ਪਾਸੇ ਲਾਇਆ ਜਾਵੇ, ਗਲਤ ਪਾਸੇ ਨਾ ਲਾਇਆ ਜਾਵੇ, ਕਿਉਂਕਿ ਸਚੇਤ ਹੁੰਦੀਆਂ ਨੇ। ਸੋ ਉਸ ਮਾਤਾ ਨੇ ਇਹ ਵਿਚਾਰਦਾ ਸੀ ਬਾਬਾ ਫਰੀਦ, ਇਸ ਨੂੰ ਬਚਪਨ ਤੋਂ ਹੀ ਪਰਮੇਸ਼ੁਰ ਦੇ ਬਾਰੇ ਗੱਲਬਾਤ ਕਰਾਉਣੀ ਕਰਨ ਦੱਸਣੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਇਸਦੇ ਮਨ ਦੇ ਅੰਦਰ ਕੁਝ ਪਿਆਰ ਹੋ ਰਿਹਾ ਹੈ, ਸ਼ਰਧਾ ਆ ਜਾ। ਆਪਣੀ ਮਾਂ ਦੇ ਬਚਨਾਂ 'ਤੇ ਵੀ ਸ਼ਰਧਾ ਸੀ ਅਤੇ ਆਪਣੀ ਮਾਂ ਨੂੰ ਉਹ ਬਹੁਤ ਚੰਗਾ ਅਤੇ ਉੱਚਾ ਸਮਝਦਾ ਸੀ, ਕਿਉਂਕਿ ਐਸਾ ਇੱਕ ਕੌਤਕ ਉਸਨੇ ਦੇਖਿਆ ਸੀ। ਇੱਕ ਵਾਰੀ ਇਹ ਮਾਂ ਪੁੱਤ ਪਏ ਨੇ ਤਾਂ ਉਹਨਾਂ ਦੇ ਘਰ ਵਿੱਚ ਚੋਰ ਆ ਗਏ, ਬਾਬੇ ਫਰੀਦ ਜੀ ਨੂੰ ਜਾਗ ਆ ਗਈ 5 ਸਾਲ ਦੇ। ਹੌਲੀ ਹੌਲੀ ਮਾਤਾ ਨੂੰ ਹਿਲਾ ਕੇ ਧੀਮੀ ਆਵਾਜ਼ 'ਚ ਕਹਿਣ ਲੱਗੇ ਕਿ ਮਾਤਾ ਆਪਣੇ ਘਰ ਚੋਰ ਵੜਿਆ ਹੋਇਆ, ਚੀਜ਼ਾਂ ਚੱਕਦਾ। ਉਹ ਕਹਿੰਦੀ ਫਰੀਦ ਤੂੰ ਆਰਾਮ ਨਾਲ ਸੌਂ ਜਾ, ਕੋਈ ਨਹੀਂ ਆਪਣਾ ਚੱਕ ਸਕਦਾ ਸਮਾਨ। ਬਾਬਾ ਫਰੀਦ ਸੌਣਾ ਤਾਂ ਕੀ ਸੀ ਇਸ ਬੱਚੇ ਨੇ, ਦੇਖਦਾ ਰਿਹਾ ਅਤੇ ਦਿਨ ਚੜ੍ਹੇ ਆਇਆ। ਦਿਨ ਚੜ੍ਹੇ ਕੀ ਦੇਖਦੇ ਨੇ, ਉਹ ਚੋਰ ਗੰਢੜੀ ਤਾਂ ਬੰਨੀ ਹੋਈ ਹੈ ਲੇਕਿਨ ਬਾਹਰ ਨਹੀਂ ਨਿਕਲ ਸਕਿਆ, ਦੀਵਾਰ ਦੇ ਨਾਲ ਲੱਗਿਆ ਬੈਠਾ। ਤਾਂ ਉਹ ਚੋਰ ਮਿੰਨਤਾਂ ਕਰ ਰਿਹਾ, ਬੀਬੀ ਮੇਰੇ ਨੇਤਰ ਵਾਪਸ ਦੇ, ਮੇਰੇ ਨੇਤਰ ਵਾਪਸ ਦੇ, ਮੈਨੂੰ ਦਿਸਦਾ ਨਹੀਂ ਕੁਛ, ਮੈਂ ਕਿੱਧਰ ਜਾਵਾਂ, ਦੁਆ ਕਰ ਮੇਰੇ ਵਾਸਤੇ, ਮੈਂ ਭੁੱਲ ਕੇ ਆ ਗਿਆ ਅਤੇ ਅੱਜ ਤੋਂ ਮੈਂ ਚੋਰੀ ਛੱਡੀ, ਮੈਨੂੰ ਵੀ ਉਸ ਰੱਬ ਦੇ ਨਾਲ ਜੋੜ ਦੇ ਜਿਸ ਪਰਮੇਸ਼ੁਰ ਦੀ, ਜਿਸ ਅੱਲਾਹ ਤਾਲਾ ਦੀ ਤੇਰੇ 'ਤੇ ਮਿਹਰ ਹੈ। ਉਸਨੇ ਦੁਆ ਕੀਤੀ, ਚੋਰ ਦੀਆਂ ਅੱਖਾਂ ਖੁੱਲ੍ਹ ਗਈਆਂ, ਦੇਖਣ ਲੱਗ ਗਿਆ, ਚਰਨ ਫੜ ਲਏ ਉਸਨੇ, ਸਿਜਦਾ ਕੀਤਾ ਕਿ ਮਾਤਾ ਤੂੰ ਧੰਨ ਹੈ, ਮੇਰੇ ਔਗਣਾਂ ਨੂੰ ਨਹੀਂ ਤੈਂ ਦੇਖਿਆ ਅਤੇ ਆਪਣੇ ਦਿਆਲਤਾ ਦੇ ਸਵਾਲ ਨੂੰ ਤੈਂ ਦੇਖ ਕੇ ਮੇਰੇ ਉੱਤੇ ਕਿਰਪਾ ਕੀਤੀ ਹੈ ਅਤੇ ਮੇਰੀ ਨਜ਼ਰ ਵਾਪਸ ਹੋ ਗਈ। ਇਹ ਘਟਨਾ ਬਾਬੇ ਫਰੀਦ ਨੇ ਦੇਖ ਕੇ ਮਨ ਦੇ ਅੰਦਰ ਵਿਚਾਰੀ ਅਤੇ ਡੂੰਘਾ ਅਸਰ ਕਰੇ, ਮਾਂ ਦਾ ਇਹ ਹਰੇਕ ਗੱਲ ਮੰਨ ਲੈਂਦਾ ਸੀ। ਜਦੋਂ 5 ਸਾਲ ਦਾ ਸੀ ਉਸ ਵੇਲੇ ਸਾਰਾ ਕੁਰਾਨ ਸ਼ਰੀਫ ਉਸਦੇ ਜਵਾਨੀ ਯਾਦ ਹੋ ਗਿਆ, 5 ਨਮਾਜ਼ਾਂ ਪੜ੍ਹਿਆ ਕਰਦਾ ਸੀ, ਇਸ ਤਰ੍ਹਾਂ ਚੰਗਾ ਸ਼ੁਭ ਕਾਰਜ ਵੱਲ ਲਾਇਆ ਹੋਇਆ। ਅਤੇ ਇੱਕ ਦਿਨ ਮਾਤਾ ਕਹਿਣ ਲੱਗੀ ਕਿ ਫਰੀਦ ਤੂੰ 5 ਨਮਾਜ਼ਾਂ ਤਾਂ ਪੜ੍ਹਦਾ ਠੀਕ ਹੈ, ਆਪਣੇ ਧਰਮ ਦੇ ਅੰਦਰ ਪੜ੍ਹਨੀਆਂ ਜ਼ਰੂਰੀ ਨੇ। ਅਤੇ ਬਾਬਾ ਫਰੀਦ ਜੀ ਨੇ ਵੀ ਕਿਹਾ ਕਿ ਬੇਨਵਾਜਾ ਕੁੱਤਿਆ ਇਹ ਨਾ ਪਲੀ ਰਹੀ, ਕਬੂ ਚੱਲ ਨਾ ਆਇਆ 5 ਵਕਤ ਸੀ। ਨਮਾਜ਼ ਕੀ ਹੁੰਦੀ ਹੈ? ਦੁਆ ਹੋਇਆ ਕਰਦੀ ਹੈ ਅਰਬੀ ਜਵਾਨ ਦੇ ਅੰਦਰ, ਅਸੀਂ ਅਰਦਾਸ ਕਹਿੰਦੇ ਨੇ, ਅਸੀਂ ਅਰਦਾਸ ਆਪਣੇ ਆਪਣੀ ਜ਼ਬਾਨ 'ਚ ਕਰ ਲੈਂਦੇ ਹਾਂ, ਅੰਗਰੇਜ਼ ਜਿਹੜੇ ਹੈਗੇ ਈਸਾਈ ਉਹ ਆਪਣੀ ਜ਼ਬਾਨ 'ਚ ਕਰ ਲੈਂਦੇ ਨੇ, ਇਸਲਾਮ ਵਾਲੇ ਆਪਣੀ ਬੋਲੀ ਵਿੱਚ ਕਰ ਲੈਂਦੇ ਨੇ। ਸੋ ਇਹ ਉਸਨੇ ਕਿਹਾ ਵੀ ਇਹ ਤਾਂ ਠੀਕ ਹੈ,
ਪਰ ਤੂੰ ਪਰਮੇਸ਼ੁਰ ਨੂੰ ਯਾਦ ਕਰਿਆ ਕਰ, ਉਹ ਮਾਲਾ ਫਿਰਿਆ ਕਰ, ਉਸਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾ। ਸਿੱਧਾ ਬਾਲਕ ਸੀ, ਕਹਿਣ ਲੱਗੇ ਮਾਤਾ ਜੇ ਮੈਂ ਮਾਲਾ ਫੇਰੀ, ਤਸਵੀ ਫੇਰੀ ਤਾਂ ਮੈਨੂੰ ਪਰਮੇਸ਼ੁਰ ਕੀ ਦਿਆ ਕਰੇਗਾ। ਉਸ ਨੂੰ ਥੋੜ੍ਹੀ ਸ਼ੱਕਰ ਖਾਣ ਦੀ ਆਦਤ ਸੀ, ਇਸ ਕਰਕੇ ਫਰੀਦ ਸ਼ੱਕਰ ਗੰਜ ਉਸਨੂੰ ਆਖਿਆ ਜਾਂਦਾ। ਤਾਂ ਮਾਤਾ ਨੇ ਕਿਹਾ ਕਿ ਬੇਟਾ, ਖੁਦਾ ਅੱਲਾਹ ਤਾਲਾ ਰੋਜ਼ ਤੈਨੂੰ ਸ਼ੱਕਰ ਦਿਆ ਕਰੇ। ਸੋ ਮਾਤਾ ਨੇ ਆਸਣ ਵਿਛਾ ਦੇਣਾ ਅਤੇ ਹੇਠਾਂ ਇੱਕ ਪਾਸੇ ਪੁੜੀ ਰੱਖ ਦੇਣੀ ਸ਼ੱਕਰ ਦੀ, ਅਤੇ ਉਸਨੇ ਨਮਾਜ਼ ਪੜ੍ਹਨੀ, ਤਸਵੀ ਫੇਰਨੀ ਸ਼ੁਰੂ ਕਰ ਦੇਣੀ। ਤਸਵੀ ਫੇਰਦਾ ਸੀ ਭੋਲਾ ਵਾਲੇ, ਅਤੇ ਜਦੋਂ ਹੋ ਚੁੱਕਣਾ ਸਮਾਂ, ਉਸ ਵੇਲੇ ਉਸਨੇ ਕਹਿਣਾ ਕਿ ਫਰੀਦ ਦੇਖ ਤਾਂ ਸ਼ੱਕਰ ਮਿਲੀ? ਕਹਿੰਦਾ ਹਾਂ ਮਾਂ ਜੀ, ਇੱਧਰ ਮਿਲੀ। ਅਤੇ ਉਸ ਬੱਚੇ ਦੇ ਮਨ 'ਚ ਪੂਰੀ ਪ੍ਰਤੀਤ ਆ ਗਈ। ਜਿਹਦੇ ਮਨ ਵਿੱਚ ਪ੍ਰਤੀਤ ਆ ਜਾਵੇ, ਜਿਹਦਾ ਮਨ ਮੰਨ ਜਾਵੇ, ਉਹ ਰੂਹਾਨੀ ਰਸਤੇ 'ਤੇ ਤੁਰ ਸਕਿਆ ਕਰਦਾ। ਜਿਸਦਾ ਮਨ ਨਹੀਂ ਮੰਨਦਾ, ਕੁਛ ਮੰਨ ਗਿਆ ਕੁਛ ਨਹੀਂ ਮੰਨ ਗਿਆ, ਉਹ ਵਿੱਚ ਵਿਚਾਲੇ ਗੋਤੇ ਖਾਈ ਜਾਂਦਾ, ਨਾ ਉਧਰਦਾ ਨਾ ਉਧਰ। ਮਹਾਰਾਜ ਕਹਿੰਦੇ ਜਿਸ ਨੂੰ ਪ੍ਰਤੀਤ ਹੋਵੇ, ਜਿਸਕਾ ਗਾਵਿਆ ਥਾਂ ਪਵੇ, ਸੋ ਪਾਵੇ ਦਰਗਾਹ ਮਨ। ਜਿਹਦੇ ਚਿੱਤ 'ਚ ਪ੍ਰਤੀਤ ਹੈ, ਸ਼ਬਦ ਪੜ੍ਹਨੇ, ਕੀਰਤਨ ਕਰਨਾ, ਗਾਉਣਾ, ਉਹਦਾ ਤਾਂ ਥਾਂ ਪਿਆ ਕਰਦਾ। ਅਤੇ ਜਦੋਂ ਦਰਗਾਹ ਵਿੱਚ ਜਾਂਦਾ ਪ੍ਰਤੀਤ ਵਾਲਾ ਬੰਦਾ, ਉੱਥੇ ਮਾਣ ਪ੍ਰਾਪਤ ਹੋਇਆ ਕਰਦਾ। ਲੇਕਿਨ ਜੋ ਪ੍ਰਤੀਤ ਤਾਂ ਹੈ ਨਹੀਂ, ਜਿਹੜਾ ਕੁਛ ਪੜ੍ਹ ਰਿਹਾ ਉਹਦੇ ਉੱਤੇ ਵਿਸ਼ਵਾਸ ਨਹੀਂ ਹੈ, ਕੇਵਲ ਪੈਸੇ ਕਮਾਉਣ ਵਾਸਤੇ ਜਾਂ ਸ਼ੋਭਾ ਹਾਸਲ ਕਰਨ ਵਾਸਤੇ ਲੈਕਚਰ ਵੀ ਦੇ ਰਿਹਾ ਹੈ, ਕੀਰਤਨ ਵੀ ਕਰ ਰਿਹਾ ਹੈ, ਹੋਰ ਵੀ ਬਹੁਤ ਸਾਧਨ ਕਰ ਰਿਹਾ ਹੈ। ਮਹਾਰਾਜ ਕਹਿੰਦੇ ਉਹ ਭਾਈ ਲੇਖੇ 'ਚ ਨਹੀਂ ਪਿਆ ਕਰਦੇ, ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀਂ ਮੀਟਦੇ, ਉਹਨਾਂ ਉਤਰ ਜਾਏਗਾ ਝੂਠ ਕਮਾਨ, ਉਹ ਨਹੀਂ ਪਾਰ ਜਾਇਆ ਕਰਦੇ, ਰਸਤੇ 'ਚ ਰਹਿ ਜਾਇਆ ਕਰਦੇ, ਕਿਉਂਕਿ ਮਨ ਵਿਕਾਰਾਂ ਦੇ ਅਧੀਨ ਹੋ ਜਾਇਆ ਕਰਦੇ। ਸੋ ਐਸੀ ਮਾਤਾ ਜਿਸਨੇ ਆਪਣੇ ਪੁੱਤਰ ਨੂੰ ਪਰਮੇਸ਼ੁਰ ਵੱਲ ਲਾਤਾ, ਉਹ ਮਾਤਾ ਧੰਨ ਹੋਇਆ ਕਰਦੀ ਹੈ, ਕਿਉਂਕਿ ਉਹ ਪੁੱਤਰ 21 ਕੁਲਾਂ ਦਾ ਆਧਾਰ ਕਰਦਾ ਹੈ, 101 ਕੁਲ ਦਾ ਵੀ ਲਿਖਿਆ ਹੋਇਆ ਕਿ ਆਧਾਰ ਕਰਦਾ, ਅਤੇ ਉਹ ਮਾਤਾ ਪੂਜਣ ਯੋਗ ਹੋਇਆ ਕਰਦੀ ਹੈ, ਧੰਨ ਤਾਰੇ ਯੋਗ ਹੋਇਆ ਕਰਦੀ ਹੈ, ਜਿਸਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਹਨ। ਧੰਨ ਧੰਨ ਨੇ
ਦਰਵੇਸ਼ ਤਿੰਨ ਧਨ ਜਣੇ ਦੀ ਮਾਉ ਆਏ ਸਫਲ, ਤਿੰਨਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰੂ ਪਾਏ। ਉਹ ਕਰਦੇ ਕੀ ਨੇ, ਕੁੱਲ ਆਧਾਰੇ ਆਪਣਾ ਧਨ ਜਣੇ ਦੀ ਮਾਂ, ਜਿਹੜੇ ਕੁਲਾਂ ਦਾ ਆਧਾਰ ਕਰਦੇ ਹਨ ਉਹਦੀ ਮਾਂ ਤਾਂ ਧਨ ਹੈ। ਜਿਹੜੇ ਇਸਦੇ ਪਾਸੇ ਕੁਲਾਂ ਨੂੰ ਡੋਬਦੇ ਹਨ, ਮਹਾਰਾਜ ਕਹਿੰਦੇ ਉਹ ਗਲਤ ਹੈ ਪਾਣੀ। ਤੁਲਸੀਦਾਸ ਕਵੀ ਹੋਏ ਨੇ ਸਤਾਰਵੀਂ ਸਦੀ, ਆਪਨੇ ਵੀ ਫਰਮਾਨ ਕੀਤਾ, ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਾਨੀ ਬਾਂਝ ਰਹੋ ਕਾਹੇ ਗਵਾਰੇ ਨੂੰ, ਕੀ ਫਾਇਦਾ ਐਸਾ ਪੁੱਤਰ ਪੈਦਾ ਕਰਨ ਦਾ ਜਿਹੜਾ ਕੁਲਾਂ ਨੂੰ ਡੋਬ ਦੇਵੇ। ਮਦਰਾ ਦਹਿਤੀ ਸਤ ਕੁਲ, ਪੁੱਤਰ ਸ਼ਰਾਬ ਪੀਂਦਾ, ਸਤ ਕੁਲ ਦਾ ਕਹਿੰਦੇ ਨਾਸ਼ ਹੋ ਜਾਇਆ ਕਰ। ਭਾਂਗ ਰਹੇ ਤਨ ਇਹ ਭੰਗ ਪੀਣ ਲੱਗ ਗਿਆ, ਆਪਣੇ ਤਨ ਦਾ ਨੁਕਸਾਨ ਕਰ ਜਾਏਗਾ। ਜਗਤ ਜੂਠ ਸਤ ਕੁਲ ਰਹੇ, ਤਮਾਖੂ ਪੀਣ ਲੱਗ ਗਿਆ ਸੌ ਕੁਲ ਦਾ ਨਾਸ਼ ਕਰ ਦੇਗਾ। ਨਿੰਦਾ ਰਹੇ ਅਨੇਕ, ਨਿੰਦਾ ਕਰਨ ਵਾਲਾ ਪੁੱਤਰ ਪੈਦਾ ਹੋ ਗਿਆ, ਨਤੀਜਾ ਕੀ ਹੋਇਆ ਗਿਆ ਪਤਾ ਹੀ ਨਹੀਂ, ਕਿਸੇ ਦਾ ਕੁਲਾਂ ਦਾ ਨਾਸ਼ ਕਰ ਦੇ। ਤਨਕ ਤਮਾਕੂ ਸੇਵੀਏ ਦੇਵ ਪਿੱਤਰ ਤਾ ਜਾਏ, ਜਿਹੜੇ ਪਿੱਤਰ ਲੋਕ ਦੇ ਅੰਦਰ ਸ਼ੁਭ ਕਰਮਾਂ ਕਰਕੇ ਬਜ਼ੁਰਗ ਗਏ ਹੋਏ ਨੇ, ਉਹਨਾਂ ਨੂੰ ਜਦੋਂ ਪਤਾ ਲੱਗ ਜਾਂਦਾ ਹੈ ਕਿ ਸਾਡੀ ਕੁਲ ਦੇ ਅੰਦਰ ਕੋਈ ਐਸਾ ਪੈਦਾ ਹੋ ਗਿਆ ਕਿ ਤਮਾਕੂ ਦਾ ਸੇਵਨ ਕਰ ਰਿਹਾ, ਉਹਦੇ ਨਾਲੋਂ ਸੰਬੰਧ ਤੋੜ ਲਿਆ ਕਰਦੇ ਨੇ, ਜਿਵੇਂ ਆਪਾਂ ਬੇਦਾਵਾ ਦੇ ਦਿੰਦੇ ਨਹੀਂ। ਜਿਹੜੇ ਸ਼ੁਭ ਪਿੱਤਰ ਹੁੰਦੇ ਨੇ ਚੰਗੇ, ਉਹ ਇੱਥੇ ਆਪਣੀਆਂ ਕੁਲਾਂ ਦਾ ਫਾਇਦਾ ਕਰਦੇ ਨੇ, ਮਦਦ ਕਰਦੇ ਨੇ, ਗੈਬੀ ਮਦਦ ਪਜਾਇਆ ਕਰਦੇ ਨੇ। ਜਿਹਦਾ ਸੰਬੰਧ ਟੁੱਟ ਗਿਆ ਉਹ ਫਿਰ ਦੁੱਖ ਦੇ ਵਿੱਚ ਪੈ ਜਾਇਆ ਕਰਦਾ ਜੀ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਐਸੀ ਕੋਈ ਠੋਸ ਮਿਸਾਲ ਵੀ ਹੈ ਜਿਸ ਤੋਂ ਸਾਨੂੰ ਇਹ ਵਿਸ਼ਵਾਸ ਆ ਜਾਵੇ ਕਿ ਸਾਡਾ ਕੋਈ ਸੰਬੰਧ ਹੈ ਗਿਆ ਨਾਲ, ਜਿਹੜੇ ਚਲੇ ਗਏ ਕਿ ਟੁੱਟ ਗਿਆ ਸੰਬੰਧ ਤਾਂ ਸਾਡਾ ਹੈ ਸਾਧ ਸੰਗ, ਇਹ ਟੁੱਟਿਆ ਨਹੀਂ ਕਰਦਾ। ਪਰ ਇਹ ਹੈ ਵੀ ਉਹ ਸੰਬੰਧ ਪਤਾ ਨਹੀਂ ਲੱਗਦਾ ਬਾਅਦ ਵਿੱਚ ਆ ਕੇ ਬਈ ਉਹ ਚਲਿਆ ਕਿੱਥੇ ਗਿਆ, ਕਿ ਇਹ ਸਾਨੂੰ ਪਰਮੇਸ਼ਰ ਨੇ ਸੋਝੀ ਨਹੀਂ ਦਿੱਤੀ ਕਿ ਅਸੀਂ ਦੇਖ ਸਕੀਏ। ਪਰ ਜਿਹੜੇ ਸੋਝੀ ਵਾਲੇ ਚੰਗੇ ਜੀਵਨ ਵਾਲੇ ਪੁਰਸ਼ ਨੇ, ਉਹਨਾਂ ਦੇ ਬਾਰੇ ਇੱਕ ਮੈਂ ਮਿਸਾਲ ਦੱਸਦਾ ਕਿ ਇੰਗਲੈਂਡ ਦੇ ਅੰਦਰ ਇੱਕ ਅੰਗਰੇਜ਼, ਉਸਨੇ ਆਪਣੀ ਹੱਡਬੀਤੀ ਲਿਖੀ ਕਿ ਮੇਰੇ ਪਿਤਾ ਅਮਿਤ ਦੀ ਚੜ੍ਹਾਈ ਕਰ ਗਏ, ਕਾਫੀ ਦਿਨਾਂ ਤੋਂ ਬਾਅਦ ਮੈਨੂੰ ਸੁਪਨੇ 'ਚ ਮਿਲੇ, ਕਹਿਣ ਲੱਗੇ ਬੇਟਾ ਮੈਂ ਤੇਰੇ ਵਾਸਤੇ ਬੜੀ ਜਾਇਦਾਦ ਛੱਡ ਕੇ ਗਿਆ, ਦਸਾਂ ਨਾਵਾਂ ਦੀ ਕਮਾਈ, ਹੱਡ ਭੰਨਵੀਂ ਮਿਹਨਤ ਦੇ ਨਾਲ ਪੈਦਾ ਕੀਤਾ ਹੋਇਆ ਧਨ, ਕੋਠੀਆਂ, ਹੋਰ ਜਾਇਦਾਦ ਬੇਅੰਤ ਮੈਂ ਤੇਰੇ ਵਾਸਤੇ ਛੱਡ ਕੇ ਗਿਆ, ਕੀ ਤੂੰ ਮੇਰੇ ਵਾਸਤੇ ਕੁਛ ਕਰ ਸਕਦਾ, ਮੈਂ ਬੜਾ ਦੁਖੀ ਹਾਂ। ਕਹਿਣ ਲੱਗਿਆ ਪਿਤਾ ਜੀ ਤੁਸੀਂ ਦੱਸੋ ਮੈਂ ਕੀ ਕਰ ਸਕਦਾ। ਠੀਕ ਹੈ, ਮੇਰੇ ਮਨ ਦੇ ਅੰਦਰ ਤੁਹਾਡਾ ਬਹੁਤ ਪਿਆਰ ਹੈ, ਤੁਹਾਡੇ ਜਾਣ ਦੇ ਨਾਲ ਮੇਰਾ ਸੰਬੰਧ ਨਹੀਂ ਟੁੱਟਿਆ, ਸੰਬੰਧ ਮੇਰਾ ਕਾਇਮ ਹੈ। ਕਹਿਣ ਲੱਗੇ ਬੇਟਾ ਮੇਰੀ ਹਕੀਕਤ ਸੁਣ, ਮੇਰੀ ਕਹਾਣੀ ਸੁਣ। ਕਹਿਣ ਲੱਗੇ ਮੈਂ ਜਿੱਥੇ ਗਿਆ ਉਹ ਥਾਂ ਤਾਂ ਚੰਗਾ ਲੱਗਦਾ ਮੈਨੂੰ, ਲੇਕਿਨ ਉੱਥੇ ਹਨੇਰ ਘੁੱਪ ਹੈ, ਚਾਨਣਾ ਨਹੀਂ ਹੈ। ਕਹਿਣ ਲੱਗੇ ਚਾਨਣਾ ਨਹੀਂ ਕਹਿੰਦੇ ਹਾਂ। ਕਹਿੰਦੇ ਇੱਕ ਦਿਨ ਮੈਂ ਦੂਰ ਦਰਾਜ਼ ਇੱਕ ਪਿੱਤਰ ਸੀ, ਕੋਈ ਰੂਹ ਸੀ, ਉਸਦੇ ਪਾਸ ਗਿਆ, ਉੱਥੇ ਚਾਨਣਾ ਸੀ। ਉਸਨੂੰ ਮੈਂ ਪੁੱਛਿਆ ਕਿ ਆਪਦੇ ਪਾਸ ਕਿਉਂ ਚਾਨਣਾ ਹੈ, ਮੇਰੇ ਪਾਸ ਕਿਉਂ ਨਹੀਂ ਪ੍ਰਕਾਸ਼। ਉਹ ਕਹਿਣ ਲੱਗੇ ਦੇਖ ਪ੍ਰੇਮੀਆਂ, ਇੱਥੇ ਚਾਨਣਾ ਨਾ ਤਾਂ ਕੋਈ ਦੀਵਾ ਪਿਛਲਾ ਕਰ ਸਕਦਾ, ਚਾਹੇ ਹਜ਼ਾਰ ਵਾਟ ਦੇ ਬਲਬ ਕਰੋੜਾਂ ਜਲਾ ਦੇਣ ਤਾਂ ਵੀ ਇੱਥੇ ਚਾਨਣਾ ਨਹੀਂ ਪਹੁੰਚ ਸਕਦਾ, ਦੀਵੇ ਜਾਲੀ ਜਾਣ ਤਾਂ ਵੀ ਨਹੀਂ ਪਹੁੰਚਣਾ। ਅਤੇ ਉਹ ਦੀਵਾ ਜਿਹੜਾ ਹੈ ਉਹ ਪਰਮੇਸ਼ੁਰ ਦੇ ਨਾਮ ਦਾ ਹੋਇਆ ਕਰਦਾ, ਤਾਂ ਇਹ ਜਲਿਆ ਨਹੀਂ ਜ਼ਿੰਦਗੀ ਦੇ ਅੰਦਰ, ਸੋ ਤੇਰੇ ਕੋਲ ਪ੍ਰਕਾਸ਼ ਨਹੀਂ। ਜੇ ਪੈਂਦੇ ਅੰਧ ਗਵਾਰਾ ਹਰਕਾ ਨਾਮ ਤੇ ਸੰਗ ਗਿਆ, ਜਿੱਥੇ ਅੰਧਕਾਰ ਹੈ ਅੱਗੇ ਜਾ ਕੇ। ਹੁਣ ਤਾਂ ਦਵਾਈਆ ਸਾਹਿਬ ਮੈਨੂੰ ਦੱਸਦੇ ਸੀ ਕਿ ਲਿਖੀ ਜਾਂਦੇ ਨੇ ਜੀ ਕੋਈ ਨਰਕ ਨਹੀਂ ਹੈ, ਕੋਈ ਨਹੀਂ ਹੈ ਧਰਮਰਾਜ, ਰਾਣੀ ਕੀ ਹੋ ਗਿਆ, ਗੁਰੂ ਸਾਹਿਬ ਦੀ ਤਾਲੀਮ ਤੋਂ ਮੁਕਰਦੇ ਹੀ ਚਲੇ ਜਾ ਰਹੇ ਨੇ। ਅੱਜ ਅੱਗੇ ਹੀ ਸਾਡਾ ਬੁਰਾ ਹਾਲ ਹੋਇਆ, ਅਤੇ ਪਤਾ ਨਹੀਂ ਜੇ ਅਸੀਂ ਗੁਰੂ ਦਾ ਲੜ ਹੋਰ ਵੀ ਛੱਡ ਦਿੱਤਾ ਤਾਂ ਸਾਡਾ ਕੀ ਬਣੇਗਾ। ਇਹ ਤਾਂ ਸੱਤ ਸੱਤ ਕਰ ਮੰਨੋ ਗੁਰਸਿੱਖੋ, ਜੋ ਬਾਣੀ ਹੈ ਗੁਰੂ ਦੀ ਇਹਨੂੰ ਸੱਤ 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 ਤਿੰਨ ਵਾਰ ਲਿਖਿਆ ਮਹਾਰਾਜ ਨੇ। ਕਿਉਂ ਮੰਨੋ, ਕਹਿੰਦੇ ਹਰ ਕਰਤਾ ਆਪ ਮੂੰਹੋਂ ਕਢਾਏ, ਅਸੀਂ ਨਹੀਂ ਕਹਿ ਰਹੇ, ਇਹ ਵਾਹਿਗੁਰੂ ਜੀ ਨੇ ਸੰਸਾਰ ਸਾਜਿਆ ਉਹ ਕਹਿ ਆ ਰਿਹਾ ਸਾਨੂੰ, ਸਭ ਕੁਛ ਹੈ, ਨਰਕ ਵੀ ਨੇ ਸੁਰਗ ਵੀ ਨੇ।
ਦੇਸ਼ ਤੋਂ ਉੱਪਰ ਵੀ ਨੇ, ਪਿੱਤਰ ਲੋਕ ਵੀ ਨੇ, ਇੰਦਰ ਲੋਕ ਵੀ ਹੈ, ਅਤੇ ਉੱਪਰ ਸੱਚਖੰਡ ਹੈ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖਿਆ ਨਜ਼ਰ ਨਿਹਾਲ। ਲੇਕਿਨ ਸੱਚਖੰਡ 'ਚ ਪਹੁੰਚ ਨਹੀਂ ਕੋਈ ਸਕਦਾ, ਬਿਰਲੇ ਬਿਰਲੇ ਪੁਰਸ਼ ਪਹੁੰਚਦੇ ਆ। ਮਹਾਰਾਜ ਕਹਿੰਦੇ ਟਾਵੇਂ ਟਾਵੇਂ ਸਾਰੇ ਹੀ ਅੰਤਰ ਗੁਰ ਆਰਾਧਨ, ਜੇਬਾ ਜਪ ਗੁਰ ਨਾ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੋਨਾ ਗੁਰ ਨਾ। ਸਤਿਗੁਰ ਸੇਤੀ ਰਤਿਆ ਡਰ ਗਏ ਪਾਈਏ। ਜਿਹੜਾ ਪਿਆਰ ਦੇ ਵਿੱਚ ਜ਼ਿੰਦਗੀ ਗੁਜ਼ਾਰਦਾ ਸਤਿਗੁਰੂ ਦੇ ਨਾਲ, ਪਿਆਰ ਵਿੱਚ ਪਰੋਤਾ ਹੋਇਆ, ਉਹ ਜਦੋਂ ਸਰੀਰ ਛੱਡ ਕੇ ਜਾਂਦਾ ਹੈ ਤਾਂ ਉਸਨੂੰ ਧਨ ਧਨ ਕਹਿੰਦੇ ਨੇ। ਧਨ ਧਨ ਕਹੇ ਸਭ ਕੋਏ, ਮੁੱਖ ਉੱਜਲ ਹਰ ਦਰਗੇ ਸੋਏ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕਿ ਸਦ ਮਲਿਆਰ ਹੈ, ਪਰ ਇਸ ਵਪਾਰ ਨੂੰ ਬਿਰਲਾ ਬਿਰਲਾ ਪੁਰਸ਼ ਹੈ ਜਿਹੜਾ ਇਹ ਵਪਾਰ ਕਰਦਾ। ਬਾਕੀ ਸੰਸਾਰ ਤਾਂ ਵਪਾਰ ਕਾਹਦਾ ਕਰਦਾ ਹੈ, ਖੋਟੀਆਂ ਚੀਜ਼ਾਂ ਦਾ ਕਰਦਾ ਹੈ, ਖੋਟੀ ਰਾਸ ਇਕੱਠੀ ਕਰਦਾ। ਉਹਦਾ ਪਰਲਬਧ 'ਚ ਪਰਮੇਸ਼ਰ ਨੇ ਪਹਿਲਾਂ ਹੀ ਲਿਖ ਦਿੱਤੀ ਹੈ, ਉਹਦੇ ਉੱਤੇ ਹੀ ਸਾਰਾ ਜੀਵਨ ਬਰਬਾਦ ਕਰ ਦੇਣਾ। ਸੋ ਇਸ ਕਰਕੇ ਥਾਂ ਹੈ ਦਰਗਾਹ ਦੇ ਅੰਦਰ ਮਿਲਦਾ ਹੈ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ। ਕਿਰਪਾ ਕਰੇ ਜਿਸ ਨੂੰ ਇਹ ਵਸਦੇ ਜਗ ਮੈਂ ਉੱਤਮ ਗਾਡੀ ਹੈ। ਬਿਰਲੇ ਕਹੇ ਸਾਰੇ ਨਹੀਂ ਪਾਈ, ਕਿਉਂਕਿ ਗੁਰੂ ਦੀ ਬਾਣੀ 'ਤੇ ਵਿਸ਼ਵਾਸ ਨਹੀਂ ਆਉਂਦਾ ਸਾਰਿਆਂ ਦਾ। ਜੇ ਸਾਰਿਆਂ ਦਾ ਆ ਜਾਵੇ ਸਾਰੇ ਕਰ ਸਕਦੇ ਹੁਣ ਤਾਂ ਮਹਾਰਾਜ ਬਹੁ ਗਿਣਤੀ ਲਿਖ ਦਿੰਦੇ। ਲੇਕਿਨ ਬਿਰਲਾ ਬਿਰਲਾ ਪੁਰਸ਼ ਹੈ ਜਿਹੜਾ ਮਾਇਆ 'ਚੋਂ ਚਿੱਤ ਵਿਰਤੀ ਕੱਢ ਕੇ ਪਰਮੇਸ਼ੁਰ ਦੇ ਨਾਲ ਲਾ ਕੇ ਗੁਰੂ ਦੇ ਨਾਲ ਪਿਆਰ ਕਰੇ, ਪਰਿਵਾਰ ਨਾਲ ਪਿਆਰ, ਪੈਸੇ ਨਾਲ ਪਿਆਰ, ਕੋਠੀਆਂ ਨਾਲ ਪਿਆਰ, ਅਹੁਦਿਆਂ ਨਾਲ ਪਿਆਰ, ਹੋਰ ਵਿਸ਼ੇ ਵਿਕਾਰਾਂ ਨਾਲ ਪਿਆਰ ਹਰ ਮਨੁੱਖ ਕਰ ਸਕਦਾ। ਲੇਕਿਨ ਪਰਮੇਸ਼ੁਰ ਦੇ ਨਾਲ ਪਿਆਰ ਕੋਈ ਬਿਰਲਾ ਬਿਰਲਾ ਹੈ ਜਿਸਦੇ ਭਾਗ ਵਿੱਚ ਇਹ ਚੀਜ਼ ਆਇਆ ਕਰਦੀ। ਸੋ ਇਸ ਤਰ੍ਹਾਂ ਦਰਗਾਹ ਹੈ ਭਾਈ, ਪੜ੍ਹ ਕੇ ਨਾ ਕਿਤੇ ਕਹਿ ਦਿਓ ਵੀ ਦਰਗਾਹ ਨਹੀਂ। ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲੈਂਦਾ, ਕਿਉਂ ਮੀਚਦਾ? ਇਹਦਾ ਅਰਥ ਕੱਢਿਆ ਬਹੁਤ ਸਾਰੇ ਪ੍ਰੇਮੀਆਂ ਨੇ, ਇਹਦਾ ਕਬੂਤਰ ਨੂੰ ਪਤਾ ਕਿਉਂ ਮੀਚਦਾ, ਡਰ ਜਾਂਦਾ। ਲੇਕਿਨ ਉਹਦੇ ਅੱਖਾਂ ਮੀਚਣ ਦੇ ਨਾਲ ਬਿੱਲੀ ਦੂਰ ਨਹੀਂ ਹੁੰਦੀ, ਬਿੱਲੀ ਨੇ ਵਸ਼ ਆ ਜਾਣਾ। ਜੇ ਅਸੀਂ ਕਹੀਏ ਕੋਈ ਅੱਗੇ ਦਰਗਾਹ ਨਹੀਂ ਹੈ, ਕੋਈ ਲੇਖਾ ਲੈਣ ਵਾਲਾ ਨਹੀਂ ਹੈ, ਗੁਰੂ ਮਹਾਰਾਜ ਤਾਂ ਥਾਂ ਥਾਂ 'ਤੇ ਲਿਖੀ ਜਾਂਦੇ, ਨਾਨਕ ਆਖੇ ਰੇ ਮਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇਸਿਆ ਬੈਠਾ ਕੱਢ। ਇਹਨੂੰ ਇਹਦੇ ਅਰਥ ਕੀ ਕਰ ਦੋਗੇ? ਹੋਇਆ ਨਹੀਂ ਕਰਦੇ ਹੋ। ਸੋ ਥਾਂ ਥਾਂ 'ਤੇ ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ,
ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਕਹਿੰਦੇ ਜਿਹੜੇ ਦੁਆਇਤ ਭਾਵ ਵਾਲੇ ਨੇ ਜਿਨ੍ਹਾਂ ਨੇ ਜ਼ਿੰਦਗੀ ਬਰਬਾਦ ਕਰਤੀ ਸੰਸਾਰ 'ਚ ਜਾ ਕੇ, ਉਹ ਤੈਨੂੰ ਸੌਂਪੇ ਸਾਰੇ, ਲੇਕਿਨ ਪਰਮੇਸ਼ੁਰ ਦੇ ਪਿਆਰਿਆਂ ਵਾਸਤੇ ਨਹੀਂ ਹੈ। ਪਰਮੇਸ਼ੁਰ ਦੇ ਪਿਆਰੇ ਸਿੱਧੇ ਦਰਗਾਹ 'ਚ ਜਾਇਆ ਕਰਦੇ ਨੇ, ਉਹ ਧਰਮਰਾਜ ਦਾ ਰਸਤਾ ਬਦਲ ਦਿਆ ਕਰਦੇ ਨੇ, ਛੱਡ ਦਿਆ ਕਰਦੇ ਨੇ, ਉਹਨਾਂ ਦੇ ਬਾਤ ਉਹ ਦੂਰ ਰਹਿ ਜਾਇਆ ਕਰਦੇ। ਸੋ ਵਿਚਾਰ ਸੀ ਕਿ ਉਹ ਪ੍ਰੇਮੀ ਕਹਿਣ ਲੱਗਿਆ ਕਿ ਪ੍ਰੇਮੀਆਂ ਇੱਥੇ ਦਰਗਾਹ ਦੇ ਵਿੱਚ ਸੰਸਾਰ 'ਚ ਜਿਹੜਾ ਕੁਛ ਕਰਕੇ ਆਈਦਾ ਉਹੀ ਪ੍ਰਾਪਤ ਹੋਇਆ ਕਰਦਾ ਵੱਧ ਕੇ, ਅਤੇ ਤੂੰ ਪਰਮੇਸ਼ੁਰ ਦਾ ਨਾਮ ਨਹੀਂ ਜਪਿਆ, ਨੇਕੀ ਜ਼ਰੂਰ ਕਰੀ ਹੈ, ਕਿਉਂਕਿ ਤੂੰ ਨੇਕੀ ਵਾਲੇ ਮੰਡਲ 'ਚ ਆ ਗਿਆ, ਨੇਕੀ ਤਾਂ ਕੀਤੀ ਹੈ, ਲੇਕਿਨ ਤੈਂ ਉਹ ਕੰਮ ਨਹੀਂ ਕਰਿਆ ਜਿਹਦੇ ਨਾਲ ਤੈਨੂੰ ਪ੍ਰਕਾਸ਼ ਵੀ ਪ੍ਰਾਪਤ ਹੋ ਜਾਂਦਾ। ਕਹਿਣ ਲੱਗੇ ਉਹ ਕੀ ਕੰਮ ਹੈ? ਕਹਿੰਦੇ ਉਹ ਪਰਮੇਸ਼ੁਰ ਦਾ ਨਾਮ ਜਪਣਾ, ਬੰਦਗੀ ਕਰਨੀ, ਉਹ ਤਾਂ ਇਬਾਦਤ ਨਹੀਂ ਕਰੀ, ਇਸ ਕਰਕੇ ਤੈਨੂੰ ਇੱਥੇ ਪ੍ਰਕਾਸ਼ ਨਹੀਂ ਪ੍ਰਾਪਤ ਹੋਇਆ। ਕਹਿਣ ਲੱਗੇ ਫਿਰ ਕੀ ਹੋਏਗਾ? ਕਹਿੰਦੇ ਹੁਣ ਤਾਂ ਤੂੰ ਹਨੇਰੇ 'ਚ ਰਹੇਗਾ, ਫਿਰ ਮਨੁੱਖ ਬਣ ਕੇ ਇਹ ਕੰਮ ਕਰਨਾ ਨਾ ਕੋਈ ਤੇਰਾ ਹੈ ਚੰਗਾ ਪੁੱਤਰ ਵਗੈਰਾ? ਕਹਿੰਦੇ ਹਾਂਜੀ। ਕਹਿੰਦੇ ਜੇ ਉਹਨੂੰ ਮਿਲ ਕੇ ਦੇਖ ਲੈ, ਆਪਣੇ ਵਿੱਚ ਇਹ ਸ਼ਕਤੀ ਹੈ ਕਿ ਆਪਾਂ ਸੁਪਨ ਦੇ ਅੰਦਰ ਮਿਲ ਸਕਦੇ ਹਾਂ, ਗੱਲ ਕਰ ਸਕਦੇ, ਤੂੰ ਉਹਦੇ ਨਾਲ ਗੱਲ ਕਰਕੇ ਦੇਖ ਲੈ, ਜੇ ਉਹ ਨਾਮ ਜਪ ਕੇ ਅਰਦਾਸ ਕਰ ਦੇਵੇ ਤੇਰੇ ਵਾਸਤੇ ਤਾਂ ਹੋ ਸਕਦਾ ਹੈ ਪਰਮੇਸ਼ੁਰ ਭਲੀ ਕਰ ਦੇਵੇ। ਕਹਿਣ ਲੱਗਿਆ ਬੇਟਾ ਮੈਂ ਤੇਰੇ ਸੁਪਨੇ ਦੇਸ਼ ਵਾਸਤੇ ਆਇਆ ਕਿ ਤੂੰ ਮੇਰੇ ਵਾਸਤੇ ਅਰਦਾਸ ਕਰ, 60 ਦਿਨ ਨਾਮ ਜਪ। ਬੱਚਾ ਬੜਾ ਭਲਾ ਸੀ, ਸਭ ਕੁਛ ਛੱਡ ਛਡਾ ਕੇ 60 ਦਿਨ ਵਾਸਤੇ ਬੰਦਗੀ ਕਰਕੇ ਪਿਤਾ ਦੇ ਵਾਸਤੇ ਅਰਦਾਸ ਕਰਦੀ, ਉਹਦਾ ਪਿਤਾ ਫਿਰ ਉਸਨੂੰ ਮਿਲਿਆ, ਬੜਾ ਹੀ ਖੁਸ਼। ਕਹਿਣ ਲੱਗਿਆ ਬੇਟਾ ਮੈਨੂੰ ਰੋਸ਼ਨੀ ਪ੍ਰਾਪਤ ਹੋ ਗਈ, ਅਤੇ ਹੁਣ ਤੂੰ ਇਹ ਕਰੀ, ਕੋਈ ਕੰਮ ਕਰਨਾ ਹੋਵੇ ਤਾਂ ਠਹਿਰ ਜਿਹਾ ਕਰੀ, ਮੈਨੂੰ ਚਿਤਵਲਿਆ ਕਰੀ, ਮੈਂ ਤੈਨੂੰ ਦੱਸ ਜਿਆ ਕਰਾਂਗਾ ਕਿ ਠੀਕ ਹੈ ਗੱਲ। ਉਹ ਲਿਖਦਾ ਕਿ ਇੱਕ ਦਿਨ ਮੈਂ ਕਾਰ ਲੈਣੀ ਸੀ, ਕਾਰ ਮੈਂ ਸਿਲੈਕਟ ਕਰਕੇ ਰੱਖਿਆ ਆ, ਪਿਤਾ ਨੂੰ ਯਾਦ ਕਰਿਆ, ਪਿਤਾ ਕਹਿਣ ਲੱਗਿਆ ਵੀ ਇਹ ਕਾਰ ਨਾ ਲਈ, ਫਲਾਣੀ ਕਾਰ ਲੈ ਲੈ। ਕਹਿੰਦੇ ਉਹ ਜਦੋਂ ਮੈਂ ਆਪਣਾ ਰਿਜ਼ਰਵੇਸ਼ਨ ਬਦਲਤੀ, ਦੂਸਰੀ ਕਾਰ ਲੈ ਲਈ, ਮੈਂ ਘਰ ਆ ਗਿਆ, ਮੇਰੇ ਜਾਣ ਤੋਂ ਬਾਅਦ ਉਹ ਵੀ ਕਾਰ ਵੇਖ ਗਈ, ਅਤੇ 2-3 ਘੰਟੇ ਬਾਅਦ ਟੈਲੀਫੋਨ ਆ ਗਿਆ ਫਰਮ ਦਾ, ਕਹਿਣ ਲੱਗੇ ਮਿਸਟਰ ਯੂ ਆਰ ਵੈਰੀ ਲੱਕੀ ਦੈਟ ਯੂ ਹੈਵ ਚੇਂਜਡ ਯੋਰ ਸਿਲੈਕਸ਼ਨ। ਤੂੰ ਬਹੁਤ ਖੁਸ਼ਕਿਸਮਤ ਹੈ ਕਿ ਤੈਂ ਆਪਣੀ ਸਿਲੈਕਸ਼ਨ ਬਦਲ ਦਿੱਤੀ। ਉਹ ਕਾਰ ਦੇ ਵਿੱਚ ਕੋਈ ਬੇਸਿਕ ਡਿਫੈਕਟ ਸੀ ਬ੍ਰੇਕਾਂ ਦਾ, ਅਤੇ ਉਹਦਾ ਐਕਸੀਡੈਂਟ ਹੋ ਗਿਆ। ਸੋ ਇਹ ਕਹਿੰਦਾ ਮੇਰੇ ਮਨ 'ਚ ਆਇਆ ਕਿ ਮੈਂ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਦੱਸਦਾ, ਰੀਡਰਸ ਡਾਈਜੈਸਟ ਹੈ, ਇੱਕ ਮਸਾਲਾ ਪੜ੍ਹੇ ਲਿਖੇ ਜਾਣਦੇ ਨੇ। ਉਹਦੇ 'ਚ 1951 ਦੇ ਕਰੀਬ ਖਬਰ ਛਪਿਆ ਸੀ ਲੇਖ, ਅਤੇ ਸਾਡੇ ਮਹਾਰਾਜ ਤਾਂ ਇਸ ਤਰ੍ਹਾਂ ਕਹਿੰਦੇ, ਇਸੇ ਕਰਕੇ ਜੇ ਕੋਈ ਤਨਕ ਤੰਬਾਕੂ ਸੇਵੀਏ ਦੇਵ ਪਿੱਤਰ ਛੱਡ ਜਾਏ, ਜਿਹੜੇ ਦੇਵਤਾ ਪਦਵੀ ਦੇ ਬਜ਼ੁਰਗ ਨੇ ਅਤੇ ਪਿੱਤਰ ਪਦਵੀ ਦੇ ਬਜ਼ੁਰਗ ਨੇ, ਉਹ ਛੱਡ ਜਾਇਆ ਕਰਦੇ, ਉਹ ਫਿਰ ਸੰਬੰਧ ਨਹੀਂ ਰੱਖਿਆ ਕਰਦੇ, ਤੋੜ ਦਿਆ ਕਰਦੇ, ਕਿਉਂ ਕੁਲਾਂ ਦਾ ਨਾਸ਼ ਹੋ ਜਾਇਆ ਕਰਦੇ। ਸੋ ਇਸ ਤਰ੍ਹਾਂ ਜਿਹੜੇ ਬੱਚੇ ਬੰਦਗੀ ਕਰਦੇ ਨੇ, ਨਾਮ ਜਪਦੇ ਨੇ, ਉਹਨਾਂ ਦੀਆਂ ਕੁਲਾਂ ਦਾ ਉਧਾਰ ਹੋ ਜਾਇਆ ਕਰਦਾ, ਜੇ ਜੂਨਾਂ 'ਚ ਵੀ ਪਈਆਂ ਹੋਣ ਤਾਂ ਵੀ ਉਧਾਰ ਹੋ ਜਾਏ। ਸੋ ਇਸ ਕਰਕੇ ਉਹਨਾਂ ਦੀ ਮਾਤਾ ਨੂੰ ਧਨ ਕਿਹਾ ਜਾਂਦਾ, ਕੁੱਲ ਉਧਾਰਨ ਆਪਣਾ ਧਨ ਜਣੇ ਦੀ ਮਾਏ, ਅਤੇ ਉਹ ਮਾਤਾ ਧਨ ਹੋਇਆ ਕਰਦੀ ਹੈ। ਸੋ ਮਾਤਾ ਨੇ ਆਪਣੇ ਪੁੱਤਰ ਨੂੰ ਨਾਮ ਜਪਣ ਲਾ ਤਾ। ਇੱਕ ਦਿਨ ਮਾਤਾ ਨੇ ਦੇਖਿਆ ਕਿ ਇਸ ਦੇ ਵਿੱਚ ਕੋਈ ਸ਼ਕਤੀ ਵੀ ਆਈ ਹੈ। ਕਹਿਣ ਲੱਗੀ ਫਰੀਦ ਅੱਜ ਆਪ ਇਬਾਦਤ ਕਰਕੇ ਹਟੇਗਾ, ਉਸ ਵੇਲੇ ਤੂੰ ਰਾਸ਼ਨ ਮੰਗੀ, ਆਪਣੇ ਘਰ ਅੱਜ ਰਾਸ਼ਨ ਨਹੀਂ ਹੈ। ਕਹਿਣ ਲੱਗਿਆ ਮਾਤਾ ਠੀਕ ਹੈ, ਅਤੇ ਉਸਨੇ ਇਬਾਦਤ ਕਰਕੇ ਦੁਆ ਕੀਤੀ, ਅਤੇ ਕੀ ਦੇਖਦਾ ਥੋੜ੍ਹੀ ਦੇਰ ਦੇ ਬਾਅਦ ਇੱਕ ਗੱਡਾ ਆ ਗਿਆ ਰਾਸ਼ਨ ਦਾ ਭਰਿਆ, ਥਾਂ ਥਾਂ 'ਤੇ ਰੱਖ ਦਿੱਤਾ। ਮਾਤਾ ਬਾਹਰੋਂ ਆਈ, ਕਹਿਣ ਲੱਗੀ ਫਰੀਦ ਰਾਸ਼ਨ ਮੰਗਿਆ ਸੀ? ਕਹਿੰਦੇ ਹਾਂ ਮਾਤਾ, ਅੰਦਰ ਚੱਲ ਕੇ ਦੇ। ਮਾਤਾ ਅੰਦਰ ਗਈ ਤਾਂ ਕੀ ਦੇਖਦੀ ਹੈ, ਘਰ ਭਰਿਆ ਪਿਆ। ਕਹਿੰਦੀ ਫਰੀਦ ਮੈਂ ਤਾਂ ਕਿਹਾ ਸੀ ਆਪਾਂ ਇੱਕ ਡੰਗ ਦਾ। ਕਹਿੰਦਾ ਮਾਤਾ ਮੈਂ ਵੀ ਉਹਨੂੰ ਕਿਹਾ ਸੀ, ਉਹ ਜਿਹੜਾ ਦੇਣ ਆਇਆ ਸੀ ਉਹ ਕਹਿਣ ਲੱਗਿਆ ਵੀ ਤੁਹਾਡਾ ਡੰਗ ਛੋਟਾ ਹੁੰਦਾ, ਤੈਂ ਇਹ ਤਾਂ ਨਹੀਂ ਕਿਹਾ ਵੀ ਇੱਕ ਡੰਗ ਦਾ ਸਾਡਾ ਰਾਸ਼ਨ ਨਹੀਂ, ਤੈਂ ਤਾਂ ਇੱਕ ਡੰਗ ਦਾ ਕਿਹਾ, ਖੁਦਾ ਨੇ ਆਪਣੇ ਡੰਗ ਦਾ ਦੇ ਤਾ, ਇਸ ਕਰਕੇ ਉਹ ਇੱਦਾਂ ਹੀ ਆ ਉਹਦਾ ਰਾਸ਼ਨ ਇੱਕ ਡੰਗ। ਮਾਤਾ ਸਮਝੀ। ਫਿਰ ਮਾਤਾ ਨੇ ਇੱਕ ਵਾਰੀ ਦੇਖਿਆ, ਚਲੀ ਗਈ ਅਤੇ ਆ ਕੇ ਪੁੱਛਿਆ ਫਰੀਦ ਦਸਵੀ ਫੇਰੀ? ਕਹਿੰਦਾ ਹਾਂ ਮਾਤਾ ਜੀ। ਅਤੇ ਤੈਨੂੰ ਸ਼ੱਕਰ ਮਿਲੀ? ਕਹਿੰਦਾ ਮਾਤਾ ਜੀ ਕੀ ਦੱਸਾਂ, ਅੱਜ ਤਾਂ ਅੱਗੇ ਤਾਂ ਇੱਕ ਪੂੜੀ ਮਿਲਦੀ ਸੀ ਸ਼ੱਕਰ ਦੀ, ਅਤੇ ਅੱਜ ਤਾਂ ਸਾਰੇ ਆਸਣ ਦੇ ਥੱਲੇ ਸ਼ੱਕਰੇ ਸ਼ੱਕਰ ਪਈ ਸੀ।
ਸੋ ਇਸ ਤਰ੍ਹਾਂ ਦੇ ਨਾਲ ਮਾਤਾ ਨੇ ਉਸ ਨੂੰ ਪਰਮੇਸ਼ੁਰ ਵੱਲ ਲਾ ਦਿੱਤਾ ਅਤੇ ਉਹ ਪਰਮੇਸ਼ੁਰ ਵੱਲ ਲੱਗ ਗਿਆ। ਅਖੀਰ ਜਦ 18 ਸਾਲ ਦਾ ਹੋਇਆ, ਇੱਕ ਦਿਨ ਮਾਤਾ ਨੇ ਬਿਠਾ ਕੇ ਕਿਹਾ, ਕਹਿਣ ਲੱਗੀ, ਬੇਟਾ ਫਰੀਦ, ਬਈ ਅਜੇ ਬੜੀ ਦੂਰ ਹੈ ਮੰਜ਼ਿਲ ਜਿੱਥੇ ਤੈਂ ਪਹੁੰਚਣਾ, ਤੂੰ ਕੋਈ ਤਪ ਕਰ, ਤਪੱਸਿਆ ਨਾ ਕਰ ਅਤੇ ਪਰਮੇਸ਼ੁਰ ਨੂੰ ਰਜਾ ਤਪੱਸਿਆ ਕਰਕੇ, ਕਿਉਂਕਿ ਅਜੇ ਕੁਛ ਨਹੀਂ ਬਣਿਆ ਤੇਰਾ, ਬੜੀ ਦੂਰ ਬਾਤ ਹੈ, ਅਤੇ ਤੂੰ ਇਰਾਦਾ ਕਰ, ਜੰਗਲਾਂ 'ਚ ਜਾ, ਉੱਥੇ ਮਹਾਂਪੁਰਸ਼ਾਂ ਨੂੰ ਮਿਲ ਕੇ ਤਪੱਸਿਆ ਕਰ। ਫਰੀਦ ਨੇ ਵੀ ਇਰਾਦਾ ਬਣਾ ਲਿਆ, ਜਦ ਤੁਰਨ ਲੱਗਿਆ ਤਾਂ ਮਾਂ ਨੂੰ ਕਹਿਣ ਲੱਗਿਆ, ਮਾਤਾ ਤੂੰ ਮੈਨੂੰ ਨਸੀਹਤ ਦੇ। ਮਾਂ ਕਹਿਣ ਲੱਗੀ, ਬੇਟਾ ਤਿੰਨ ਗੱਲਾਂ ਯਾਦ ਰੱਖੀ, ਇੱਕ ਤਾਂ ਤੂੰ ਕਿਲ੍ਹੇ ਵਿੱਚ ਰਹੀ, ਦੂਸਰਾ ਤੂੰ ਰੇਸ਼ਮੀ ਗਦੈਲਿਆਂ 'ਤੇ ਸੋਇਆ ਕਰੀ, ਤੀਸਰਾ ਤੂੰ 36 ਪ੍ਰਕਾਰ ਦੇ ਭੋਜਨ ਖਾਇਆ ਕਰੀ। ਹੈਰਾਨ ਹੋ ਗਿਆ, ਕਹਿੰਦਾ ਮਾਤਾ ਮੈਨੂੰ ਤਪੱਸਿਆ ਕਰਨ ਜੰਗਲਾਂ 'ਚ ਭੇਜਦੀ ਹੈ, ਪਤਾ ਨਹੀਂ ਪੱਤੇ ਮਿਲਣ ਨਾ ਮਿਲਣ, ਕੀ ਖਾ ਕੇ ਗੁਜ਼ਾਰਾ ਕਰਾਂ, ਕਿੱਥੇ ਪਾਵਾਂ ਇਹ ਚੀਜ਼ਾਂ, ਮੈਂ ਕਿਵੇਂ ਤੇਰੇ ਵਚਨ ਦੇ ਵਚਨ ਨੂੰ ਕਮਾਵਾਂਗਾ, ਇਹ ਤਾਂ ਮਿਲਣੀਆਂ ਨਹੀਂ ਚੀਜ਼ਾਂ। ਮਾਤਾ ਕਹਿਣ ਲੱਗੀ, ਫਰੀਦ, ਜਿਹਨਾਂ ਸੰਤਾਂ ਸਾਧੂਆਂ ਦੇ ਵਿੱਚ ਤੂੰ ਜਾ ਰਿਹਾ ਹੈ, ਉਹ ਸਾਰੇ ਰਮਜ਼ ਨਾਲ ਗੱਲ ਕਰਨਗੇ, ਪਰਮੇਸ਼ੁਰ ਦੀ ਗੱਲ ਵੀ ਰਮਜ਼ ਮਾਰ ਕੇ ਕਰਨਗੇ, ਇਹ ਰਮਜ਼ਾਂ ਹੋਇਆ ਕਰਦੀਆਂ, ਇਹਨਾਂ ਨੂੰ ਸਮਝਣ ਦਾ ਯਤਨ ਕਰ। ਕਹਿੰਦਾ ਮਾਤਾ ਮੈਂ ਸਮਝਿਆ। ਕਹਿਣ ਦੇਖ ਬੇਟਾ, ਕਿਲ੍ਹਾ ਹੋਇਆ ਕਰਦਾ ਸਤਸੰਗ ਦਾ, ਇਕੱਲਾ ਆਦਮੀ ਭਗਤੀ ਕਰਨ ਵਾਲਾ ਡੋਲ ਜਾਇਆ ਕਰਨਾ, ਅਤੇ ਜਿੱਥੇ ਮਹਾਂਪੁਰਸ਼ ਰਹਿੰਦੇ ਹੋਣ ਉਸ ਥਾਂ ਦੇ ਨੇੜੇ ਰਹੀਂ ਅਤੇ ਉਹਨਾਂ ਦਾ ਉਹਨਾਂ ਦੀ ਸੰਗਤ ਕਰੀ। ਦੂਸਰਾ ਇਹ ਕਿਲ੍ਹਾ ਹੈ, ਦੂਸਰੀ ਚੀਜ਼ ਹੈ ਕਿ ਗਦੈਲਿਆਂ 'ਤੇ ਸੌਣਾ, ਜਦ ਤੈਨੂੰ ਨੀਂਦ ਬਹੁਤ ਜ਼ੋਰ ਨਾਲ ਆ ਜਾਵੇ ਉਸ ਵੇਲੇ ਤਾਂ ਭਾਵੇਂ ਤੂੰ ਵਾਹਣ ਦੇ ਡਲਿਆਂ 'ਤੇ ਪੈ ਜਾਈਂ, ਕਿਹੋ ਜਿਹੇ ਥਾਂ ਪੈ ਜਾਈਂ, ਉੱਥੇ ਹੀ ਤੈਨੂੰ ਇਹ ਗਦੈਲਿਆਂ ਵਾਲੀ ਨੀਂਦ ਆਏਗੀ। ਤੀਸਰੀ ਗੱਲ ਹੈ ਕਿ 36 ਪ੍ਰਕਾਰ ਦੇ ਭੋਜਨ, ਉਹ ਜਦ ਤੈਨੂੰ ਬਹੁਤ ਭੁੱਖ ਲੱਗ ਜਾਇਆ ਕਰੇ ਉਸ ਵੇਲੇ ਖਾਏ, ਉਸ ਵੇਲੇ ਰੁੱਖੀ ਵੀ ਖਾਏਗਾ ਤਾਂ ਤੈਨੂੰ 36 ਪ੍ਰਕਾਰ ਦੇ ਭੋਜਨਾਂ ਦਾ ਰਸ ਉਹਦੇ 'ਚੋਂ ਪ੍ਰਾਪਤ ਹੋ ਜਾਏਗਾ। ਸੋ ਇਸ ਤਰ੍ਹਾਂ ਫਰੀਦ ਨੇ ਜਾ ਕੇ ਬਹੁਤ ਤਪੱਸਿਆ ਕਰੀ, ਬਹੁਤ ਤਪੱਸਿਆ ਕਰੀ, ਕਾਲ ਘਾਲ ਲਈ ਅਤੇ 12 ਸਾਲ ਲੰਘ ਗਏ, ਵਾਪਸ ਆ ਗਿਆ। ਰਸਤੇ 'ਚ ਤੁਰਿਆ ਆਉਂਦਾ, ਕਹਿਣ ਲੱਗਿਆ ਵੀ ਮਾਂ ਨੂੰ ਮਿਲਣਾ ਹੈ, ਮਾਤਾ ਨੂੰ ਕੀ ਦੱਸਾਂਗਾ ਵੀ ਮੇਰੇ 'ਚ ਕੋਈ ਤਾਕਤ ਆ ਗਈ ਕਿ ਨਹੀਂ। ਉੱਥੇ ਬੈਠੇ ਸੋਚ ਰਿਹਾ, ਉੱਪਰ ਚਿੜੀਆਂ ਚੀਂ ਚੀਂ ਕਰ ਰਹੀਆਂ, ਇਹਨੂੰ ਕੁਛ ਮਾਫਕ ਨਾ ਆਈ, ਸਹਿਜਵਾ ਕਹਿਦਾ, ਕਹਿੰਦਾ ਚਿੜੀਓ ਮਰ ਜਾਓ, ਚਿੜੀਆਂ ਮਰ ਗਈਆਂ। ਫਿਰ ਖਿਆਲ ਆਇਆ ਕਿ ਮੈਂ ਐਵੇਂ ਹੀ ਇੰਨੇ ਜੀਵਾਂ ਦਾ ਘਾਤ ਕਰਤਾ, ਕੀ ਫਾਇਦਾ ਹੋਇਆ, ਕਹਿੰਦਾ ਉੱਡ ਜਾਓ, ਸਾਰੀਆਂ ਉੱਡ ਗਈਆਂ। ਬੜਾ ਹੀ ਪ੍ਰਸੰਨ ਹੋ ਗਿਆ ਕਿ ਮੇਰੇ ਅੰਦਰ ਤਾਂ ਸ਼ਕਤੀ ਆ ਗਈ ਅਤੇ ਮੈਂ ਰੱਬ ਦੇ ਨੇੜੇ ਪਹੁੰਚ ਗਿਆ। ਮਹਾਰਾਜ ਨਹੀਂ ਕਹਿੰਦੇ, ਮਹਾਰਾਜ ਕਹਿੰਦੇ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ, ਇਹ ਤਾਂ ਹੋਰ ਹੀ ਰਸਤਾ ਹੈ, ਸ਼ਕਤੀ ਤਾਂ ਆਪਣੇ ਆਪ ਆਉਂਦੀ ਹੈ, ਰਿੱਧ ਸਿੱਧ ਜਾਂ ਕੋ ਮੁਰੇ ਤਾਂ ਕਿ ਵਡਭਾਗ, ਆਪਣੇ ਆਪ ਹੀ ਆ ਜਾਇਆ ਕਰਦੀ ਹੈ, ਜਿਹੜਾ ਇਹਦੇ ਪਿੱਛੇ ਲੱਗਦਾ ਉਹ ਪਰਮੇਸ਼ੁਰ ਤੋਂ ਭਟਕ ਜਾਇਆ ਕਰਦਾ। ਸੋ ਰਸਤੇ ਵਿੱਚ ਥੋੜ੍ਹੇ ਮੀਲ ਚੱਲਿਆ, ਉੱਥੇ ਇੱਕ ਲੜਕੀ ਪਾਣੀ ਕੱਢ ਕੱਢ ਕੇ ਡੋਲੀ ਜਾਂਦੀ ਹੈ, ਜਿਹਨੇ ਫਰੀਦ ਨੇ ਕਿਹਾ ਬੀਬਾ ਮੈਨੂੰ ਪਾਣੀ ਪਿਲਾਓ, ਉਹਨੇ ਕਿਹਾ ਦਰਵੇਸ਼ ਠਹਿਰੋ, ਇਹਨੇ ਫਿਰ ਕਿਹਾ ਥੋੜ੍ਹਾ ਠਹਿਰ ਕੇ ਕਿ ਮੈਨੂੰ ਪਿਆਸ ਲੱਗੀ ਹੋਈ ਹੈ, ਦਰਵੇਸ਼ ਨੂੰ ਪਿਆਸ ਲੱਗੀ ਹੋਈ ਹੈ, ਪਾਣੀ ਪਿਲਾਓ। ਕਹਿੰਦੇ ਦਰਵੇਸ਼ ਜਿਹੜਾ ਠਹਿਰ, ਇਹਨੇ ਨੂੰ ਕੋਈ ਹੋਰ ਆ ਗਿਆ, ਉਹਨੇ ਪਾਣੀ ਮੰਗਿਆ, ਬੀਬੀ ਨੇ ਜਿਹੜੇ ਪਿਲਾਤਾ, ਇਹ ਥੋੜ੍ਹਾ ਗੁੱਸੇ 'ਚ ਆ ਗਿਆ, ਕਹਿਣ ਲੱਗਿਆ ਮੈਂ ਪਾਣੀ ਪੀਣਾ ਹੈ, ਤੂੰ ਮੈਨੂੰ ਪਾਣੀ ਨਹੀਂ ਪਿਲਾਉਂਦੀ, ਕੀ ਗੱਲ ਹੈ, ਉਹਨੂੰ ਪਾਣੀ ਪਿਲਾਤਾ। ਕਹਿਣ ਲੱਗੀ ਦਰਵੇਸ਼ ਫਰੀਦ, ਇਹ ਚਿੜੀਆਂ ਨਹੀਂ ਹਨ ਜਿਹਨਾਂ ਨੂੰ ਤੂੰ ਮਾਰ ਦੇਂਗਾ ਅਤੇ ਜਿਉਂਦੀਆਂ ਕਰ ਦੇ। ਹੈਰਾਨ ਹੋ ਗਿਆ ਕਿ 22 ਸਾਲ ਦੀ ਲੜਕੀ, ਮੈਂ 12 ਸਾਲ ਤਪੱਸਿਆ ਕਰਕੇ ਆਇਆ, ਇਹਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ, ਸਾਰੀ ਪਿਆਸ ਬੁਝੀ, ਬੈਠ ਗਿਆ ਪੁੱਛਣ ਵਾਸਤੇ, ਪਾਣੀ ਡੋਲ ਹਟੀ। ਕਹਿਣ ਲੱਗਿਆ ਬੀਬਾ ਮੈਨੂੰ ਹੁਣ ਪਿਆਸ ਨਹੀਂ ਰਹੀ ਪਾਣੀ ਦੀ। ਉਹ ਕਹਿਣ ਲੱਗੀ ਦਰਵੇਸ਼ ਹੁਣ ਤੂੰ ਪਾਣੀ ਪੀ। ਕਹਿੰਦਾ ਮੈਂ ਪਾਣੀ ਨਹੀਂ ਪੀਣਾ, ਪਹਿਲਾਂ ਮੈਨੂੰ ਇਹ ਦੱਸ ਕੇ ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਜੰਗਲ ਦੇ ਅੰਦਰ ਚਿੜੀਆਂ ਇਸ ਤਰ੍ਹਾਂ ਕਰਿਆ ਸੀ। ਉਹ ਕਹਿੰਦੀ ਕੋਈ ਗੱਲ ਨਹੀਂ, ਇਹ ਤਾਂ ਦ੍ਰਿਸ਼ਟੀ ਹੋਇਆ ਕਰਦੀ ਹੈ, ਤੇਰੀ ਦ੍ਰਿਸ਼ਟੀ ਥੋੜ੍ਹੀ ਹੈ, ਤੈਨੂੰ ਪ੍ਰਾਪਤ ਨਹੀਂ ਹੋਈ, ਸਾਨੂੰ ਹੋਈ ਹੋਈ ਹੈ। ਕਹਿਣ ਲੱਗੀ ਮੇਰੇ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਸੀ, ਉਹ ਮੈਂ ਬੁਝਾ ਰਹੀ ਸੀ, ਕੁਝ ਮੀਲਾਂ 'ਤੇ ਹੈ, ਅਤੇ ਮੈਨੂੰ ਵੇਹਲ ਨਹੀਂ ਸੀ, ਮੈਂ ਸਮਝਿਆ ਤੂੰ ਅੱਖਾਂ ਵਾਲਾ, ਤੈਨੂੰ ਪਤਾ ਹੋਣਾ ਮੈਂ ਕਿਉਂ ਪਾਣੀ ਡੋਲੀ ਜਾਂਦੀ ਹਾਂ। ਪਰ ਜਦ ਤੈਂ 2-3 ਵਾਰੀ ਕਿਹਾ, ਮੈਨੂੰ ਪਤਾ ਲੱਗ ਗਿਆ ਵੀ ਨਹੀਂ, ਇਹ ਤਾਂ ਇੱਕ ਸਧਾਰਨ ਫਕੀਰ ਹੈ, ਕੁਛ ਪ੍ਰਾਪਤੀ ਨਹੀਂ ਹੋਈ ਇਹਨੂੰ, ਕੇਵਲ ਚਿੜੀਆਂ ਮਾਰੀਆਂ ਨੇ, ਜਿਉਂਦੀਆਂ ਕੀਤੀ।
ਕਹਿਣ ਲੱਗਿਆ ਕਿੱਥੋਂ ਸ਼ਕਤੀ ਪ੍ਰਾਪਤ ਹੋਈ? ਉਹ ਕਹਿੰਦੇ ਅਸੀਂ ਗ੍ਰਿਸ਼ਤੀ ਪੁਰਸ਼ ਹਾਂ, ਗ੍ਰਿਸ਼ਤੀ ਹਾਂ ਅਸੀਂ। ਗ੍ਰਿਸ਼ਤ ਦੇ ਵਿੱਚ ਜੇ ਬੀਬੀ ਪਤੀਵਰਤਾ ਹੋਵੇ, ਉਹਨੂੰ ਪਰਮੇਸ਼ਰ ਸਰੂਪ ਸਮਝ ਕੇ ਉਹਦੀ ਸੇਵਾ ਕਰੇ, ਉਹਦੇ ਸਹਿ ਸੁਭਾਅ ਸ਼ਕਤੀ ਆ ਜਾਇਆ ਕਰਦੀ। ਤੋ ਮੈਂ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਜਾਣ ਕੇ ਉਹਦੀ ਸੇਵਾ ਕਰਦੀ ਹਾਂ, ਹੋਰ ਕੋਈ ਗੱਲ ਨਹੀਂ, ਕੋਈ ਵੱਡੀ ਬਾਤ ਨਹੀਂ ਹੈ। ਸੋ ਘਰ ਆ ਗਿਆ, ਮਾਤਾ ਦੇ ਨਾਲ ਗੱਲਬਾਤ ਕਰੀ। ਮਾਤਾ ਕਹਿਣ ਲੱਗੀ, ਬੇਟਾ ਅਜੇ ਤਾਂ ਬੜੀ ਦੂਰ ਹੈ ਤੇਰੀ ਮੰਜ਼ਿਲ। ਦੁਬਾਰਾ ਵਾਪਸ ਆ ਗਿਆ ਜੰਗਲ 'ਚ, ਉੱਥੇ ਆ ਕੇ ਬੜੀ ਘੋਰ ਤਪੱਸਿਆ ਕੀਤੀ। ਖੜ੍ਹਾ ਰਹਿੰਦਾ, ਖੜ੍ਹ ਖੜ੍ਹ ਕੇ ਤਪੱਸਿਆ ਸਾਰੀ ਸਾਰੀ ਰਾਤ, ਸਾਰਾ ਸਾਰਾ ਦਿਨ ਖੜ੍ਹਾ ਰਹਿੰਦਾ, ਕਿਉਂਕਿ ਵੈਰਾਗ ਦੀ ਹਾਲਤ ਹੋਇਆ ਕਰਦੀ ਹੈ ਸਾਰ ਨੇ। ਅਤੇ ਵਿਰਹੇ ਜਿੰਨੀ ਦੇਰ ਤੱਕ ਕਿਸੇ ਦੇ ਅੰਦਰ, ਹਿਰਦੇ ਦੇ ਅੰਦਰ ਵਿਰਹਾ ਪੈਦਾ ਨਹੀਂ ਹੁੰਦਾ, ਵੈਰਾਗ ਪੈਦਾ ਨਹੀਂ ਹੁੰਦਾ, ਖਿੱਚ ਪੈਦਾ ਨਹੀਂ ਹੁੰਦੀ, ਉਨੀ ਦੇਰ ਤੱਕ ਕਿਸੇ ਮੰਜ਼ਿਲ 'ਤੇ ਤੁਰ ਨਹੀਂ ਸਕਿਆ ਕਰ। ਸੋ ਜ਼ਰੂਰੀ ਚੀਜ਼ ਹੈ ਜਿਹੜਾ ਵੈਰਾਗ ਹੈ, ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਖਰੀਦਾ, ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਨਸਾਂ। ਜਿਹਦੇ ਹਿਰਦੇ 'ਚ ਕਦੇ ਖਿੱਚੇ ਨਹੀਂ ਪਈ ਪਰਮੇਸ਼ਰ ਦੀ, ਕਦੇ ਨੇਤਰਾਂ ਦੇ ਅੰਦਰ ਜਲੇ ਨਹੀਂ ਆਇਆ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਅਤੇ ਉਹ ਤਾਂ ਮਸਾਣ ਵਰਗਾ ਹਿਰਦਾ ਹੈ, ਜਲਿਆ ਹੋਇਆ ਹਿਰਦਾ ਹੈ, ਸੁੱਕਿਆ ਹੋਇਆ ਹਿਰਦਾ ਹੈ। ਸੋ ਜਿਹੜਾ ਵੈਰਾਗ ਹੈ ਇਹ ਜ਼ਰੂਰੀ ਚੀਜ਼, ਸਰੀਰ ਦੇ ਮਨ ਵਿੱਚ ਵੈਰਾਗ, ਵੈਰਾਗ ਦੇ ਅਧੀਨ ਹੈ ਹੋਇਆ ਹੋਇਆ, ਪਰਮੇਸ਼ਰ ਦੀ ਲਗਨ ਦੇ ਵਿੱਚ ਪਿਆ ਹੋਇਆ, ਬਹੁਤ ਸਖਤ ਘੋਰ ਤਪੱਸਿਆ ਕਰਕੇ ਸਰੀਰ ਨੂੰ ਬੜਾ ਹੀ ਸੁਕਾ ਰਹੇ। ਅਤੇ ਇੱਕ ਵਾਰੀ ਇਹ ਖੜ੍ਹਾ ਹੈ ਅਤੇ ਉਧਰੋਂ ਲੁਹਾਰ ਆ ਗਿਆ ਮੂੰਹ ਨੇੜੇ, ਅਤੇ ਉਸਨੇ ਦੇਖਿਆ ਵੀ ਸ਼ਾਇਦ ਕੋਈ ਸੁੱਕੀ ਹੋਈ ਲੱਕੜ ਖੜ੍ਹੀ ਹੈ, ਵੀ ਜੰਗਲ 'ਚ ਦੂਰ ਕੀ ਜਾਣਾ, ਇਹਦੀ ਲੱਕੜ ਵੱਢ ਲੈਂਦੇ ਹਾਂ। ਆ ਕੇ ਉਸਨੇ ਕੁਹਾੜੇ ਦਾ ਪੀਨ ਇਹਦੀ ਪਿੱਠ 'ਚ ਮਾਰਿਆ, ਇਹ ਦੇਖਣ ਵਾਸਤੇ ਕਿ ਆਵਾਜ਼ ਕਹੀ ਜੀ ਆਉਂਦੀ। ਫਰੀਦ ਆਪਣੇ ਧਿਆਨ ਸੀ, ਧੱਕਾ ਖਾ ਕੇ ਦੂਰ ਚਲਿਆ ਗਿਆ। ਮੁੜ ਕੇ ਦੇਖਿਆ ਕਿ ਕੋਈ ਲੁਹਾਰ ਹੈ, ਘੜਾ ਸਿਰ 'ਤੇ ਚੁੱਕਿਆ ਹੋਇਆ, ਅਤੇ ਕੋਲੇ ਵਗੈਰਾ ਦੀ ਤਲਾਸ਼ 'ਚ ਇਸਨੇ ਗਲਤੀ ਨਾਲ ਮੈਨੂੰ ਕੁਹਾੜਾ ਮਾਰਿਆ। ਅਤੇ ਉਸ ਵੇਲੇ ਆਪਣੇ ਮਨ ਦੀ ਵੇਦਨਾ ਪ੍ਰਗਟ ਕਰਨ ਵਾਸਤੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦਾ। Oh,
ਵਾਲਾ ਤਪ ਕਰ ਰਿਹਾ। ਤਪ ਸਾਹਿਬ ਸਿੰਘ ਤਿੰਨ ਕਿਸਮ ਦਾ ਹੋਇਆ ਗੱਲ ਹੈ। ਇਹਨਾਂ ਦੇ ਵਿੱਚੋਂ ਇੱਕ ਤਾਂ ਤਪ ਬੜਾ ਸ੍ਰੇਸ਼ਟ ਹੈ, ਜਿਸ ਨੂੰ ਸ਼ਾਂਤਗੀ ਤਪ ਆਖਿਆ ਕਰਦੇ। ਦੂਸਰਾ ਰਾਜਸੀ ਤਪ ਹੋਇਆ ਕਰਦਾ ਹੈ। ਤੀਸਰਾ ਤਪ ਹੋਇਆ ਕਰਦਾ ਹੈ ਜਿਸ ਨੂੰ ਤਾਮਸੀ ਤਪ ਕਿਹਾ ਜਾਂਦਾ। ਤਾਮਸੀ ਤਪ ਹੋਇਆ ਕਰਦਾ ਜਿਹਦੇ ਵਿੱਚ ਸਰੀਰ ਨੂੰ ਧੁੱਪ ਦਿੱਤਾ ਜਾਵੇ, ਖੇਚਲ ਦਿੱਤੀ ਜਾਵੇ, ਤੰਗ ਕੀਤਾ ਜਾਵੇ। ਉਹਦੇ ਮਹੀਨੇ ਸੌ ਸੌ ਕੜਾ ਪਾਣੀ ਦਾ ਹੇਠਾਂ ਬੈਠ ਜਾਣਾ ਅਤੇ ਹੌਲੀ ਹੌਲੀ ਪਾਈ ਜਾਣਾ, ਉਹਨੂੰ ਜਲ ਧਾਰਾ ਆਖਦੇ। ਜੇਠ ਦੇ ਮਹੀਨੇ ਧੂਣੀਆਂ ਤਾਪ ਲੈਣੀਆਂ, ਉਹਦੇ ਵਿੱਚ ਬੈਠ ਜਾਣਾ, ਪੁੱਠਾ ਲੜਕ ਜਾਣਾ, ਖੜਕੇ ਤਪੱਸਿਆ ਕਰਨੀ, ਪਾਣੀ 'ਚ ਖੜ੍ਹੇ ਹੋ ਜਾਣਾ, ਅਨੇਕਾਂ ਤਰੀਕਿਆਂ ਦੇ ਨਾਲ ਸਰੀਰ ਨੂੰ ਧੁੱਪ ਦੇਣਾ, ਭੁੱਖੇ ਰੱਖਣਾ, ਇਹ ਸਾਰੀ ਤਪੱਸਿਆ ਨੂੰ ਤਾਮਸੀ ਤਰਫ ਤਪੱਸਿਆ ਕਿਹਾ ਕਰਦੇ ਨੇ। ਇਹਦਾ ਫਲ ਥੋੜ੍ਹਾ ਹੋਇਆ ਕਰਨਾ, ਸਰੀਰ ਦੇ ਵਿੱਚ ਸਾਹ ਸੱਤ ਮੁੱਕ ਜਾਇਆ ਕਰਦਾ, ਇਹਦਾ ਬਹੁਤਾ ਫਾਇਦਾ ਨਹੀਂ ਹੋਇਆ ਕਰਨਾ, ਕਿਉਂਕਿ ਰਸਤਾ ਤਾਮਸੀ ਤਪੱਸਿਆ ਨਾਲ ਨਹੀਂ ਲੱਭਣਾ। ਦੂਸਰੀ ਹੋਇਆ ਕਰਦੀ ਹੈ ਰਾਜਸੀ ਤਪੱਸਿਆ। ਰਾਜਸੀ ਤਪੱਸਿਆ ਹੋਇਆ ਕਰਦੀ ਹੈ ਵੀ ਆਪਣੀਆਂ ਚਿੱਤ ਵਿਰਤੀਆਂ ਅਤੇ ਇੰਦਰੀਆਂ ਨੂੰ ਸਾਰੀਆਂ ਨੂੰ ਕਾਬੂ ਵਿੱਚ ਰੱਖਣਾ ਅਤੇ ਮਨ ਦੇ ਅੰਦਰ ਭਾਵ ਪੈਦਾ ਕਰਨਾ ਅਹਿੰਸਾ ਦਾ। ਦੁੱਖ ਨਾ ਦੇ ਕਿਸੇ ਦੀ ਪਤ ਸਿਉਂ ਕਰ ਜਾਵੋ, ਕਿਸੇ ਨੂੰ ਨਾ ਮਨ ਨਾਲ ਦੁੱਖ ਦੇਣਾ, ਨਾ ਵਚਨ ਨਾਲ ਦੁੱਖ ਦੇਣਾ, ਨਾ ਸਰੀਰਕ ਤੌਰ 'ਤੇ ਦੁੱਖ ਦੇਣਾ, ਨਾ ਇਸ ਨੂੰ ਚਿਤਗਣੀ ਨਾਲ ਦੁੱਖ ਦੇਣਾ, ਅਤੇ ਉਹਦਾ ਭਲਾ ਮੰਗਣਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾਬ। ਅਹਿੰਸਾ 'ਚ ਨਹੀਂ ਆਉਣਾ, ਅਹਿੰਸਾ ਨੂੰ ਧਾਰਨ ਕਰਨਾ ਅਹਿੰਸਾ ਨੂੰ। ਅਤੇ ਦੂਸਰਾ ਹੋਇਆ ਕਰਦਾ ਝੂਠ, ਜਵਾਨ ਤੋਂ ਮਿਥਿਆ ਨਾਹੀਂ ਰਸਨਾ ਪਸ। ਤੀਸਰਾ ਹੋਇਆ ਕਰਦਾ ਚੋਰੀ ਨਾ ਕਰਨੀ ਕਿਸੇ ਕਿਸਮ ਦੀ। ਚੌਥਾ ਹੋਇਆ ਕਰਦਾ ਸੱਤ ਦਾ ਜੀਵਨ ਬਤੀਤ ਕਰਨਾ, ਕਈ ਕਈ ਚਿਹਰੇ ਨਾ ਰੱਖਣੇ। ਪੰਜਵਾਂ ਹੋਇਆ ਕਰਦਾ ਜਤ ਧਾਰਨ ਕਰਨੀ ਸਾਰੇ ਇੰਦਰੀਆਂ ਦੀ, ਅੱਖਾਂ ਦੀ ਜਤ ਵਰਤ ਰਿਹਾ ਰੂਪ ਨਾ ਦੇਖੇ ਨਿਤ, ਕੰਨਾਂ ਦਾ ਜਤ ਕਰਨ ਨਾ ਸੁਣੇ ਕਹੂੰ ਕੀ ਨਿੰਦਾ। ਇਸ ਤਰ੍ਹਾਂ ਸਾਰੇ ਇੰਦਰੀਆਂ ਦਾ ਜਤ ਧਾਰਨ ਕਰਨਾ, ਧੀਰਜਵਾਨ ਹੋਣਾ, ਧੀਰਜ ਵਿੱਚ ਰਹਿਣਾ, ਕਾਹਲੇ ਨਾ ਪੈਣਾ, ਖਿਮਾ ਦਾ ਜਜ਼ਬਾ ਅੰਦਰ ਪੈਦਾ ਕਰਨਾ। ਅਤੇ ਧਰਮ ਦੀ ਮਾਂ ਜਿਸਨੂੰ ਦਇਆ ਕਹਿੰਦੇ ਨੇ, ਧੌਲ ਧਰਮ ਦਇਆ ਕਾ ਪੂਤ, ਦਇਆ ਦੇ ਹਿਰਦੇ 'ਚ ਧਾਰਨ ਕਰਨੀ, ਕੋਮਲਤਾ ਲਿਆਉਣੀ ਅਤੇ ਮਰਿਆਦਾ ਵਿੱਚ ਰਹਿਣਾ, ਜੀਵਨ ਆਪ ਉਧਰਾ ਨਹੀਂ ਰੱਖਣਾ, ਪਵਿੱਤਰਤਾ ਰੱਖਣੀ, ਸਰੀਰ ਦੀ ਪਵਿੱਤਰਤਾ, ਬਸਤਰਾਂ ਦੀ ਪਵਿੱਤਰਤਾ, ਵਚਨਾਂ ਦੀ ਪਵਿੱਤਰਤਾ, ਮਨ ਦੀ ਪਵਿੱਤਰਤਾ, ਬੁੱਧੀ ਦੀ ਪਵਿੱਤਰਤਾ, ਅੰਤਸ਼ਕਰਨ ਦੀ ਪਵਿੱਤਰਤਾ। ਸੋ ਇਹ ਸਾਰਾ ਜੋ ਕੁਛ ਹੈ, ਇਹ ਸਾਰੀਆਂ ਚੀਜ਼ਾਂ ਰਾਜਸੀ ਤਪ ਹੋਇਆ ਕਰਦਾ ਅਤੇ ਇਸ ਤੋਂ ਗਾਂਹ ਹੋਇਆ ਕਰਦੀ ਹੈ ਗੁਰਸੇਵਾ, ਗੁਰੂ ਦੀ ਸੇਵਾ ਕਰ। ਸੇਵਾ ਵਾਲਾ ਜੀਵਨ, ਸੇਵਾ ਕਰਾਉਣੀ ਨਹੀਂ ਕਿਸੇ ਤੋਂ, ਆਪ ਸੇਵਾ ਕਰ, ਸੰਤੋਖ ਧਾਰਨ ਕਰਨਾ, ਮਨ ਦੇ ਅੰਦਰ ਭਾਵ ਰੱਖਣਾ ਕਿ ਵਾਹਿਗੁਰੂ ਸੱਚ ਹੈ, ਵਾਹਿਗੁਰੂ ਸਭ ਕੁਝ ਜਾਣਦਾ ਹੈ, ਸਾਰੇ ਪਰਿਪੂਰਨ, ਇਸ ਭਾਵ ਨੂੰ ਵਧਾਉਂਦੇ ਚਲੇ ਜਾਣ ਅਤੇ ਫਿਰ ਕਮਾਈ ਕਰਕੇ, ਦਸਾਂ ਦਾਵਾਂ ਦੀ ਕਮਾਈ ਤੋਂ ਬਾਅਦ ਪਰਮੇਸ਼ੁਰ ਦੇ ਲੇਖੇ ਆਪਣੀ ਕਮਾਈ ਤੋਂ ਕੁਝ ਕੱਢਣਾ, ਇਸ ਨੂੰ ਦਾਨ ਆਖਦਿਆਂ ਲੋੜਵੰਦ ਨੂੰ ਕਹਿਣਾ, ਪੂਜਾ ਕਰਨੀ, ਤਿਆਗ ਦੀ ਵਿਰਤੀ ਰੱਖਣੀ, ਗ੍ਰਹਿਣ ਨਹੀਂ ਕਰਨਾ, ਕੋਈ ਮਾੜਾ ਧਨ ਨਹੀਂ ਅੰਗੀਕਾਰ ਕਰਨਾ, ਰਿਸ਼ਵਤਾਂ, ਹੋਰ ਠੱਗੀ ਬੱਗੀ ਦਾ, ਮਿਲਾਵਟਾਂ ਦਾ ਧਨ, ਐਸਾ ਧਨ ਦਾ ਤਿਆਗ ਕਰਨਾ, ਵਿਰਤੀ ਕ੍ਰੋਧਵਾਨ ਨਹੀਂ ਰੱਖਣੀ, ਲਾਲਚੀ ਨਹੀਂ ਰੱਖਣੀ, ਸ਼ਾਂਤ ਵਿਰਤੀ ਰੱਖਣੀ, ਅਤੇ ਹਿਰਦੇ ਦੇ ਅੰਦਰ ਗਰੂਰ ਨਹੀਂ ਆਉਣ ਦੇਣਾ, ਅਭਿਮਾਨ ਨਹੀਂ ਆਉਣ ਦੇਣਾ, ਨਿਮਰਤਾ ਧਾਰਨ ਕਰਨੀ, ਬੋਲ ਹਮੇਸ਼ਾ ਹੀ ਮਿੱਠਾ ਬੋਲਣਾ, ਫਿੱਕਾ ਨਹੀਂ ਬੋਲਣਾ। ਸੋ ਇਸ ਤਰ੍ਹਾਂ ਮਾਨਸਿਕ ਮੌਨ ਰੱਖਣਾ, ਇੱਕ ਤਾਂ ਮੌਨ ਹੁੰਦਾ ਜ਼ੁਬਾਨ ਦਾ, ਬੋਲਣਾ ਨਹੀਂ ਮੈਂ ਕਿਸੇ ਨਾਲ, ਸਵਾ ਮਹੀਨਾ ਨਹੀਂ ਬੋਲਣਾ, ਇਹ ਵੀ ਚੰਗਾ ਹੈ, ਆਦਮੀ ਕੁਝ ਨਾ ਕੁਝ ਹਾਸਲ ਕਰ ਲੈਂਦਾ, ਇਹ ਬਾਨਣਾ ਹੈ, ਇੱਕ ਬਹੁਤੀ ਬਾਤ ਨਹੀਂ ਇਹਦੇ 'ਚ। ਇੱਕ ਹੈ ਮਾਨਸਿਕ ਮੌਨ, ਮਨ ਦੀਆਂ ਦਿੱਤੀਆਂ ਨਹੀਂ ਕਿਤੇ ਜਾਣਦੇ, ਇਹਨਾਂ ਨੂੰ ਰੋਕ ਕੇ ਰੱਖਣਾ ਸ਼ਬਦ ਦੇ ਨਾਲ ਲਾ ਕੇ। ਇਸ ਤੋਂ ਬਾਅਦ ਹੋਇਆ ਕਰਦਾ ਹੋਮ, ਇੱਕ ਤਾਂ ਹੋਮ ਹੋਇਆ ਕਰਦਾ ਵੀ ਅੱਗ ਦੇ ਵਿੱਚ ਘਿਓ ਪਾ ਕੇ ਹੋਮ ਕਰਦੇ ਹਾਂ, ਲੇਕਿਨ ਜੋ ਹੋਮ ਅਸਲੀ ਹੈ ਉਹ ਹੈ ਕਿ ਭੁੱਖੇ ਨੂੰ ਪ੍ਰਸ਼ਾਦਾ ਛਕਾਉਣ। ਪੰਜ ਅਗਨਾਂ ਅੱਗਾਂ ਹੋਇਆ ਕਰਦੀਆਂ, ਜੋ ਕੋਈ ਆਇਆ ਕਰਦਾ ਉਹਦੀਆਂ ਪੰਜੇ ਅੱਗਾਂ ਨੂੰ ਬੁਝਾਉਣ ਵਾਸਤੇ, ਇੱਕ ਥਾਂ ਪ੍ਰਸ਼ਾਦਾ ਛਕਾਉਣਾ, ਦੂਸਰਾ ਮਿੱਠੇ ਵਚਨ ਬੋਲਣੇ, ਤੀਸਰਾ ਉਹਦੀ ਮਦਦ ਕਰਨੀ, ਲੋੜ ਪੂਰੀ ਕਰਨੀ, ਇਸ ਤਰ੍ਹਾਂ ਦੀਆਂ ਪੰਜ ਅੱਗਾਂ ਉਸਦੀਆਂ ਬੁਝਾਇਆ ਕਰਦੀਆਂ ਨੇ। ਸੋ ਇਸ ਤੋਂ ਬਾਅਦ ਫਿਰ ਬੰਦਗੀ ਕਰਨੀ, ਸਵਾਸਾਂ ਨੂੰ ਰੋਕ ਕੇ ਸ਼ਬਦ ਦੇ ਨਾਲ ਸੁਰਤ ਲਾ ਕੇ ਨਾਮ ਜਪਣਾ, ਅਤੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਜਿਹੜੀਆਂ ਵਾਸ਼ਨਾ ਨੇ, ਪੰਜੇ ਹੈ,
ਪੰਜ ਜੋ ਰਸ ਹੈ ਇਹਦੇ ਅੰਦਰ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਵਿਸ਼ੇ ਕਹਾਉਂਦੇ ਨੇ ਅਤੇ ਪੰਜ ਕਿਸਮ ਦੀਆਂ ਵਾਸ਼ਨਾ ਇਹਦੇ ਹੁੰਦੀਆਂ ਇਹ ਸਾਰੀਆਂ ਨੂੰ ਰੋਕ ਕੇ ਵਾਰ ਵਾਰ ਪਰਮੇਸ਼ੁਰ ਦੇ ਨਾਮ ਵੱਲ ਮਨ ਲਾਉਣਾ ਅਤੇ ਫਿਰ ਉਸ ਨਾਮ ਦੇ ਅਰਥ ਭਾਵ ਦੇ ਵਿੱਚ ਲੀਨ ਹੋਣਾ ਇਸ ਨੂੰ ਸਾਰੇ ਨੂੰ ਜਿੰਨਾ ਮੈਂ ਬੇਨਤੀ ਕਰੀ ਹੈ ਇਸ ਨੂੰ ਰਾਜ ਸੀਤਾ ਪਾਠਿਆ ਕਰਦੇ ਨੇ ਇਹਦਾ ਫਲ ਬਹੁਤ ਵੱਡਾ ਹੋਇਆ ਕਰਦਾ ਇਹਦੇ ਵਿੱਚ ਘਰ ਛੱਡਣ ਦੀ ਲੋੜ ਨਹੀਂ ਹੈ ਕਿਤੇ ਜਾਣ ਦੀ ਲੋੜ ਨਹੀਂ ਬੱਚਿਆਂ ਦੇ ਵਿੱਚ ਰਹਿੰਦਾ ਹੋਇਆ ਗੁਰੂ ਤੋਂ ਜੁਗਤ ਪ੍ਰਾਪਤ ਕਰਕੇ ਅਤੇ ਇਹ ਜੋ ਜਗਿਆਸੂ ਹੈ ਬੜੀ ਉੱਚੀ ਪਦਵੀ ਪ੍ਰਾਪਤ ਕਰ ਸਕਿਆ ਗਿਆ ਤੀਸਰਾ ਜੋ ਤਪ ਹੈ ਜਿਸ ਨੂੰ ਸਾਂਤਕੀ ਤਪ ਆਖਦੇ ਨੇ ਉਹ ਹੁਣ ਤੁਸੀਂ ਕਰ ਰਹੇ ਹੋ ਸਤਸੰਗ ਦੇ ਵਿੱਚ ਖੇਚਲ ਝੱਲ ਕੇ ਵੀ ਪਹੁੰਚਣਾ ਅਤੇ ਵਿਚਾਰ ਕਰਨੀ ਬ੍ਰਹਮ ਦੀ ਵਿਚਾਰ ਕਰਨੀ ਕਿ ਵਾਹਿਗੁਰੂ ਸਾਰੇ ਪਰਿਪੂਰਨ ਹੈ ਕੋਈ ਥਾਂ ਐਸਾ ਨਹੀਂ ਮੇਰਾ ਸਤਿਗੁਰੂ ਇਹ ਕਹਿਣਾ ਹੈ ਵੀ ਘੱਟ ਘੱਟ ਮੈਂ ਹਰਜੂ ਵਸੇ ਅਤੇ ਹਰੇਕ ਦੇ ਅੰਦਰ ਪਰਮੇਸ਼ੁਰ ਵਸ ਰਹੇ ਫਿਰ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਨ ਜੋੜਨਾ ਮਨ ਜੋੜ ਕੇ ਪੂਰੀ ਸ਼ਰਧਾ 'ਚ ਆ ਕੇ ਇਹਨਾਂ ਨੂੰ ਪ੍ਰਤੱਖ ਗੁਰੂ ਦਾ ਰੂਪ ਮੰਨ ਕੇ ਇਹਨਾਂ ਦੀ ਬਾਣੀ ਨੂੰ ਜੀਵਨ ਦੇ ਵਿੱਚ ਘਟਾਉਣਾ ਫਿਰ ਬਾਣੀ ਘਟਾ ਕੇ ਬ੍ਰਹਮ ਦਾ ਚਿੰਤਨ ਕਰਨਾ ਵਾਹਿਗੁਰੂ ਦਾ ਹੀ ਹਰ ਵਕਤ ਵਾਹਿਗੁਰੂ ਦਾ ਧਿਆਨ ਕਰਨਾ ਅਤੇ ਗੱਲਬਾਤ ਵੀ ਜਦ ਕਰਨੀ ਹੈ ਗੁਰੂ ਦੀ ਕਰਨੀ ਹੈ ਵਾਹਿਗੁਰੂ ਦੀ ਕਰਨੀ ਹੈ ਅਤੇ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਰਮਿਆ ਹੋਇਆ ਦੇਖਣਾ ਅਸਤ ਦੇ ਤਿਆਗ ਕਰਨਾ ਅਤੇ ਸੱਤ ਨੂੰ ਦ੍ਰਿੜ ਹੋ ਕੇ ਧਾਰਨ ਕਰਨਾ ਵੈਰਾਗ ਕਰਨਾ ਸੁਣਨੀ ਬਾਣੀ ਅਤੇ ਫਿਰ ਉਸਨੂੰ ਮੰਨਣਾ ਫਿਰ ਮੰਨ ਕੇ ਉਸਨੂੰ ਆਪਣੇ ਜੀਵਨ ਦੇ ਵਿੱਚ ਪੱਕਾ ਕਰਨ ਵਾਸਤੇ ਵਾਰ ਵਾਰ ਅਭਿਆਸ ਕਰਨਾ ਅਤੇ ਉਸ ਤੋਂ ਬਾਅਦ ਫਿਰ ਜੋ ਕੁਛ ਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਸ ਸਰੂਪ ਦਾ ਵਾਰ ਵਾਰ ਚਿੰਤਨ ਕਰਨਾ ਇਹ ਜੋ ਤਪ ਹੈ ਇਹ ਸਾਂਤਕੀ ਤਪ ਹੋਇਆ ਕਰਦਾ ਹੈ ਸੋ ਇਹਦਾ ਬਹੁਤਾ ਫਲ ਹੋਇਆ ਕਰਦਾ ਲੇਕਿਨ ਬਹੁਤ ਸਾਰੇ ਐਸੇ ਵੀ ਪ੍ਰੇਮੀ ਹੋਏ ਨੇ ਜਿਨ੍ਹਾਂ ਨੂੰ ਨੇ ਸਰੀਰ ਨੂੰ ਬੜੇ ਕਸ਼ਟ ਦਿੱਤੇ ਪਾਣੀਆਂ 'ਚ ਖੜ੍ਹੇ ਰਹੇ ਬੇਅੰਤ ਮਸਾਲਾ ਨੇ ਐਸੀ ਅਤੇ ਰਾਵਣ ਨੇ ਵੀ ਬੜਾ ਭਾਰਾ ਤਪ ਕਰਿਆ ਹੋਰ ਵੀ ਬੇਅੰਤ ਨੇ ਤਪ ਕਰਿਆ ਲੇਕਿਨ ਜੋ ਸ਼ਾਂਤਕੀ ਤਪ ਹੈ ਉਸ ਤਪ ਦੀ ਕੋਈ ਬਰਾਬਰੀ ਨਹੀਂ ਕਰਿਆ ਕਰਦਾ ਬਾਬਾ ਫਰੀਦ ਇਸ ਵੇਲੇ ਤਮੋ ਗੁਣ ਤਪ ਕਰ ਰਿਹਾ ਸਰੀਰ ਨੂੰ ਗਾਲ ਰਿਹਾ ਅਤੇ ਇੱਕ ਥਾਂ 'ਤੇ ਐਸਾ ਹੋ ਗਿਆ ਇਹ ਆਪਣੇ ਖਾਣਾ ਪੀਣਾ ਛੱਡ ਦਿੱਤਾ ਹਰ ਵਕਤ ਦੁਆ ਕਰੀ ਜਾਂਦਾ ਅਤੇ ਆਪ ਉਸ ਅਵਸਥਾ ਦਾ ਵਰਣਨ ਕਰਦੇ ਹੋਏ ਥੋੜ੍ਹਾ ਸ਼ਿਕਵਾ ਕਰਦੇ ਕਹਿਣ ਲੱਗੇ ਦੇਖੋ ਸਰੀਰ ਸੁੱਕ ਗਿਆ ਕਾਲਾ ਹੋ ਗਿਆ ਲੇਕਿਨ ਅਜੇ ਵੀ ਮੈਨੂੰ ਪਰਮੇਸ਼ੁਰ ਨਹੀਂ ਮਿਲਿਆ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ Thank you.
ਪਛਾਣ ਤੇ ਸ਼ਿਕਵਾ ਕਰਦੇ ਕਿ ਤਨ ਵੀ ਸੁਕਾ ਲਿਆ ਤੇ ਅਜੇ ਤੱਕ ਪਰਮੇਸ਼ਰ ਨਹੀਂ ਆਇਆ, ਅੜੀਕ ਰਿਹਾ। ਇੱਕ ਦਿਨ ਕੋਇਲਾ ਬੈਠੀ, ਆਵਾਜ਼ ਪਹਿਲਾਂ ਦੂਰ ਤੋਂ ਸੁਣਦਾ, ਬੜੀ ਦਿਲ ਵਜਵੀਂ ਆਵਾਜ਼ ਆ ਰਹੀ ਹੈ, ਅੰਦਰ ਗੱਚ ਉੱਠਦਾ ਹੈ, ਵਾਰ ਵਾਰ ਨੇਤਰਾਂ 'ਚੋਂ ਜਲ ਜਾਂਦਾ ਹੈ। ਆਵਾਜ਼ ਨੂੰ ਸੁਣਦੀ, ਹੌਲੀ ਹੌਲੀ ਨੇੜੇ ਆ ਗਈ, ਦੇਖਿਆ ਛੋਟਾ ਜਿਹਾ ਜਾਨਵਰ, ਰੰਗ ਕਾਲਾ ਹੈ। ਕਹਿਣ ਲੱਗੇ ਆਵਾਜ਼ ਬਹੁਤ ਸੋਹਣੀ ਹੈ, ਹੋ ਸਕਦਾ ਹੈ ਕਿਸੇ ਕਾਰਨ ਕਰਕੇ ਇਸਦਾ ਰੰਗ ਕਾਲਾ ਹੋਇਆ ਹੋਵੇ। ਮੈਂ ਵੀ ਬੜਾ ਸੋਹਣਾ ਸੁਨੱਖਾ ਗੋਰੇ ਰੰਗ ਦਾ ਸੀ ਅਤੇ ਮੇਰਾ ਰੰਗ ਵੀ ਕਾਲਾ ਹੋ ਚੁੱਕਿਆ। ਤਾਂ ਉਸ ਵੇਲੇ ਬਾਬੇ ਫਰੀਦ ਕੋਇਲ ਨੂੰ ਸਵਾਲ ਕਰਦੇ, ਕਹਿਣ ਲੱਗੇ, ਹੈ ਕੋਇਲ, ਕੀ ਤੂੰ ਮੈਨੂੰ ਦੱਸ ਸਕਦੀ ਹੈ ਕਿ ਤੇਰਾ ਰੰਗ ਕਿਉਂ ਕਾਲਾ ਹੋ ਗਿਆ? ਇਸ ਤਰ੍ਹਾਂ ਸਵਾਲ ਹੈ ਉਹਨਾਂ ਖਾਧੀ ਉਹ ਕਰ ਆਰਾਮ ਨਾ ਬਹਿੰਦੇ। ਨਿਉਂ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਰਹਿੰਦੇ। ਜਿਹਨੂੰ ਨਿਉਂ ਲੱਗ ਗਿਆ ਉਹਨੂੰ ਤਾਂ ਖਿੱਚ ਪਈ ਰਹਿੰਦੀ ਹੈ, ਫਿਰ ਖਾਣਾ ਪੀਣਾ ਸਭ ਵਿਸਰ ਜਾਇਆ ਕਰ। ਹਰ ਵਕਤ ਇੱਕੋ ਗੱਲ ਬਹਿੰਦੀ ਹੈ ਸਾਹਮਣੇ ਕਿ ਕਿਸ ਤਰ੍ਹਾਂ ਮਿਲਾਪ ਹੋਵੇ, ਕਿਵੇਂ ਵਿਛੋੜਾ ਕਰੇ। ਭਾਈ ਵੀਰ ਸਿੰਘ ਜੀ ਜੋ ਬੜੇ ਅਨੁਭਵੀ ਮਹਾਂਪੁਰਸ਼ ਹੋਏ, ਆਪਨੇ ਇੱਕ ਕੋਲੇ ਦੀ ਮਿਸਾਲ ਦੇ ਕੇ ਇਸ ਭਾਵ ਨੂੰ ਜਲਾਉਣ ਦਾ ਯਤਨ ਕੀਤਾ ਹੈ ਕਿ ਸਾਬਣ ਲਾ ਲਾ ਧੋਤਾ, ਕੋਲਾ ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾਰ ਰੰਗਣ ਵੀ ਧਰਿਆ, ਰੰਗ ਨਾ ਉਸ ਬਟਾਇਆ। ਕਹਿਣ ਲੱਗੇ, ਕੀ ਗੱਲ, ਤੇਰਾ ਰੰਗ ਕਿਉਂ ਨਹੀਂ ਬਟਦਾ? ਅਸੀਂ ਸਾਰੇ ਯਤਨ ਕਰ ਲਏ,
ਕਹਿਣ ਲੱਗੇ ਇਸ ਤਰ੍ਹਾਂ ਨਹੀਂ ਪਿਆਰਿਓ ਮੇਰਾ ਰੰਗ ਬਚਾ, ਕਿਉਂਕਿ ਤੁਸੀਂ ਕਾਰਨ ਨਹੀਂ ਜਾਣ ਸਕੇ ਕਿ ਮੈਂ ਕੋਲ ਕਾਲਾ ਕਿਉਂ ਹੋ ਗਿਆ। ਕਹਿਣ ਲੱਗੇ ਕੀ ਕਾਰਨ ਹੈ? ਕਹਿਣ ਲੱਗੇ ਮੇਰਾ ਪਿਆਰ ਹੈ ਅੱਗ ਦੇ ਨਾਲ, ਉਹ ਤਾਂ ਮੈਂ ਵਿਛੜ ਗਿਆ, ਵਿਛੜ ਕੇ ਕਾਲਕ ਸੀ ਆਈ ਬਿਨ ਮਿਲਿਆ ਨਹੀਂ ਰਹਿੰਦੀ, ਅੰਗ ਅੱਗ ਦੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਏ, ਮੈਨੂੰ ਅੱਗ ਮਿਲਾ ਦਿਓ ਦੇਖੋ ਕਿਵੇਂ ਮੈਨੂੰ ਮਿਲਾਪ ਦਾ ਰੂਪ ਚੜ੍ਹੇਗਾ। ਤੈਨੂੰ ਨਹੀਂ ਚੜ੍ਹਦਾ, ਨਾ ਤੇਰੇ ਅੰਦਰ ਕਦੇ ਵਿਰਾਹ ਆਇਆ ਅਤੇ ਨਾ ਤੈਨੂੰ ਕਦੇ ਰੰਗ ਚੜ੍ਹਨਾ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜਾਂਦੇ ਨੇ, ਜਾਂਦੇ ਜਾਂਦੇ ਆਪ ਇੱਕ ਸਰੋਵਰ ਦੇ ਕੰਢੇ ਬੈਠ, ਸਰੋਵਰ ਲਹਿ ਲਹਾਉਂਦਾ, ਬੇਅੰਤ ਭੌਰੇ ਪੰਛੀ ਚਹਿਚਹਾ ਰਹੇ, ਭੌਰਿਆਂ ਦੀ ਗੁੰਜਾਰ ਪੈ ਰਹੀ ਹੈ, ਅਤੇ ਉਹਦੇ ਅੰਦਰ ਕਮਲ ਫੁੱਲ ਸਾਰੇ ਖਿੜੇ ਹੋਏ, ਰੰਗਾ ਰੰਗ ਦੇ ਕਮਲ ਫੁੱਲ ਖੜੇ। ਕੁਛ ਸਮੇਂ ਤੋਂ ਬਾਅਦ ਮਹਾਰਾਜ ਉੱਥੇ ਫੇਰ ਆਏ ਅਤੇ ਕੀ ਦੇਖਦੇ ਨੇ? ਨਾ ਉਹ ਕਮਲ ਫੁੱਲ ਨੇ ਅਤੇ ਨਾ ਉਹ ਭੌਰੇ ਨੇ, ਨਾ ਉਹ ਪੰਛੀਆਂ ਦੀ ਗੁੰਜਾਰ। ਅਤੇ ਸਵਾਲ ਕੀਤਾ ਇੱਕ ਨੂੰ, ਕਹਿਣ ਲੱਗੇ ਬੱਬਰ ਤੂੰ ਹਰਿਆਵਲਾ, ਕਹਿੰਦੇ ਤੂੰ ਬੜਾ ਹਰਿਆਵਲਾ ਸੀ, ਖਿੜਿਆ ਹੋਇਆ ਸੀ, ਅਤੇ ਤੇਰਾ ਜਿਹੜਾ ਰੰਗ ਸੀ ਉਹ ਕੰਚਨ ਵਰਗਾ ਸੀ, ਸੋਨੇ ਵਰਗਾ, ਮਨ ਨੂੰ ਲਵਾਉਣ ਵਾਲਾ। ਕੀ ਗੱਲ ਹੋ ਗਈ? ਕਾਲੀ ਹੋਈ ਆ ਦੇਹਰੀ, ਕਿ ਤੇਰੀ ਦੇਹ ਕਾਲੀ ਹੋ ਗਈ ਅਤੇ ਤੇਰਾ ਮਨ ਤਨ ਦਾ ਭੰਗ ਹੋ ਗਿਆ ਸਾਰਾ, ਕਾਰਨ ਕੀ ਹੈ? ਉਹ ਕਹਿਣ ਲੱਗੇ ਹੇ ਗੁਰੂ ਨਾਨਕ, ਕਾਰਨ ਕੀ? ਮੇਰਾ ਪਿਆਰਾ ਵਿਛੜ ਗਿਆ ਮੇਰੇ ਨਾਲ, ਮੇਰਾ ਪਾਣੀ ਨਾਲ ਪਿਆਰ ਸੀ, ਦਾਣਾ ਪਾਣੀ ਨਾ ਲਹਾ, ਜਾਣਾ ਪਾਣੀ ਨਾ ਲਹਾ, ਮੈਨੂੰ ਹੁਣ ਮਿਲ ਨਹੀਂ ਰਿਹਾ, ਉਹ ਮੇਰੀ ਜ਼ਿੰਦਗੀ ਸੀ, ਉਸ ਤੋਂ ਮੈਂ ਟੁੱਟ ਗਿਆ, ਇਸ ਕਰਕੇ ਮੇਰਾ ਆਹ ਹਾਲ ਹੋ ਗਿਆ, ਮੈਂ ਸੜ ਗਿਆ, ਗਿਰ ਗਿਆ। ਸੋ ਇਹ ਵਿਰਹ ਦੀ ਹਾਲਤ ਹੈ ਜਿਹਨੂੰ ਕਦੇ ਵਿਰਹਾ ਆਇਆ ਹੋਵੇ, ਬਾਕੀ ਸੰਸਾਰ ਨਹੀਂ ਜਾਣਦਾ, ਕਿਉਂਕਿ ਇਸ ਰਸਤੇ ਹੀ ਨਹੀਂ ਪਿਆ, ਨਾ ਕਦੇ ਖਿੱਚ ਪਈ ਆ। ਮਹਾਰਾਜ ਕਹਿੰਦੇ ਸੰਸਾਰ ਤਾਂ ਮਰਿਆ ਹੋਇਆ ਹੈ, ਜਿਉਂਦਾ ਕਿਸੇ ਮਨੁੱਖ 'ਚ ਹੋਣ, ਅਤੀ ਸੁੰਦਰ ਹੋਵੇ,
ਜਿੱਥੋਂ ਗਾਹ ਸੁੰਦਰਤਾ ਖਤਮ ਹੋਵੇ, ਕੁਲੀਨ ਹੋਵੇ, ਚਤਰ ਹੋਵੇ, ਗੱਲਬਾਤ ਚ ਘੰਟਿਆਂ ਬੁੱਧੀ ਬੋਲ ਸਕਦਾ ਹੋਵੇ, ਕਿਸੇ ਨੂੰ ਗੱਲ ਨਾ ਆਉਣ ਦਿੰਦਾ ਹੋਵੇ, ਤੇ ਮੂੰਹ ਦਾ ਗਿਆਨੀ ਹੋਵੇ। ਦੋ ਕਿਸਮ ਦੇ ਗਿਆਨਵਾਨ ਹੋਇਆ ਕਰਦੇ ਨੇ। ਇੱਕ ਤਾਂ ਉਹ ਹੋਇਆ ਕਰਦੇ ਨੇ ਜਿਹੜੇ ਵਿਦਿਆ ਨੂੰ ਆਪਣੇ ਉੱਤੇ ਘਟਾਇਆ ਕਰਦੇ ਨੇ। ਉਹ ਪੜ੍ਹਦੇ ਇਸ ਵਾਸਤੇ ਹੁੰਦੇ ਆ ਕਿ ਮੈਂ ਠੀਕ ਹੋ ਜਾ, ਮੇਰਾ ਉਧਾਰ ਹੋ ਜਾ। ਉਹਨਾਂ ਦੇ ਅਨੁਭਵ ਚੋਂ ਜਦ ਦੁਬਾਰਾ ਵਿਦਿਆ ਆਉਂਦੀ ਹੈ ਸੰਸਾਰ ਵਾਸਤੇ, ਤਾਂ ਫਿਰ ਉਹ ਅੰਮ੍ਰਿਤ ਦਾ ਕੰਮ ਕਰਿਆ ਕਰਦੀ ਹੈ, ਕਿਉਂਕਿ ਵਿਦਿਆ ਕਮਾਲ ਹੀ ਹੋ ਸਕਦੀ। ਜਿਸ ਤਰ੍ਹਾਂ ਸਮੁੰਦਰ ਦਾ ਪਾਣੀ ਹੈ, ਉਹ ਖਾਰਾ ਹੋਇਆ ਕਰਦਾ, ਜਦੋਂ ਬਦਲਾਂ ਦੇ ਰਾਹੀਂ ਹੋ ਕੇ ਫਿਰ ਮੀਂਹ ਵਰਸੇ ਤਾਂ ਉਸ ਵੇਲੇ ਮਿੱਠਾ ਹੋਇਆ ਕਰਦਾ, ਫਸਲਾਂ ਹੁੰਦੀਆਂ ਨੇ ਅਤੇ ਸਾਰੇ ਠੰਡ ਵਰਤ ਜਾਇਆ ਕਰਦੀ। ਇਸੇ ਤਰ੍ਹਾਂ ਜਿਹੜੀ ਵਿਦਿਆ ਕਮਾਈ ਹੋਈ ਹੁੰਦੀ ਹੈ, ਜੀਵਨ 'ਤੇ ਘਟਾਈ ਹੋਈ ਹੋਇਆ ਕਰਦੀ ਹੈ, ਜਦੋਂ ਅਨੁਭਵ 'ਚੋਂ ਆਪਣੇ ਆਪ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ, ਉਸ ਵੇਲੇ ਸੈਂਕੜੇ ਬੰਦਿਆਂ ਦਾ ਉਧਾਰ ਕਰ ਲਿਆ ਕਰਦੀ। ਜਿਹੜੀ ਵਿਦਿਆ ਦੂਸਰੀ ਤਰ੍ਹਾਂ ਹੁੰਦੀ ਹੈ, ਵੀ ਆਪ ਤਾਂ ਅਮਲ ਨਹੀਂ ਕਰਨਾ, ਦੂਸਰਿਆਂ ਨੂੰ ਸੁਣਾ ਸੁਣਾ ਕੇ ਵਾਹਵਾ ਵੀ ਹਾਸਿਲ ਕਰਨੀ, ਪੈਸੇ ਵੀ ਲੈਣੇ, ਹੋਰ ਵੀ ਗੱਲਾਂ ਬਾਤਾਂ ਕਰਨੀਆਂ, ਅਤੇ ਜੀਵਨ ਆਪਣਾ ਉਸੇ ਥਾਂ 'ਤੇ ਰੱਖਣਾ, ਉਹ ਵਿਦਿਆ ਮਾਰੂ ਹੋਇਆ ਕਰਦੀ ਹੈ। ਉਸਨੂੰ ਮੁੱਖ ਗਿਆਨੀ ਕਿਹਾ ਕਰਦੇ ਨੇ। ਧਨਵੰਤ ਅਸਟੀਮ ਤੱਕ ਧਨੀ ਹੋਵੇ, ਇਹ ਸਾਰੀਆਂ ਸਿਫਤਾਂ ਇੱਕ ਬੰਦੇ 'ਚ ਹੋਣ, ਲੇਕਿਨ ਜੇ ਪਿਆਰ ਉਹਦੇ ਹਿਰਦੇ ਵਿੱਚ ਨਹੀਂ ਹੈ ਪਰਮੇਸ਼ੁਰ ਦਾ, ਤਾਂ ਮਹਾਰਾਜ ਕਹਿੰਦੇ ਉਹ ਮੁਰਦਾ ਹੈ, ਮਰਿਆ ਹੋਇਆ ਹੈ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ, ਉਹ ਮ੍ਰਿਤਕ ਹੋਇਆ ਕਰ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਏ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਸ ਨਾਮ ਦੇ, ਜਿਸਦੇ ਹਿਰਦੇ 'ਚ ਨਾਮ ਵਸਿਆ ਹੋਇਆ, ਨਾਮ ਦੇ ਜਪਣ ਵਾਲਾ, ਉਹ ਤਾਂ ਹੋਇਆ ਕਰਦਾ ਜਿਉਂਦਿਆਂ ਦੇ ਅੰਦਰ। ਬਾਕੀ ਸਾਰਾ ਸੰਸਾਰ ਮਹਾਰਾਜ ਕਹਿੰਦੇ ਮਰਿਆ ਪਿਆ, ਖਤਮ ਹੋਇਆ ਪਿਆ। ਸੋ ਇਸ ਕਰਕੇ ਜਿਹਦੇ ਹਿਰਦੇ 'ਚ ਪਿਆਰ ਨਹੀਂ ਉਪਜਿਆ, ਖਿੱਚ ਨਹੀਂ ਪਈ, ਉਹਦਾ ਮੁਰਦਾ ਜੀਵਨ ਹੈ, ਅਜੇ ਜਲਿਆ ਹੋਇਆ ਹੈ। ਕਿਉਂਕਿ ਜਲ ਗਿਆ ਮਾਇਆ ਦੇ ਨਾਲ, ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੁਰਸ਼ ਦੇਖਿਆ ਵਰ ਨਹੀਂ। ਹਰੀ ਦੇ ਨਾਮ ਨੂੰ ਵਿਸਾਰ ਕੇ ਮਾਇਆ ਦੇ ਸੇਕ ਨਾਲ ਜਲ ਗਿਆ। ਸੋ ਜਿਹਨਾਂ ਦੇ ਹਿਰਦੇ 'ਚ ਖਿੱਚ ਹੋਇਆ ਕਰਦੀ ਹੈ, ਉਹਨਾਂ ਦੇ ਕੌਤਕ ਵੀ ਬੜੇ ਨਰਾਲੇ ਹੋਇਆ ਕਰ। ਫਰੀਦ ਨੂੰ ਰਸਤਾ ਨਹੀਂ ਕੋਈ ਵੀ ਲੱਭ ਰਿਹਾ, ਸਰੀਰ ਇੰਨਾ ਕਮਜ਼ੋਰ ਹੋ ਗਿਆ ਕਿ ਕਾਵਾਂ ਨੇ ਮੁਰਦਾ ਸਮਝ ਲਿਆ, ਆ ਕੇ ਠੁੰਗਣਾ ਸ਼ੁਰੂ ਕਰ ਦਿੱਤਾ। ਅਤੇ ਜਿਸ ਵਕਤ ਚੱਲਦੇ ਚੱਲਦੇ ਅੱਖ ਦੇ ਵਿੱਚ ਚੁੰਝ ਮਾਰਨ ਦੀ ਤਿਆਰੀ ਕਰੀ, ਉਸ ਵੇਲੇ ਫਰੀਦ ਨੇ ਬੜੀ ਧੀਮੀ ਆਵਾਜ਼ ਦੇ ਵਿੱਚ ਉਸ ਕਾਂ ਨੂੰ ਇੱਕ ਬੇਨਤੀ ਕੀਤੀ, ਇਸ ਤਰ੍ਹਾਂ ਦੇ ਨਾਲ Thank you.
ਪੁੱਛੇ ਪਿਰ ਦੇਖਣ ਦੀ ਆਸ। ਇਸ ਤਰ੍ਹਾਂ ਦੇ ਨਾਲ ਪਿਰ ਦੇਖਣ ਦੀ ਆਸ ਕਹਿਣ ਲੱਗੇ, ਅਜੇ ਤਾਂ ਮੈਨੂੰ ਪਰਮੇਸ਼ਰ ਦੇ ਦਰਸ਼ਨ ਨਹੀਂ ਹੋਏ, ਮੇਰੀਆਂ ਅੱਖਾਂ ਨਾ ਜੇ। ਸੋ ਇਸ ਤਰ੍ਹਾਂ ਦੇ ਫਰੀਦ ਦੇ ਮਨ ਚੋਂ ਬਲਬਲੇ ਉੱਠਦੇ ਨੇ, ਕੋਇਲ ਨੂੰ ਪੁੱਛਦੇ ਹੈ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕਹਿਣ ਲੱਗੀ ਫਰੀਦਾ, ਮੈਂ ਵੀ ਕਿਸੇ ਨੂੰ ਪਿਆਰ ਕਰਦੀ ਹਾਂ ਅਤੇ ਉਹਦੇ ਪਿਆਰ ਕਰਕੇ ਮੇਰਾ ਰੰਗ ਕਾਲਾ ਹੋ ਗਿਆ, ਆਪਣੇ ਪ੍ਰੀਤਮ ਕੇ ਹੋਂ ਬਿਰਹੋਂ ਜਾਲੀ। ਬਿਰਹੋਂ ਨੇ ਮੈਨੂੰ ਜਾਲ ਦਿੱਤਾ, ਕਿਉਂਕਿ ਬਿਰਹੋਂ ਐਸੀ ਚੀਜ਼ ਹੈ ਜਿਸਦੇ ਹਿਰਦੇ 'ਚ ਪੈਦਾ ਹੋ ਜਾਵੇ ਉਸਨੂੰ ਜਿਉਣਾ ਜਿਹੜਾ ਹੈ ਬਹੁਤ ਮੁਸ਼ਕਲ ਹੋ ਜਾਇਆ। ਕਬੀਰ ਬਿਰਹੋਂ ਪਿਆੰਗਮ ਮਨ ਵਸੇ, ਮੰਤ ਨਾ ਮਾਨੇ ਕੋਈ, ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਕਿਸ ਕਾਰਨ ਕਰਕੇ ਤੂੰ ਇਹ ਹਾਲਤ ਬਣਾਈ ਆ? ਵਿਰਾਗ ਕਰਦਾ ਸੀ, ਕਹਿਣ ਲੱਗਿਆ ਮੈਨੂੰ ਪ੍ਰਭੂ ਨਹੀਂ ਮਿਲਿਆ, ਮੈਨੂੰ ਦਰਸ਼ਨ ਨਹੀਂ ਹੋ ਸਕੇ। ਕਹਿੰਦੇ ਫਰੀਦਾ, ਤੇਰੀ ਧੂੰਦ ਗਲਤ ਹੈ, ਤਲਾਸ਼ ਗਲਤ ਹੈ, ਕਿੱਥੋਂ ਭਾਲਦਾ ਤੂੰ ਰੱਬ ਨੂੰ? ਬਾਹਰੋਂ ਆਊਗਾ? ਬਾਹਰ ਨਹੀਂ ਪਰਮੇਸ਼ਰ ਹੋਇਆ ਕਰ, ਉਹ ਤਾਂ ਇਹਦੇ ਅੰਦਰ ਹੀ ਹੈ, ਬਾਹਰ ਨਹੀਂ ਹੈ ਪਰਮੇਸ਼ਰ, ਤੈਨੂੰ ਅੰਦਰੋਂ ਲੱਭਣਾ ਤੇ ਉਹਦੇ ਵਾਸਤੇ ਤੇਰੀ ਜਿਹੜੀ ਇਹ ਤਲਾਸ਼ ਹੈ ਬਿਲਕੁਲ ਗਲਤ ਹੈ। ਇਸ ਤਰ੍ਹਾਂ ਫਰਮਾਉਂਦਾ Thank you.
ਗਲਤ ਹੈ। ਜਿਸ ਥਾਂ 'ਤੇ ਪਰਮੇਸ਼ੁਰ ਹੈ ਉਸ ਥਾਂ 'ਤੇ ਤਲਾਸ਼ ਕੀਤਿਆਂ ਮਿਲਿਆ ਕਰਨਾ, ਉਸ ਥਾਂ 'ਤੇ ਤਲਾਸ਼ ਕਰੇਗਾ ਉਹ ਤੇਰਾ ਮਨ ਹੈ, ਤੇਰਾ ਅੰਤਸ਼ਕਰਨ ਹੈ, ਤੇਰਾ ਅੰਦਰ ਹੈ, ਅਤੇ ਇਹਦੇ ਅੰਦਰ ਜਦ ਤੂੰ ਖੋਜ ਕਰੇਗਾ ਉਸ ਵੇਲੇ ਤੈਨੂੰ ਮਿਲ ਜਾਏਗਾ। ਆਹ ਜਿਹੜੇ ਤੂੰ ਕੰਮ ਕਰਦਾ ਹੈ ਇਹ ਨਹੀਂ ਠੀਕ ਹੈ ਕਿ ਤਾਨਾ ਤਪਾਏ ਤਨੂਰ ਜਾਂ ਬਾਲਣ ਹੜ ਨਾ ਬਾਲ, ਫਿਰ ਪੈਰੀਂ ਕਿਆ ਫੇੜਿਆ ਅੰਦਰ ਕਿਰੀ ਨਿਹਾਲ, ਉਹ ਤਾਂ ਤੇਰੇ ਅੰਦਰ ਬੈਠਾ ਹੈ, ਤੇਰਾ ਇੰਤਜ਼ਾਰ ਕਰ ਰਿਹਾ। ਇੱਕ ਗੱਲ ਦੇ ਨਾਲ ਮਿਸਾਲ ਨਾਲ ਸਮਝ ਆ ਜਾਏ ਕਿ ਕੋਈ ਰਾਜਾ ਸੀ, ਉਸਦੇ ਔਲਾਦ ਨਹੀਂ, ਉਸਨੇ ਐਲਾਨ ਕਰਤਾ ਕਿ ਮੈਂ ਆਪਣਾ ਜਾਨਸ਼ੀਨ ਪਾਲਣਾ, ਪਰ ਮੇਰਾ ਜਾਨਸ਼ੀਨ ਉਹ ਹੋਏਗਾ, ਮੇਰੀ ਗੱਦੀ ਦਾ ਹੱਕਦਾਰ ਉਹ ਹੋਏਗਾ ਜਿਹੜਾ ਮੈਨੂੰ ਮੇਰੀ ਸੈਰਗਾਹ ਦੇ ਅੰਦਰ ਲੁਕੇ ਹੋਏ ਨੂੰ ਪਾਲ ਲਵੇ। ਤਾਰੀਖ ਨੀਯਤ ਕਰ ਦਿੱਤੀ ਗਈ, ਸਮਾਂ ਨੀਯਤ ਕਰ ਦਿੱਤਾ ਗਿਆ। ਬਹੁਤ ਸਾਰਿਆਂ ਨੂੰ ਜਗਿਆਸਾ ਹੋਈ ਇਸ ਗੱਲ ਦੀ ਕਿ ਰਾਜੇ ਨੂੰ ਟੋਲੀਏ ਅਤੇ ਗੱਦੀ ਦੇ ਉੱਤੇ ਬੈਠੀ, ਗੱਦੀ ਦੇ ਹੱਕਦਾਰ ਬਣੀਏ। ਦਰਵਾਜ਼ਾ ਖੁੱਲ੍ਹ ਗਿਆ ਸੈਰਗਾਹ ਦਾ, ਬੇਅੰਤ ਚੀਜ਼ਾਂ ਬਣਾਈਆਂ ਹੋਈਆਂ ਮਨ ਨੂੰ ਲਵਾਉਣ ਵਾਲੀਆਂ, ਖੇਲਾਂ ਹੋ ਰਹੀਆਂ, ਬੇਅੰਤ ਕਿਸਮ ਦੀਆਂ ਖਾਣ ਪਾਣ ਪੀਣ ਦੀਆਂ ਚੀਜ਼ਾਂ, ਨਾਚ ਗਾਉਣੇ, ਮਨੋਰੰਜਨ ਦੇ ਬਹੁਤ ਸਾਰੇ ਉੱਥੇ ਦ੍ਰਿਸ਼ ਰੱਖੇ ਹੋਏ ਨੇ। ਜੰਗਲ ਹੈ, ਝੀਲਾਂ ਬਣੀਆਂ ਹੋਈਆਂ ਨੇ ਸੈਰ ਸਪਾਟੇ ਦਾ, ਅਤੇ ਭੁੱਲ ਭੁਲਾਈਆਂ ਬਣੀਆਂ ਹੋਈਆਂ, ਹਰ ਬੰਦਾ ਆਪਣੀ ਚੋਇਸ ਦੇ ਮੁਤਾਬਕ ਟੋਲਦਾ। ਫਿਰ ਇੱਕ ਬੰਦਾ ਚੁੱਪ ਕਰਕੇ ਬੈਠਾ ਹੈ ਅਤੇ ਜੋ ਬਾਗ ਦਾ ਇੰਚਾਰਜ ਸੀ ਉਸਦੇ ਦਰਵਾਜ਼ੇ ਮੂਹਰੇ ਬੈਠਾ, ਜਾਂ ਜੋ ਵੀ ਉਹ ਕਹਿੰਦਾ ਉਹ ਕੰਮ ਕਰੀ ਜਾਂਦਾ, ਬੜੀ ਅਧੀਨਗੀ ਨਾਲ ਉਸਦੇ ਨਾਲ ਪੇਸ਼ ਆ ਗਿਆ, ਬੇਨਤੀ ਕਰਦਾ। ਅਖੀਰ ਉਸਨੇ ਪੁੱਛਿਆ ਕਿ ਤੂੰ ਨਹੀਂ ਟੋਲ ਰਿਹਾ, ਸਾਰੇ ਟੋਲ ਰਹੇ ਨੇ। ਕਹਿਣ ਲੱਗਿਆ, ਮਹਾਰਾਜ ਮੈਂ ਇਸ ਵਾਸਤੇ ਨਹੀਂ ਟੋਲ ਰਿਹਾ ਵੀ ਮੈਨੂੰ ਪਤਾ ਨਹੀਂ ਕਿ ਉਹ ਕਿੱਥੇ ਹੈ, ਤੁਸੀਂ ਇਸ ਬਾਗ ਦੇ ਵਿੱਚ ਰਹਿਣ ਵਾਲੇ ਹੋ ਅਤੇ ਇੰਚਾਰਜ ਹੋ, ਤੁਹਾਨੂੰ ਸਭ ਪਤਾ ਵੀ ਉਹ ਕਿੱਥੇ ਲੁਕਿਆ ਹੈ, ਤੁਹਾਨੂੰ ਕੋਈ ਚੀਜ਼ ਨਹੀਂ ਭੁੱਲੀ ਹੋਈ, ਅਤੇ ਤੁਸੀਂ ਮੈਨੂੰ ਕਿਰਪਾ ਕਰਕੇ ਦੱਸੋ। ਪ੍ਰਸੰਨ ਹੋ ਗਿਆ ਉਹਦੀ ਬੇਨਤੀ 'ਤੇ, ਕਹਿਣ ਲੱਗਿਆ ਦੇਖ ਪ੍ਰੇਮੀਆਂ, ਰਾਜੇ ਨੇ ਮੈਨੂੰ ਚਾਬੀ ਫੜਾ ਦੀ ਸੀ ਵੀ ਜੇ ਕੋਈ ਆ ਗਿਆ ਤੈਨੂੰ ਪੁੱਛਿਆ ਤੂੰ ਉਹਨੂੰ ਦੇ ਦੀ ਚਾਬੀ। ਆਹ ਜਿਹੜਾ ਸਾਡਾ ਦਫ਼ਤਰ ਹੈ ਇਹਦੇ ਪਿਛਲੇ ਪਾਸੇ ਇੱਕ ਢੇਰੀ ਹੈ ਮਿੱਟੀ ਦੀ, ਉੱਥੇ ਇੱਕ ਛੋਟਾ ਜਿਹਾ ਤਾਕ ਲੱਗਿਆ ਹੋਇਆ, ਅਤੇ ਉਸ ਤਾਕ ਦੇ ਦਰਵਾਜ਼ਾ ਹੈ, ਉਸ ਦਰਵਾਜ਼ੇ ਨੂੰ ਮੈਂ ਚਾਬੀ ਨਾਲ ਖੋਲ੍ਹ ਲਈ ਅਤੇ ਉੱਥੇ ਦਾਖਲ ਹੋ ਜਾਈ, ਅਤੇ ਉੱਥੇ ਤੈਨੂੰ ਥੋੜ੍ਹੀ ਦੇਰ ਤੋਂ ਬਾਅਦ ਕੁਝ ਸੰਗੀਤ ਸੁਣਾਈ ਦੇਵੇਗਾ, ਕੁਝ ਰੋਸ਼ਨੀ ਦਿਖੇਗੀ, ਹੋਰ ਵੀ ਬਹੁਤ ਸਾਰਾ ਕੁਝ ਦਿਸੇਗਾ, ਲੇਕਿਨ ਤੂੰ ਰਸਤਾ ਭਟਕ ਨਾ ਜਾਈ, ਸੰਗੀਤ ਦੀ ਸਿਹਤ ਵਿੱਚ ਜਾਈ। ਅਤੇ ਉੱਥੇ ਹੌਲੀ ਹੌਲੀ ਤੂੰ ਦਰਵਾਜ਼ਾ ਇੱਕ ਦੂਜਾ ਤੀਜਾ ਚੌਥਾ ਕੱਢ ਕੇ ਜਾ, ਤੂੰ ਦਸਵੇਂ ਦਰਵਾਜ਼ੇ ਜਾਏਗਾ, ਉੱਥੇ ਦਰਵਾਜ਼ਾ ਖੁੱਲ੍ਹੇਗਾ ਅਤੇ ਉੱਥੇ ਉਹ ਪਰਮੇਸ਼ੁਰ ਬੈਠਾ ਹੋਏਗਾ, ਉੱਥੇ ਰਾਜਾ ਬੈਠਾ ਹੋਏਗਾ। ਸੋ ਉਸ ਰਾਜੇ ਨੂੰ ਟੋਲਣ ਦਾ ਹੀ ਤਰੀਕਾ ਹੈ, ਤੂੰ ਹਿੰਮਤ ਕਰ, ਥੋੜ੍ਹਾ ਟਾਈਮ ਰਹਿੰਦਾ ਹੈ ਅਤੇ ਇਹਦੇ ਵਿੱਚ ਟੋਲ। ਸੋ ਉਸਨੇ ਇਸੇ ਤਰ੍ਹਾਂ ਦੇ ਨਾਲ ਕੀਤਾ ਅਤੇ ਅਖੀਰ ਉੱਥੇ ਤੱਕ ਪਹੁੰਚ ਗਏ। ਰਾਜਾ ਬੜਾ ਪ੍ਰਸੰਨ ਹੋਇਆ ਕਿ ਕੋਈ ਨਾ ਕੋਈ ਤਾਂ ਆਏ ਗਿਆ ਇੱਥੇ। ਸੋ ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ ਕਿ ਆਹ ਜਿਹੜਾ ਸਰੀਰ ਹੈ ਮਿੱਟੀ ਦੀ ਢੇਰੀ, ਇਹਦੇ ਵਿੱਚ ਤਾਲੇ ਲੱਗੇ ਹੋਏ ਨੇ। ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸ ਅੰਦੇਸ਼ਾ ਪੱਟ ਜੜ, ਉਹਦੀ ਰਾਖੀ ਕਰਨ ਵਾਸਤੇ ਦੁੱਖਾਂ ਦਾ ਦਰਵਾਜ਼ਾ ਅਤੇ ਰੋਹ ਰਖ ਬਿਠਾਇਆ ਹੋਇਆ ਅਤੇ ਆਸਾਂ ਅੰਦੇਸ਼ਾ ਦੇ ਪੱਟ ਜੜੇ ਹੋਏ ਨੇ, ਹੁਣ ਇਹ ਖੁੱਲ੍ਹਦੇ ਨਹੀਂ ਕਿਸੇ ਤੋਂ। ਅਤੇ ਇਹਦੇ ਅੰਦਰ ਰਹਿੰਦਾ ਤੀਤਰ ਕੋਟ ਗੁਫਾ ਘਰ ਜਾਈ, ਆਹ ਜਿਹੜਾ ਕੋਟ ਹੈ ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤਰ ਕੀਜਾ ਹੈ, ਬਜਰ ਕਪਾਟ ਨਾ ਖੁੱਲ੍ਹਣੀ ਗੁਰ ਸ਼ਬਦ ਕਲੀਜਾ, ਅਨਹਦ ਵਾਜੇ ਧੁਨ ਵਾਜੇ ਦੇ ਗੁਰ ਸ਼ਬਦ ਸੁਣੀਜਾ, ਤਿਤਕਾ ਤੰਤਰ ਚਾਨਣਾ ਘਰ ਭਗਤ ਮਲੀਜਾ, ਸਮਾਂ ਏਕੋ ਵਰਦਾ ਜਿਹਨੇ ਆਪੇ ਰਚਨ ਵਿਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ। ਇਹ ਸਰੀਰ ਦੇ ਨੌ ਦਰਵਾਜ਼ੇ ਇੱਕ ਗੁਪਤ ਰੱਖਿਆ ਹੋਇਆ, ਪੀਤਰ ਕੋਟ ਗੁਫਾ ਘਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਨੌ ਘਰ ਥਾਪ ਦਿੱਤੇ ਖੋਲ੍ਹ ਦਿੱਤੇ। ਇਹਨਾਂ 'ਚ ਜਿਹੜਾ ਜੀਵ ਆਤਮਾ ਹੈ ਇਹ ਕਦੇ ਅੱਖਾਂ ਤੋਂ ਹੀ ਬਾਹਰ ਚਲਿਆ ਜਾਂਦਾ, ਦੇਖਣ ਲੱਗ ਜਾਂਦਾ ਵੀ ਕੌਣ ਹੈ, ਬਿਰਤੀ ਹੈ, ਕਦੇ ਕੰਨਾਂ ਤੋਂ ਹੀ ਬਾਹਰ ਚਲਿਆ ਜਾਂਦਾ, ਸੁਣ ਲੱਗ ਜਾਂਦਾ ਕਿੱਧਰੋਂ ਆਵਾਜ਼ ਆ ਰਹੀ ਹੈ ਕੀ ਕਹਿ ਰਿਹਾ, ਕਦੇ ਜ਼ਬਾਨ ਦੇ ਨਾਲ ਬਾਹਰ ਨਿਕਲਦਾ ਯਤਨ ਕਰਦਾ, ਕਦੇ ਸਪਰਸ਼ ਦੇ ਨਾਲ ਬਾਹਰ ਨਿਕਲਦਾ, ਕਦੇ ਗੰਧ ਦੇ ਨਾਲ ਸੁਗੰਧੀ ਦੇ ਨਾਲ ਬਾਹਰ ਨਿਕਲਦਾ। ਸੋ ਇਸ ਤਰ੍ਹਾਂ ਬਾਹਰ ਭਟਕਦਾ ਫਿਰਦਾ ਨੌਵਾਂ ਦਰਵਾਜ਼ਿਆਂ 'ਤੇ, ਲੇਕਿਨ ਜਿਹੜਾ ਦਸਵਾਂ ਹੈ ਜਿੱਥੇ ਉਹਦਾ ਮਾਲਕ ਰਹਿੰਦਾ ਦਸਵੇਂ ਪੁਰਖ ਅਲੇਖ ਪਾਰੀ, ਉੱਥੇ ਨੂੰ ਨਹੀਂ ਜਾਂਦਾ।
ਆਪੇ ਲੱਖ ਲਖਾਏ ਦਾ। ਸੋ ਇਹਦੇ ਅੰਦਰ ਸਾਰਾ ਇੰਤਜ਼ਾਮ ਰੱਖਿਆ ਪਿਆ। ਕਾਇਆ ਹਰਿਮੰਦਰ ਆ ਰਾਮ ਸਵਾਰੇ, ਹਰੀ ਦਾ ਮੰਦਰ ਹੈ ਜਿਹਨੂੰ ਹਰਿਮੰਦਰ ਕਹਿੰਦੇ ਨੇ। ਬਾਣੀ ਦੇ ਵਿੱਚ ਬਹੁਤ ਥਾਈ ਹਰਿਮੰਦਰ ਦਾ ਜ਼ਿਕਰ ਆਉਂਦਾ, ਅੰਮ੍ਰਿਤਸਰ ਦਾ ਜ਼ਿਕਰ ਆਉਂਦਾ, ਅਤੇ ਉਹ ਹਰਿਮੰਦਰ ਆ ਸਰੀਰ ਹੈ ਸਾਧ ਸੰਗਤ ਜੀ। ਕਾਇਆ ਹਰਿਮੰਦਰ, ਕਾਇਆ ਰੂਪ ਜਿਹੜਾ ਹਰੀ ਦਾ ਮੰਦਰ ਹੈ, ਕਿਉਂਕਿ ਵਾਹਿਗੁਰੂ ਜਿੱਥੇ ਰਹਿੰਦਾ ਉਹਦਾ ਮੰਦਰ ਹੈ। ਸ਼ਿਵ ਜੀ ਦਾ ਮਹਾਰਾਜ ਜੀ ਜਿੱਥੇ ਸਥਿਤਮਾ ਉਹਨੂੰ ਸ਼ਿਵ ਮੰਦਰ ਕਹਿੰਦੇ ਨੇ, ਅਤੇ ਜਿੱਥੇ ਹਰੀ ਆਪ ਵੱਸਦਾ ਉਹਨੂੰ ਹਰਿਮੰਦਰ ਕਹਿੰਦੇ ਨੇ। ਕਾਇਆ ਹਰਿਮੰਦਰ ਹਰ ਆਪ ਸਵਾਰੇ, ਜਿਸ ਵਿੱਚ ਹਰ ਜੀ ਉਹ ਵਸੇ ਮੁਰਾਰੀ, ਉਹਦੇ ਵਿੱਚ ਮੁਰਾਰੀ ਵਾਹਿਗੁਰੂ ਇਹਦੇ ਵਿੱਚ ਵੱਸਦਾ। ਗੁਰ ਕਾ ਸ਼ਬਦ ਵਣਜਨ ਵਪਾਰੀ, ਕੋਈ ਕੋਈ ਵਪਾਰੀ ਆਉਂਦਾ ਜਿਹੜਾ ਗੁਰੂ ਤੋਂ ਸ਼ਬਦ ਲੈ ਕੇ ਵਣਜ ਕਰਦਾ, ਨਦਰੀ ਆਪ ਮਿਲਾਏ ਦਾ, ਫਿਰ ਉਹ ਦਿਆਲ ਹੋ ਜਾਇਆ ਕਰਦਾ, ਨਦਰ ਕਰ ਦਿੰਦਾ ਅਤੇ ਮਿਲਾ ਦਿਆ ਕਰਦਾ। ਸੋ ਇਹ ਸਰੀਰ ਦੇ ਅੰਦਰ ਘਰ ਹੀ ਅੰਦਰ ਸੱਚਾ ਸੋਈ, ਇਹ ਸਰੀਰ ਦੇ ਅੰਦਰ ਹੀ ਰਹਿੰਦਾ। ਹੁਣ ਦੱਸੋ ਰੱਬ ਨੂੰ ਭਾਲਣ ਬਾਹਰ ਜਾਣ ਦਾ ਤਾਂ ਕੋਈ ਆਈਡੀਆ ਨਹੀਂ, ਨੱਠਿਆ ਫਿਰਦਾ ਆਦਮੀ, ਕਦੇ ਤੀਰਥਾਂ 'ਤੇ ਜਾਂਦਾ, ਕਦੇ ਦੂਰ ਦਰਾਜ ਜਾਂਦਾ, ਕਦੇ ਕਹਿੰਦਾ ਮੈਂ ਲਾਭੇ ਚਲਾ ਜਾਵਾਂ, ਉੱਥੇ ਬੈਠ ਕੇ ਨਾਮ ਜਪਾਂ। ਨਹੀਂ ਭਾਈ, ਤੇਰੇ ਨਾਲ ਮਾਜਣਾ ਜਾਣਗੀਆਂ, ਇਹ ਫੁਰਨੇ ਤੇਰੇ ਨਾਲ ਹੀ ਜਾਣੇ ਆ, ਜਿੱਥੇ ਤੇਰਾ ਜੀ ਕਰਦਾ ਚਲਿਆ ਜਾ। ਦੇਸ਼ ਛੋੜ ਪ੍ਰਦੇਸ਼ ਸੰਧਾਇਆ ਸਦਾਇਆ, ਪੰਜ ਚ ਨਾਲ ਨਾਲੇ ਲਾਇਆ, ਇਹ ਤਾਂ ਨਾਲੇ ਜਾਣਗੇ, ਇੱਥੇ ਹੀ ਬੈਠ ਕੇ ਕਰ। ਕਰ ਗਈ ਅੰਦਰ ਸੱਚਾ ਸੋਈ, ਗੁਰਮੁਖ ਬਿਰਲਾ ਬੁੱਝਿਆ ਕੋਈ, ਨਾਮ ਰਧਾਨ ਵਸਿਆ ਘੱਟ ਅੰਤਰ, ਰਸਨਾ ਨਾਮ ਧਿਆਏ ਨਾ। ਸੋ ਬਾਹਰ ਜਾ ਕੇ ਨਹੀਂ ਕੁਛ ਬਣਨਾ, ਦਸਾਂਤਰ ਪਵਾਏ ਅੰਤਰ ਨਹੀਂ ਭਾਲੇ, ਅੰਦਰ ਦਾ ਖੋਜ ਨਹੀਂ ਕਰਦਾ। ਦੇਸਾਂ ਦਸਾਂਤਰਾਂ 'ਚ ਨੱਠਿਆ ਜਾਂਦਾ ਹੈ ਵੀ ਫਲਾਣੇ ਤੀਰਥ 'ਤੇ ਜਾ ਕੇ ਰੱਬ ਮਿਲੇਗਾ, ਫਲਾਣੇ ਮੰਦਰ 'ਚ ਜਾ ਕੇ ਮਿਲੇਗਾ, ਫਲਾਣੇ ਗੁਰਦੁਆਰੇ। ਕਈ ਕਹਿ ਪ੍ਰੇਮੀ ਕਹਿੰਦੇ ਨੇ ਜੀ ਹੇਮਕੁੰਟ ਗਏ ਸਾਨੂੰ ਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋ ਗਏ ਆਉਣੇ ਆ ਭਾਈ, ਪਰ ਬਾਣੀ ਨਹੀਂ ਇਹ ਕਹਿੰਦੀ। ਬਾਣੀ ਕਹਿੰਦੀ ਹੈ ਦਸੰਤਰ ਭਵੇ ਅੰਤਰ ਨਹੀਂ ਭਾਲੇ, ਮਾਇਆ ਮੋਹ ਵੱਧਾ ਜਮ ਕਰ ਲੇ, ਜਮ ਕੀ ਫਾਸੀ ਕਬੂ ਨਾ ਟੁੱਟੇ, ਦੂਜੇ ਪਾਏ ਪਰਮਾਏ। ਸੋ ਇਹਦੇ ਅੰਦਰ ਹੀ ਹੈ। ਕਹਿਣ ਲੱਗੇ ਸੀਤਾ ਕੀ ਜੰਗਲਾਂ 'ਚ ਫਿਰਦਾ ਹੈ? ਸੀਤਾ ਜੰਗਲ ਜੰਗਲ ਕਿਆ ਭਵੇ, ਬਣ ਕੰਡਾ ਮੋੜੀ, ਵਸੀ ਰੱਬ ਹੀ ਵਾਲੀ ਹੈ ਜੰਗਲ ਕਿਆ ਤੂੰ, ਉਹ ਤਾਂ ਤੇਰੇ ਅੰਦਰ ਰਹਿੰਦਾ। ਹੁਣ ਅੰਦਰ ਤਲਾਸ਼ ਕਿਵੇਂ ਹੋਵੇ, ਸਾਨੂੰ ਤਾਂ ਦਿੰਦਾ ਨਹੀਂ, ਅੱਖਾਂ ਦੀਆਂ ਵਿਖ ਲਓ ਸਾਰੇ, ਅੱਖਾਂ ਦਿਸਦਾ ਕਿਤੇ, ਖੋਜ ਕਰ ਲਓ, ਕਾਹਦੀ ਖੋਜ ਕਰ ਲਈਏ, ਪਤਾ ਹੀ ਨਹੀਂ ਲੱਗਦਾ ਵੀ ਕਾਹਦੀ ਖੋਜ ਕਰੀਏ। ਮਨ ਦੀ ਖੋਜ ਕਰੋ, ਮਨ ਪਤਾ ਹੀ ਨਹੀਂ ਕੀ ਚੀਜ਼ ਹੈ ਜੀ, ਕਾਹਦੀ ਖੋਜ ਕਰ ਲਈਏ, ਫੁਰਨਿਆਂ ਦੀ ਕੀ ਖੋਜ ਹੋ ਜਾਏ। ਕਹਿਣ ਲੱਗਿਆ ਮੈਨੂੰ ਗਾਹਾਂ ਵੀ ਦੱਸਦੇ, ਕਹਿੰਦੇ ਗਾਹਾਂ ਤਾਂ ਇਹੀ ਹੈ, ਤਨ ਹੱਥ ਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਕਿਰੀ ਨਾ, ਹਾਂ ਢੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਲੱਖ ਨਾ ਲੱਗੀਐ ਗੁਰਮੁਖ ਦੇ ਦਿਖਾਲ, ਕਿਸੇ ਗੁਰਮੁਖ ਨੂੰ ਮਿਲ ਜਾ। Thank you.
ਸ਼ਰਨ ਵਿੱਚ ਜਾ। ਉਹ ਪਰਮੇਸ਼ਰ ਨੂੰ ਮਿਲਿਆ ਹੋਇਆ, ਉਸਨੇ ਚਾਬੀ ਉਹਨੂੰ ਫੜਾਈ ਹੋਈ ਹੈ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰਸੋਂ ਪਾਈ, ਅਣਕ ਪਾਪ ਕਰੇ ਨਹੀਂ ਪਾਵੈ, ਬਿਨ ਸਤਪੁਰਸ਼ ਕੀ ਸਿਰਨਾ। ਸੋ ਪੂਰਾ ਦੇਖ ਲਿਆ ਜੇ ਤੈਨੂੰ ਕਿਤੇ ਲੱਭਦਾ, ਸਾਧ ਸਿੰਘ ਜੀ ਪੂਰਾ ਪਾਲਣਾ ਔਖਾ, ਲੱਭਿਆ ਨਹੀਂ ਵਾ। ਗੁਰੂ ਦਾ ਹਰੇਕ ਬਣ ਨੂੰ ਤਿਆਰ ਹੈ, ਬਣ ਵੀ ਜਾਂਦਾ ਹੈ, ਲੇਕਿਨ ਜਦ ਮੁਕਤ ਨਾ ਹੋਈ, ਕਿਸੇ ਦੀ ਰਸਤਾ ਹੀ ਨਾ ਦਿਖਾ ਸਕਿਆ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾ। ਆਪ ਡੁੱਬੇ ਚੋਂ ਵੇਦ ਨੇ ਚੇਲੇ ਦੀਏ ਵਿਹਾਏ, ਚੇਲਿਆਂ ਨੂੰ ਵੀ ਨਲਕਾਂ 'ਚ, ਕਿਉਂਕਿ ਅੰਨਾ ਗੁਰੂ ਹੈ। ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਇੱਕ ਪਿੰਡ ਗਏ ਹੋਏ, ਲੁਧਾਈ ਕੇ ਫਿਰੋਜ਼ਪੁਰ ਕੋਲ, ਉੱਥੇ ਭਾਈ ਗਿਰੀ ਚੰਦ ਆਪ ਗੁਰਸਿੱਖ ਸਾਰੇ ਖੜ੍ਹੇ ਨੇ, ਸਰਕੜਾ ਸੀ ਬਹੁਤ, ਉਹਦੇ 'ਚ ਬੜਾ ਖੜਕਾ ਹੁੰਦਾ, ਜਿਵੇਂ ਸਾਹ ਨੱਠੇ ਆਉਂਦੇ ਹੁੰਦੇ, ਭਿੜਦੇ ਹੁੰਦੇ। ਕਹਿੰਦੇ ਮਹਾਰਾਜ ਖੜਕਾ ਬਹੁਤ ਹੋ ਰਿਹਾ, ਕੀ ਚੀਜ਼ ਹੋਈ, ਨਜ਼ਰ ਆਉਂਦੀ ਨਹੀਂ ਕੋਈ ਚੀਜ਼, ਇੰਨੇ ਨੂੰ ਕੀ ਦੇਖਦੇ ਹਾਂ, ਇੱਕ ਬਹੁਤ ਵੱਡੀ ਸਰਾਲ ਉਹਨੇ ਮੂੰਹ ਕੱਢ ਲਿਆ ਬਾਹਰ, ਅਤੇ ਹੌਲੀ ਹੌਲੀ ਨਿਕਲ ਕੇ ਮਹਾਰਾਜ ਵੱਲ ਨੂੰ ਆ ਰਹੀ ਹੈ। ਕਹਿੰਦੇ ਮਹਾਰਾਜ ਆਪਦੇ ਵੱਲ ਨੂੰ ਆ ਰਹੇ ਜੀ। ਕਹਿੰਦੇ ਹਾਂ ਆ ਜਾਣ ਦੋ, ਬਹੁਤ ਦੁਖੀ ਹੈ। ਨੇੜੇ ਆ ਗਈ, ਮਹਾਰਾਜ ਨੇ ਚਰਨ ਛੁਹਾ, ਦ੍ਰਿਸ਼ਟੀ ਹੋ ਗਈ ਗੁਰੂ ਦੀ ਰਹਿਮਤ ਵਾਲੀ, ਪਾਪ ਕੱਟੇ ਗਏ ਸਾਰੇ। ਉਸ ਸੱਪ ਦੀ ਦੇਹ ਵਿੱਚੋਂ ਇੱਕ ਦੇਵ ਮੂਰਤੀ ਨਿਕਲ ਕੇ ਮਹਾਰਾਜ ਦਾ ਜਸ ਕਰਨ ਲੱਗ ਗਈ, ਵਾਰ ਵਾਰ ਬੇਨਤੀਆਂ ਕਰਦੀ ਕਿ ਸੱਚੇ ਪਾਤਸ਼ਾਹ ਤੁਹਾਡੇ ਬਗੈਰ ਕੋਈ ਨਹੀਂ ਸੀ ਜਿਹੜਾ ਮੇਰਾ ਇਹ ਦੁੱਖ ਨਿਵਾਰ ਹੁੰਦਾ, ਬੜੀ ਦੇਰ ਤੋਂ ਮੈਂ ਦੁਖੀ ਹੋ ਰਿਹਾ, ਬਹੁਤ ਦੁਖੀ ਹੋ ਰਿਹਾ। ਕਹਿਣ ਲੱਗੇ ਆਪਣੀ ਲਿਖਿਆ ਦਾ ਸੰਗਤ ਨੂੰ, ਕਹਿਣ ਲੱਗਿਆ ਮਹਾਰਾਜ ਮੈਂ ਕਲਯੁੱਗ ਦਾ ਗੁਰੂ ਹਾਂ, ਗੁਰੂ ਬਣ ਗਿਆ ਸੀ ਅਤੇ ਆਪਣੇ ਚੇਲੇ ਬਹੁਤ ਸਾਰੇ ਬਣਾ ਲਏ, ਬਹੁਤ ਸਾਰੇ ਏਜੰਟ ਰੱਖ ਲਏ, ਸਭ ਕੰਮ ਕਰ ਲਏ, ਅਤੇ ਪੈਸਾ ਬੜੀ ਬੁਰੀ ਚੀਜ਼ ਹੈ ਸਾਧ ਸੰਗਤ ਜੀ, ਜਾਇਜ਼ ਨਜਾਇਜ਼ ਤਰੀਕੇ ਨਾਲ ਜਿਵੇਂ ਵੀ ਆ ਸਕਦਾ ਕੋਸ਼ਿਸ਼ ਕਰਦਾ ਬੰਦਾ, ਲੇਕਿਨ ਉਹਦਾ ਅੰਤ ਮਾੜਾ ਹੋਇਆ ਕਰਦਾ। ਜੇ ਜ਼ਿੰਦਗੀ ਪੈਸੇ 'ਚ ਰਹਿ ਗਈ, ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਸੱਪ ਬਣ ਜਾਏਗਾ। ਕਹਿਣ ਲੱਗੇ ਮਹਾਰਾਜ ਮੇਰੀ ਸੁਰਤੀ ਬਿਰਤੀ ਰਹਿ ਗਈ ਪੈਸੇ, ਅਤੇ ਮਰਨ ਤੋਂ ਬਾਅਦ ਮੈਂ ਸੱਪ ਬਣ ਗਿਆ, ਮੇਰੀਆਂ ਕਿਤਾਬਾਂ ਲਿਖਤੀਆਂ ਸੀ ਜਿਉਂਦੇ ਜਿਉਂਦੇ ਦੀਆਂ, ਵੀ ਇਹ ਪਰਮ ਪੁਰਖ ਹੈ, ਬ੍ਰਹਮ ਗਿਆਨੀ ਹੈ, ਬਣਾ ਲਈਆਂ ਸੀ ਮੈਂ ਪੈਸੇ ਦੇ ਕੇ। ਬੇਅੰਤ ਚੇਲੇ ਮਰਨ ਤੋਂ ਬਾਅਦ ਕਦਰ ਹੋ ਜਾਇਆ ਕਰਦੀ ਹੈ, ਚਾਹੇ ਕੁਛ ਬਣਾਓ, ਉਹਦੇ ਨੂੰ ਵੱਡੇ ਤੋਂ ਵੱਡਾ ਬਣਾ ਲੈਂਦੇ ਨੇ, ਸੰਸਾਰ ਦਾ ਸੁਭਾਅ ਹੈ, ਜਿਉਂਦੇ ਦੀ ਵਿਰੋਧਤਾ ਕਰਨਗੇ, ਮਰੇ ਦੀਆਂ ਮੜੀਆਂ ਪੂਜਣਗੇ। ਮੇਰੀ ਪੂਜਾ ਸ਼ੁਰੂ ਹੋ ਗਈ, ਮੇਰੇ ਚੇਲੇ ਮੇਰਾ ਧਿਆਨ ਕਰਦੇ ਜੀ, ਸੱਚੇ ਪਾਤਸ਼ਾਹ ਸਰੀਰ ਛੱਡ ਛੱਡ ਕੇ ਮੇਰੇ ਵਿੱਚ ਆਉਂਦੇ ਗਏ, ਮੈਂ ਬੜਾ ਦੁਖੀ ਹਾਂ, ਮੇਰਾ ਮਾਸ ਖਾ ਲਿਆ ਤੋੜ ਤੋੜ ਕੇ, ਮੈਂ ਇਹਨਾਂ ਦਾ ਧਨ ਖਾਧਾ ਸੀ ਦੁਸ਼ਮਣ ਦੇ ਬਹਾਨੇ, ਅਤੇ ਇਹਨਾਂ ਨੇ ਮੇਰਾ ਮਾਸ ਚੁਣ ਲਿਆ, ਕਿਰਪਾ ਕਰੋ ਜਿੱਥੇ ਮੇਰੀ ਗੱਲ ਕਰੀ ਹੈ ਇਹਨਾਂ ਦੀ ਵੀ ਕਰ ਦਿਓ। ਮਹਾਰਾਜ ਨੇ ਜਲ ਛਡਾ ਦਿੱਤਾ ਉਹਦੇ ਉੱਤੇ, ਕੀ ਦੇਖਦੇ ਨੇ, ਮਾੜੀ ਮੰਗ ਪੜ ਗਿਆ ਕੱਕੜੀ ਮੰਗ, ਜਿਵੇਂ ਕੱਕੜੀ 'ਚ ਬੀਜ ਪਏ ਹੁੰਦੇ ਨੇ, ਐਂ ਕੁਰਬੁਲ ਕੁਰਬੁਲ ਕਰਦੇ ਨੇ ਕੀੜੇ, ਐਂ ਦੇਖੋ ਭਾਈ ਆਪ ਵੀ ਡੁੱਬ ਗਿਆ ਅਤੇ ਚੇਲੇ ਵੀ ਡੁੱਬ ਗਏ। ਕਹਿੰਦੇ ਅੰਧਾ ਗੁਰੂ ਹੋਇਆ ਕਰਦਾ, ਅੰਧਾ ਆਗੂ ਜੇਤੀਏ ਸਭ ਸਾਥ ਮਾਵੇ, ਕਾਚੇ ਗੁਰ ਤੇ ਮੁਕਤ ਨਾ, ਕੱਚਾ ਗੁਰੂ ਮੁਕਤੀ ਨਹੀਂ ਕਰ ਸਕਦਾ। ਸੋ ਇਸ ਵਾਸਤੇ ਗੁਰੂ ਜਿਹੜਾ ਹੈ ਇਹ ਪੱਕਾ ਹੀ ਹੋਇਆ ਕਰਦਾ, ਸਾਧ ਸਿੰਘ ਜੀ ਜਿਹਦੇ ਲੱਛਣ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਲਿਖੇ ਨੇ। Yeah.
ਹੋਇਆ ਕਰਦੀਆਂ ਸੰਤਾਂ ਦੀ, ਸੱਤਾਂ ਦੀ ਆਖਰੀ ਜੋ ਭੂਮਿਕਾ ਹੋਇਆ ਕਰਦਾ ਉਹਨੂੰ ਤੁਰੀਆ ਕਹਿੰਦੇ ਨੇ। ਤੁਰੀਆ ਅਤੀਤ ਸਤਿਗੁਰੂ ਦੀ ਭੂਮਿਕਾ ਹੋਇਆ ਕਰਦੀ ਹੈ, ਜਿਸ ਦੀ ਗੱਲ ਉਦੋਂ ਪਿਛਲੀ ਵਾਰੀ ਸਰਦਾਰ ਸਰਦਿਆਲ ਸਿੰਘ ਕਹਿ ਰਹੇ ਸੀ। ਉਹ ਪਰਮੇਸ਼ੁਰ ਅਤੇ ਉਹਦੇ ਵਿੱਚ ਫਰਕ ਨਹੀਂ ਹੋਇਆ ਕਰਦਾ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਕੁਝ ਜਿਸ ਤਰ੍ਹਾਂ ਮੂਲ ਮੰਤਰ ਦੇ ਅੰਦਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਤਾਂ ਗੁਰਪ੍ਰਸ਼ਾਦ, ਵਾਹਿਗੁਰੂ ਦੇ ਕੁਝ ਲੱਛਣ ਦੱਸਣ ਦਾ ਯਤਨ ਕੀਤਾ ਗਿਆ। ਇਸੇ ਤਰ੍ਹਾਂ ਨਾਲ ਸਤਿਗੁਰੂ ਦੇ ਕੁਝ ਬਾਹਰਲੇ ਰੂਪ ਦੱਸਣ ਦਾ ਯਤਨ ਕੀਤਾ ਗਿਆ ਕਿ ਸਤਿਗੁਰ ਪੁਰਖ ਅਗੰਮ ਹੈ, ਉਹਦੀ ਲੀਲਾ ਉਹਦੀ ਕਿਰਿਆ ਗਮਤਾ 'ਚ ਨਹੀਂ ਆਉਂਦੀ ਕਿਉਂਕਿ ਤਿਰਗੁਣ ਅਤੀਤ ਹੈ। ਤੁਰੀਆ ਦੇ ਵਿੱਚ ਤਾਂ ਵਰਤਦੇ ਨੇ, ਪਹੁੰਚ ਜਾਂਦੇ ਨੇ ਸਾਰੇ, ਲੇਕਿਨ ਤਿਰਗੁਣ ਅਤੀਤ ਜਿਹੜਾ ਹੋਣਾ ਹੈ ਉਹ ਪਰਮੇਸ਼ੁਰ ਹੀ ਹੋਇਆ ਕਰਦਾ ਆਪ ਹੀ। ਉਹਨੂੰ ਵਿਆਧੀ ਸਤਿਗੁਰੂ ਦੀ ਮਿਲਿਆ ਕਰਦੀ ਹੈ, ਸੰਸਾਰ ਨੂੰ ਤਾਰਨ ਵਾਸਤੇ ਆਉਂਦਾ, ਲੇਕਿਨ ਹੋਇਆ ਕਰਦਾ ਪਰਮੇਸ਼ੁਰ, ਵਾਹਿਗੁਰੂ ਹੋਇਆ ਕਰਦਾ ਆਪ। ਆਦਿ ਅੰਤ ਇੱਕ ਹੈ ਸਾਰਾ, ਸੋਈ ਗੁਰੂ ਸਮਝਿਓ ਹਮਾਰ, ਉਹ ਗੁਰੂ ਹੋਇਆ ਕਰਦਾ। ਸੋ ਐਸਾ ਜੋ ਗੁਰੂ ਹੈ ਉਹਦੀ ਗਮਤਾ 'ਚ ਨਹੀਂ ਆਉਂਦੀ ਕਿਰਿਆ। ਪੰਜੇ ਕਰਮਿੰਦਰੇ ਪੰਜੇ ਗਿਆਨ ਇੰਦਰੇ, ਕਰਮਿੰਦਰਿਆਂ ਨਾਲ ਛੋਇਆ ਨਹੀਂ ਜਾ ਸਕਦਾ, ਛੁੰਘਿਆ ਨਹੀਂ ਜਾ ਸਕਦਾ, ਦੇਖਿਆ ਨਹੀਂ ਜਾ ਸਕਦਾ। ਇਹ ਜਿਹੜਾ ਇੰਦਰੀਆਂ ਦੇ ਉੱਪਰਲੀ ਅਵਸਥਾ ਹੈ ਜੋ ਅਨੁਭਵ ਦੇ ਮੰਡਲ 'ਚ ਜਾ ਕੇ ਫੀਲ ਹੁੰਦੀ ਹੈ, ਅਨੁਭਵ ਜਿਸਦਾ ਖੁੱਲ ਜਾਵੇ ਉਸਨੂੰ ਤਾਂ ਪਤਾ ਲੱਗ ਜਾਂਦਾ, ਲੇਕਿਨ ਜਿੰਨੀ ਦੇਰ ਤੱਕ ਮੈਂ ਜੀ ਕਹਿਦੇ ਹੇਠਾਂ ਹੈ ਉਨ੍ਹਾਂ ਚਿਰ ਸਤਿਗੁਰੂ ਦੀ ਕਿਰਿਆ ਦਾ ਨਹੀਂ ਪਤਾ ਲੱਗਦਾ। ਸੋ ਅਗੰਮ ਅਗੋਚਰ ਹੈ ਅਤੇ ਨਿਰਵੈਰ ਹੈ, ਵੈਰ ਉਹਦਾ ਕਿਸੇ ਨਾਲ ਨਹੀਂ ਹੋਇਆ ਕਰਦਾ, ਨਿਰਵੈਰ ਹੁੰਦਾ। ਕਿੰਨਾ ਹੀ ਕੋਈ ਉਸਨੂੰ ਤੰਗ ਕਰੀ ਜਾਵੇ, ਦੁੱਖ ਦੇਈ ਜਾਵੇ, ਉਹ ਨਹੀਂ ਕਿਸੇ ਨਾਲ ਵੈਰ ਕਰਿਆ ਕਰਦਾ। ਨਹੀਂ ਆ ਜਿਹੜੀ ਗੱਲ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ, ਇਹ ਸਾਨੂੰ ਮੈਸੇਜ ਨਾ ਮਿਲਦਾ। ਵਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਆਮ ਕੋ ਬਾਨਾ। ਇੱਕ ਵਾਰੀ ਗੁਰੂ ਰਮੇਸ਼ ਦਾ ਅਨੰਦਪੁਰ ਸਾਹਿਬ ਦੇ ਘੇਰੇ ਦੇ ਅੰਦਰ ਬੜੀ ਦੇਰ ਤੋਂ ਯੁੱਧ ਦਾ ਸਮਾਗਮ ਰੱਖੀ ਬੈਠੇ ਸੀ, ਅਤੇ ਇੱਕ ਵਾਰੀ ਜਦੋਂ ਫੌਜ ਬਹੁਤ ਘੱਟ ਗਈ ਤਾਂ ਰੋਪੜ ਦਾ ਇੱਕ ਮੁਗਲ ਖਾਨ ਨਾਮ ਦਾ ਜਰਨੈਲ ਸੀ, ਬੜਾ ਬਹਾਦਰ ਜਰਨੈਲ ਸੀ, ਉਸਨੇ ਕਿਹਾ ਵੀ ਦੇਖੋ ਥੋੜ੍ਹੇ ਜਿਹੇ ਬੰਦੇ ਨੇ ਆਪਾਂ ਫੜ ਨਹੀਂ ਸਕਦੇ, ਅਤੇ ਅੱਜ ਮੈਨੂੰ ਮੇਰੇ ਹਵਾਲੇ ਕਰੋ ਕਮਾਨ ਸਾਰੀ, ਮੈਂ ਫੜ ਕੇ ਲਿਆਵਾਂਗਾ। ਸੋ ਅੰਮ੍ਰਿਤ ਵੇਲੇ ਤੋਂ ਯੁੱਧ ਸ਼ੁਰੂ ਹੋ ਗਿਆ, ਬੜਾ ਹੀ ਭਿਆਨਕ ਯੁੱਧ ਹੋਇਆ। ਉਹ ਥੋੜ੍ਹੇ ਸਿੰਘ ਨੇ ਗਿਣਤੀ ਦੇ, ਅਤੇ ਉਹ ਵੀ ਵੱਧ ਵੱਧ ਕੇ ਗੁਰੂ ਵਾਸਤੇ ਆਪਣੀਆਂ ਜਾਨਾਂ ਵਾਰ ਰਹੇ। ਅਖੀਰ ਨੂੰ ਸ਼ਾਮ ਪੈ ਗਈ, ਯੁੱਧ ਦਾ ਕੋਈ ਫੈਸਲਾ ਨਾ ਹੋਇਆ, ਅਤੇ ਗੁਰੂ ਮਹਾਰਾਜ ਨੇ ਸਿੰਘਾਂ ਨੂੰ ਬੁਲਾ ਕੇ ਮੁਖੀਆਂ ਨੂੰ ਸਾਰਿਆਂ ਨੂੰ ਪੁੱਛਿਆ ਵੀ ਦੱਸੋ ਅੱਜ ਯੁੱਧ ਦਾ ਕੀ ਹਾਲ ਹੈ। ਕਹਿਣ ਲੱਗੇ ਮਹਾਰਾਜ ਬੜੇ ਵੱਧ ਵੱਧ ਕੇ ਤੇਰੇ ਖਾਲਸੇ ਨੇ ਜਾਨਾਂ ਕੁਰਬਾਨ ਕਰੀਆਂ, ਪਰ ਇੱਕ ਗੱਲ ਐਸੀ ਵੀ ਹੋਈ ਹੈ ਜੋ ਸਾਨੂੰ ਚੰਗੀ ਨਹੀਂ ਲੱਗੀ। ਕਹਿਣ ਲੱਗੇ ਉਹ ਕੀ ਹੈ? ਕਹਿਣ ਲੱਗੇ ਮਹਾਰਾਜ ਇਹ ਜਿਹੜਾ ਕਨ੍ਹਈਆ ਨਾਮ ਦਾ ਸੇਵਕ ਹੈ ਤੁਹਾਡਾ, ਉਹ ਪਾਣੀ ਸਾਨੂੰ ਵੀ ਪਿਲਾਈ ਜਾਂਦਾ ਸੀ ਅਤੇ ਉਹ ਉਹਨਾਂ ਨੂੰ ਵੀ ਪਿਲਾਈ ਜਾਂਦਾ ਸੀ, ਜਿਹਨਾਂ ਨੂੰ ਅਸੀਂ ਮਾਰ ਕੇ ਸਿੱਟਦੇ ਸੀ ਉਹਨਾਂ ਨੂੰ ਪਾਣੀ ਪਿਲਾ ਦਿੰਦਾ ਸੀ, ਅਤੇ ਸਾਨੂੰ ਬਹੁਤ ਇਹ ਗੱਲ ਨਾਮਵਾਫ ਲੱਗੀ। ਗਮੋਂ ਕੱਢਦੇ ਸੀ ਪਾਣੀ ਪੀ ਕੇ ਫਿਰ ਆ ਕੇ ਸਾਡੇ ਨਾਲ ਲੜਨ ਲੱਗ ਜਾਂਦੇ ਸੀ। ਮਹਾਰਾਜ ਕਹਿੰਦੇ ਘਨੱਈਏ ਨੂੰ ਪੇਸ਼ ਕਰੋ। ਪਤਾ ਕਰਿਆ, ਕਹਿਣ ਲੱਗੇ ਜੀ ਅਜੇ ਤਾਂ ਆਏ ਨਹੀਂ ਉਹ ਯੁੱਧ ਵਿੱਚ। ਉਧਰਲੇ ਪਾਸੇ ਪਾਲਕੀਆਂ ਲੈ ਕੇ ਜ਼ਖਮੀਆਂ ਨੂੰ ਚੱਕ ਰਹੇ ਸੀ, ਲਾਲਟਣਾਂ ਉਹ ਜਲਾਏ ਹੋਏ ਸੀਗੀਆਂ, ਮਸਾਲਾ ਚਲਣਾ ਕਰਿਆ ਹੋਇਆ ਸੀ, ਅਤੇ ਇੱਕ ਆਵਾਜ਼ ਆ ਰਹੀ ਹੈ ਹਨੇਰੇ ਦੇ ਅੰਦਰ, ਤੂੰ 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 ਤੂੰ, ਇੱਕੋ ਹੀ ਆਵਾਜ਼ ਇਸ ਤਰ੍ਹਾਂ ਦੇ ਨਾਲ ਫਿਰ ਰਹੀ ਹੈ। Yeah.
ਪਛਾਣ ਲਈ ਆਵਾਜ਼, ਇੱਕ ਨਹੀਰੇ ਦੀ ਆਵਾਜ਼, ਰਾਤ ਹਨੇਰਾ ਹੈ, ਮਸਾਲਾ ਲੈ ਕੇ ਉਹ ਵੀ ਆਪਣੇ ਜਾਗੀਆਂ ਨੂੰ ਚੱਕ ਰਹੇ ਨੇ, ਇਹ ਵੀ ਚੱਕ ਰਹੇ, ਮਸਾਲ ਲੈ ਕੇ ਅੱਗੇ ਵਧੇ, ਕੀ ਦੇਖਦੇ ਨੇ, ਕਨਈਏ ਨੇ, ਭਾਈ ਕਨਈਏ ਨੇ, ਗੋਡੇ ਦੇ ਉੱਤੇ ਕਿਸੇ ਦਾ ਸੀਤ ਰੱਖਿਆ ਹੋਇਆ, ਬਹੁਤ ਜਖਮੀ, ਲਹੂ ਲੁਹਾਨ, ਪਾਣੀ ਪਾਇਆ, ਨੇਤਰ ਉਸਨੇ ਖੋਲ੍ਹੇ, ਧੀਮੀ ਆਵਾਜ਼ ਪੁੱਛਿਆ, ਕੌਣ ਹੈ ਤੂੰ? ਕਹਿਣ ਲੱਗੇ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਕਹਿਣ ਲੱਗਿਆ, ਮੈਨੂੰ ਪਾਣੀ ਪਿਲਾ ਰਿਹਾ, ਪਤਾ ਮੈਂ ਕੌਣ? ਮੈਂ ਗੁਰੂ ਗੋਬਿੰਦ ਸਿੰਘ ਦਾ ਦੁਸ਼ਮਣ ਨੰਬਰ ਇੱਕ ਹਾਂ, ਮੈਂ ਅੱਜ ਫੜਨ ਵਾਸਤੇ ਤਿਆਰੀਆਂ ਕਰਿਆ, ਪਰ ਪਿਆਰਿਆ ਧੰਨ ਹੈ ਗੁਰੂ ਗੋਬਿੰਦ ਸਿੰਘ, ਜਿਸਦੇ ਸਿੱਖ ਐਸੇ ਵੀ ਨੇ ਕਿ ਮੈਨੂੰ ਪਾਣੀ ਪਿਲਾ ਰਹੇ ਨੇ ਜਾਣ ਬੁੱਝ ਕੇ। ਕਹਿਣ ਲੱਗੇ, ਕੋਈ ਨਾ ਪ੍ਰੇਮੀਆ, ਇਹ ਸਾਡੇ ਗੁਰੂ ਨਾਨਕ ਨੇ ਨਹੀਂ ਦੱਸਿਆ। ਗੁਰੂ ਨਾਨਕ ਨੇ ਤਾਂ ਇੱਕੋ ਹੀ ਗੱਲ ਦੱਸੀ ਹੈ ਕਿ ਇਹ ਸੰਸਾਰ ਦੇ ਅੰਦਰ ਇੱਕੋ ਹੀ ਪਰਮੇਸ਼ਰ ਹੈ, ਹੋਰ ਕੋਈ ਹੈ ਨਹੀਂ, ਅਤੇ ਸਾਨੂੰ ਵੀ ਤਾਕੀਦ ਕੀਤੀ ਹੈ ਵੀ ਇੱਕੋ ਹੀ ਦੇਖਣਾ, ਦੂਜਾ ਨਹੀਂ ਦੇਖਣਾ। ਸੋ ਐਸਾ ਮਹਾਰਾਜ ਜੀ ਦਾ ਫਰਮਾਨ ਹੈ। ਤੂੰ ਦੁਸ਼ਮਣ ਜਰਨੈਲ, ਮੇਰੇ ਗੁਰੂ ਨੇ ਨਹੀਂ ਮੈਨੂੰ ਸਿਖਾਇਆ, ਮੇਰੇ ਗੁਰੂ ਨੇ ਤਾਂ ਇਹੀ ਸਿਖਾਇਆ ਕਿ ਹਰ ਥਾਂ ਦੇ ਉੱਤੇ ਮੈਂ ਹੀ ਹਾਂ। ਕਦ ਤੂੰ ਸੁਚੇਤ ਹੋਏ ਕਿ ਚੇਤਨਾ ਕੋ ਚਾਰ ਕੀਓ, ਕਦ ਤੂੰ ਅਚਿੰਤ ਹੋਏ ਕਿ ਸੋਤ ਅਚੇਤ ਹੋ, ਕਦ ਤੂੰ ਭਿਖਾਰੀ ਹੋਏ ਕਿ ਮੰਗਤ ਫਿਰਤ ਪੀ, ਕਹੋ ਮਹਾਂਦਾਨ ਹੋਏ ਕਿ ਮੰਗਿਓ ਧਨ ਦੇ ਤੋ, ਕਹੋ ਮਹਾਰਾਜਨ ਕੋ ਦੀਜ ਅਨੰਤ ਦਾਨ, ਕਹੋ ਮਹਾਰਾਜਨ ਤੇ ਛੀਨ ਛਿਜ ਲੇ ਤੋ, ਕਹੋ ਵੇਦ ਰੀਤ ਕਹੋ ਤਾਂਸੋਂ ਵਿਪਰੀਤ, ਤਿਰਗੁਣ ਅਤੀਤ ਕਹੋ ਸਰਗੁਣ ਸਮੇਤ ਹੋ। ਤਾਂ ਮੇਰੇ ਸਤਿਗੁਰੂ ਨੇ ਤਾਂ ਇਹ ਸਿਖਾਇਆ ਕਿ ਸਾਰੀਆਂ ਤਟਾਂ ਦੇ ਅੰਦਰ ਮੈਂ ਹੀ ਵੱਸ ਰਿਹਾ, ਇੱਥੇ ਪਰਮੇਸ਼ਰ ਹੈ, ਜਲ ਤਰੰਗ ਅਰ ਫੇਨ ਬੋਲੋ ਦਾ ਜਲ ਤੇ ਫਿਰ ਨਾ ਹੋਏ। ਪਾਣੀ ਪਿਲਾ ਰਹੇ ਨੇ, ਸਿੰਘ ਨੇ ਆ ਕੇ ਕਿਹਾ, ਕਨਈਆ ਇਹ ਕੀ ਕਰ ਰਹੇ ਹਾਂ? ਇਸ ਨੂੰ ਤਾਂ ਅਸੀਂ ਸਹਿਗ ਸਹਿਗ ਕੇ ਰਾਤ ਭਰ ਮੰਨ ਦੇਣਾ ਸੀ, ਤੂੰ ਪਾਣੀ ਪਿਲਾ ਰਿਹਾ। ਬਾਤਚੀਤ ਉਹਨੇ ਵੀ ਸੁਣ, ਭਾਈ ਕਨਈਏ ਨੂੰ ਬਾਂਹ ਤੋਂ ਫੜ ਕੇ ਖਿੱਚ ਲਿਆ, ਮਸ਼ਕ ਬਗਾ ਕੇ ਮਾਰੀ, ਫੜ ਕੇ ਲੈ ਆਏ ਮਹਾਰਾਜ ਜੀ ਪੇਸ਼ ਕਰਤਾ। ਰਾਤ ਵੱਡੀ ਚਲੀ ਗਈ, ਸਾਰੇ ਬੈਠੇ ਨੇ। ਮਹਾਰਾਜ ਨੇ ਬਹੁਤ ਤਾੜ ਕੇ ਪੁੱਛਿਆ, ਕਹਿੰਦੇ ਕਨਈਆ ਤੇਰੀ ਖਾਲਸਾ ਸ਼ਿਕਾਇਤ ਕਰਦਾ ਹੈ? ਕਹਿੰਦੇ ਸੱਚੇ ਪਾਤਸ਼ਾਹ, ਮੈਂ ਤਾਂ ਸਦਾ ਹੀ ਭੁੱਲਣ ਹਾਰ ਹਾਂ, ਇਹਦਾ ਤੇਰੀ ਉਹ ਕਿਰਪਾ ਹੈ ਜਿਹਦੇ ਕਰਕੇ ਤੈਂ ਸੇਵਾ ਦਿੱਤੀ ਹੋਈ ਹੈ, ਮੈਂ ਤਾਂ ਸਦਾ ਹੀ ਭੁੱਲਾਂ ਕਰਦਾ ਪਾਤਸ਼ਾਹ।
ਮੇਰੀਆਂ ਤਾਂ ਸਾਰੀਆਂ ਸ਼ਿਕਾਇਤਾਂ। ਕਹਿਣ ਲੱਗੇ ਦੱਸ ਤੂੰ ਮੁਗਲਾਂ ਨੂੰ ਪਾਣੀ ਪਿਲਾਇਆ? ਕਹਿੰਦਾ ਨਾ ਮਹਾਰਾਜ। ਅਤੇ ਕਹਿਣ ਲੱਗੇ ਮਹਾਰਾਜ ਝੂਠ ਬੋਲਦਾ, ਇਹ ਮੁਗਲ ਖਾਨ ਨੂੰ ਪਾਣੀ ਪਿਲਾ ਰਿਹਾ ਸੀ ਉਸ ਵੇਲੇ, ਜਿਹੜਾ ਜਰਨੈਲ ਆ ਜੀ ਤਹੀਆ ਕਰਕੇ ਆਇਆ ਸੀ ਕਿ ਮੈਂ ਆਪ ਨੂੰ ਪੜ ਗ੍ਰਿਫਤਾਰ ਕਰ, ਉਸ ਨੂੰ ਜਿਉਂਦਾ ਕਰ ਰਿਹਾ, ਹੁਣ ਜਾ ਕੇ ਫੇਰ ਆਏਗਾ ਉਹ। ਮਹਾਰਾਜ ਚੁੱਪ ਕਰ ਰਹੇ। ਫਿਰ ਪੁੱਛਿਆ ਕਿ ਪਹਾੜੀਆਂ ਨੂੰ ਪਾਣੀ ਪਿਲਾਇਆ? ਨਹੀਂ ਮਹਾਰਾਜ, ਮੈਂ ਉਹਨਾਂ ਨੂੰ ਨਹੀਂ ਪਿਲਾਇਆ। ਫਿਰ ਖਾਲਸੇ ਨੂੰ ਪਾਣੀ ਪਿਲਾਇਆ? ਕਹਿੰਦਾ ਨਹੀਂ ਮਹਾਰਾਜ, ਮੈਂ ਖਾਲਸੇ ਨੂੰ ਨਹੀਂ ਪਿਲਾਇਆ। ਕਹਿਣ ਲੱਗੇ ਫਿਰ ਪਾਣੀ ਕਿਹਨੂੰ ਪਿਲਾਉਂਦਾ ਰਿਹਾ? ਨੇਤਰਾਂ 'ਚੋਂ ਜਲ ਜਾਣ ਲੱਗਿਆ ਭਾਈ ਕਨਈਏ। ਕਹਿਣ ਲੱਗੇ ਸੱਚੇ ਪਾਤਸ਼ਾਹ, ਮੈਂ ਕਿਸੇ ਨੂੰ ਨਹੀਂ ਪਾਣੀ ਪਿਲਾਇਆ, ਮੈਂ ਅੰਮ੍ਰਿਤ ਵੇਲੇ ਤੋਂ ਤੈਨੂੰ ਉਹ ਪਾਣੀ ਪਿਲਾ ਰਿਹਾ। ਜਦ ਮੈਂ ਦੇਖਦਾ ਸੀ ਤਾਂ ਤੇਰਾ ਹੀ ਚਿਹਰਾ, ਤੇਰਾ ਹੀ ਸੁੰਦਰ ਲਾੜਾ, ਤੇਰੀ ਉਹ ਜਗ੍ਹਾ ਕੱਲ ਗਈ, ਮੈਨੂੰ ਤਾਂ ਦੂਜਾ ਨਜ਼ਰ ਹੀ ਨਹੀਂ ਆਇਆ, ਇੱਕ ਤੂੰ ਹੀ ਦਿਸਦਾ। ਪਤਾ ਨਹੀਂ ਕੀ ਹੋ ਗਿਆ ਮੇਰੀਆਂ ਅੱਖਾਂ ਨੂੰ, ਮੈਨੂੰ ਦੂਜਾ ਨਹੀਂ ਪਤਾ ਲੱਗਦਾ। ਜਦ ਤੋਂ ਤੈਂ ਮੇਰੇ ਸੁਰਮਾ ਪਾਤਾ ਗਿਆਨ ਦਾ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਗਨਾਸ਼, ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਕਾਸ਼। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼,
ਅਗਿਆਨ ਦਾ ਨਾਸ਼ ਆਪ ਨੇ ਕਰ ਦਿੱਤਾ, ਗਿਆਨ ਦਾ ਸੁਰਮਾ ਪਾ ਕੇ। ਮੈਨੂੰ ਤਾਂ ਹੁਣ ਕੁਛ ਦਿਸਦਾ ਹੀ ਨਹੀਂ, ਇੱਟਾ ਹੈ ਉੱਟਾ ਹੈ, ਘੱਟ 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 ਘੱਟ, ਤੂੰ ਹੀ ਤੂੰ ਹੀ ਮੋਹੇ, ਤੂੰ ਹੀ ਨਜ਼ਰ ਆਉਂਦਾ ਪਾਤਸ਼ਾਹ। ਮੈਂ ਕਿਸੇ ਨੂੰ ਪਾਣੀ ਨਹੀਂ ਪਿਲਾਇਆ, ਨਾ ਮੈਂ ਮੁਗਲਾਂ ਨੂੰ ਪਿਲਾਇਆ, ਨਾ ਮੈਂ ਹਿੰਦੂ ਫੌਜਾਂ ਨੂੰ ਪਿਲਾਇਆ, ਨਾ ਮੈਂ ਖਾਲਸਾ ਨੂੰ ਪਿਲਾਇਆ। ਜੇ ਪਿਲਾਇਆ ਹੈ ਗੁਰੂ ਗੋਬਿੰਦ ਸਿੰਘ, ਮੈਂ ਤੈਨੂੰ ਇਹ ਸਵੇਰ ਤੋਂ ਲੈ ਕੇ ਹੁਣ ਤਾਈਂ ਪਾਣੀ ਪਿਲਾਉਣਾ। ਤੇਰੀ ਉਹ ਆਵਾਜ਼ ਆ ਰਹੀ ਸੀ, ਪਾਣੀ ਪਾਣੀ ਪਾਣੀ। ਮਹਾਰਾਜ ਦੇ ਨੇਤਰਾਂ ਜਲ ਆ ਗਏ, ਆਸਣ ਤੋਂ ਉੱਠ ਕੇ ਖੜੇ ਹੋ ਗਏ, ਬੁੱਕਲ 'ਚ ਲੈ ਲਿਆ ਕਨ੍ਹਈਏ। ਕਹਿੰਦੇ ਕਨ੍ਹਈਆ ਨਿਹਾਲ ਨਿਹਾਲ ਨਿਹਾਲ, ਤੈਂ ਭੇਦ ਸਮਝ ਲਿਆ, ਇੱਥੇ ਦੂਜਾ ਨਹੀਂ ਕੋਈ ਹੈ। ਹੁਣ ਇਹ ਕਰਿਆ ਕਰ, ਗੁਰੂ ਨਾਨਕ ਦੀ ਸਿੱਖੀ ਕਮਾ ਲਈ, ਤੈਂ ਪੀ ਐੱਚ ਡੀ ਕਰ ਲਈ ਤੈਂ ਸਿੱਖੀ ਦੀ, ਅੱਗੇ ਵਾਸਤੇ ਆਹ ਮਲਮਾਂ ਨੇ ਇਹ ਫੜ ਤੋਂ, ਅਤੇ ਆਹ ਪੱਟੀਆਂ ਨੇ ਇਹ ਵੀ ਫੜ, ਅਤੇ ਜਿੱਥੇ ਮੈਨੂੰ ਪਾਣੀ ਪਿਲਾਏਗਾ ਉੱਥੇ ਮੇਰੇ ਜ਼ਖਮ ਵੀ ਧੋ ਦੀ, ਅਤੇ ਉਹਦੇ 'ਚ ਮਲਮ ਪਾ ਕੇ ਪੱਟੀ ਬਣ ਲਈ। ਕਿੱਡਾ ਬੜਾ ਆਦਰਸ਼ ਹੈ ਸਾਧ, ਸਾਰੇ ਸੰਸਾਰ ਨੂੰ ਕੁਲਾਵੇ 'ਚ ਲੈਂਦਾ ਆਦਰਸ਼, ਅਤੇ ਹੈ ਵੀ ਸੱਚ। ਇਹ ਕੋਈ ਇਮੈਜੀਨੇਸ਼ਨ ਨਹੀਂ ਹੈ ਕਿ ਵਾਹਿਗੁਰੂ ਨਹੀਂ ਸਾਰੇ। ਮਹਾਰਾਜ 'ਚ ਵਾਰ ਵਾਰ ਪੜ੍ਹ ਲਓ, ਗੁਰੂ ਗ੍ਰੰਥ ਸਾਹਿਬ ਦਾ ਮਤੇ ਅਦਵਾਇਤ ਸਿਧਾਂਤ ਹੈ ਵੀ ਇੱਥੇ ਪਰਮੇਸ਼ੁਰ ਤੋਂ ਬਗੈਰ ਹੋਰ ਹੈ ਨਹੀਂ ਕੋਈ, ਆਪੇ ਹੀ ਆਪ ਵਰਤਦਾ ਸਾਰੀਆਂ ਚੀਜ਼ਾਂ ਦੇ ਅੰਦਰ। ਸੋ ਐਸਾ ਨਿਰਵੈਰ ਸਤਿਗੁਰੂ ਚਾਹੀਦਾ ਕੀ ਸੀ? ਦੁਸ਼ਮਣ ਨੂੰ ਪਾਣੀ ਪਿਲਾਇਆ, ਉਹਦੀ ਜਰਨੈਲ ਨੂੰ ਪਿਲਾਇਆ, ਉਹਦਾ ਸਿਰ ਕਲਮ ਕਰ ਦੇਣਾ ਚਾਹੀਦਾ ਸੀ, ਲੇਕਿਨ ਨਿਰਵੈਰ ਸਤਿਗੁਰੂ ਸਿਰ ਨਹੀਂ ਕੱਟ ਰਿਹਾ, ਛਿੜਕ ਨਹੀਂ ਮਾਰ ਰਿਹਾ, ਪਿਆਰ ਕਰ ਰਿਹਾ, ਨਾਲ ਕਹਿ ਰਿਹਾ ਕਿ ਅੱਗੇ ਵਾਸਤੇ ਮੇਰੇ ਜਖਮ ਵੀ ਧੋਈ ਅਤੇ ਪੱਟੀਆਂ ਵੀ ਬੰਨੀ, ਪਾਣੀ ਵੀ ਪਿਲਾਈ, ਕਿੰਨੇ ਕੰਮ ਕਰੇ। ਸੋ ਸਤਿਗੁਰ ਪੁਰਖ ਗਮ ਹੈ ਨਿਰਵੈਰ ਨਿਰਾਲਾ, ਨਿਰਾਲਾ ਹੋਇਆ ਨਾ ਨਿਰਵੈਰ ਜੀ, ਜਾਣੋ ਧਰਤੀ ਧਰਮ ਦੀ ਸੱਚੀ ਧਰਮ ਥਾਂ, ਧਰਮ ਦਾ ਥਾਂ ਹੋਇਆ ਕਰ, ਅਤੇ ਧਰਤੀ ਹੈ ਧਰਮ ਦੀ, ਜਿਹਾ ਬੀਜੇ ਸੋ ਲਾਉਣਾ ਫਲ ਕਰਮ ਸੰਵਾਰਾ, ਜੇ ਪਿਆਰ ਬੀਜ ਤਾਂ ਪਿਆਰ ਮਿਲਦਾ, ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁੱਖ ਹੋਏ। ਇਹ ਸਹਿਸਾ ਮੂਲੇ ਨਹੀਂ, ਭਾਓ ਲਾਏ ਜਨ ਕੋਈ, ਕੋਈ ਲਾ ਕੇ ਦੇਖ ਲਓ ਪਿਆਰ ਗੁਰੂ ਦੇ ਨਾਲ, ਜਿਹਾ ਜਿਹਾ ਇਹਨੂੰ ਜਾਣੇਗਾ ਉਹ ਜਿਹਾ ਹੀ ਫਲ ਹੋਇਆ ਕਰਨਾ। ਚਾਰ ਕਿਸਮ ਨਾਲ ਗੁਰੂ ਨੂੰ ਜਾਣਦੇ ਨੇ ਸੰਸਾਰ ਦੇ ਲੋਕ। ਪਹਿਲਾ ਇਹ ਹੈ ਕਿ ਮੇਰਾ ਗੁਰੂ ਚੰਗਾ ਸੰਤ ਹੈ, ਦੂਸਰਾ ਇਹ ਭਾਵਨਾ ਹੈ ਕਿ ਮੇਰਾ ਗੁਰੂ ਸਾਰੇ ਸੰਤਾਂ ਨਾਲੋਂ ਚੰਗਾ, ਤੀਸਰੀ ਭਾਵਨਾ ਇਹ ਹੈ ਕਿ ਮੇਰਾ ਗੁਰੂ ਤਾਂ ਰੱਬ ਵਰਗਾ ਹੀ ਹੈ, ਚੌਥੀ ਭਾਵਨਾ ਹੋਇਆ ਕਰਦੀ ਹੈ ਕਿ ਮੇਰਾ ਸਤਿਗੁਰੂ ਆਪ ਇਹ ਪਰਮੇਸ਼ਰ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਬੈਠੇ ਨੇ, ਭਾਈ ਵਾਲੇ ਨੂੰ ਸਵਾਲ ਕਰਿਆ, ਕਹਿੰਦੇ ਕਿਉਂ ਭਾਈ ਵਾਲਾ, ਤੂੰ ਸੱਤ ਦੀਪ ਨੌ ਖੰਡ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰਿਹਾ, ਤੈਂ ਗੁਰੂ ਨਾਨਕ ਨੂੰ ਕੀ ਕਰਕੇ ਜਾਣਿਆ ਸੀ? ਭਾਈ ਵਾਲਾ ਜੀ ਚੁੱਪ ਹੋ ਗਏ, ਬੜੇ ਗੰਭੀਰ ਹੋ ਗਏ, ਅਤੇ ਅਖੀਰ ਉੱਤਰ ਦਿੱਤਾ, ਪਾਤਸ਼ਾਹ ਮੈਂ ਗੁਰੂ ਨਾਨਕ ਨੂੰ ਪੂਰਨ ਸੰਤ ਸਮਝਿਆ ਸੀ। ਕਹਿੰਦੇ ਅੱਛਾ ਭਾਈ ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ ਵੱਲ ਦੇਖ ਕੇ ਕਹਿਣ ਲੱਗੇ, ਬਾਬਾ ਜੀ ਤੁਸੀਂ ਵੀ ਗੁਰੂ ਨਾਨਕ ਦੇ ਨਾਲ ਆਪਣੇ ਬਾਲ ਜੀਵਨ ਤੋਂ ਹੀ ਉਹਨਾਂ ਦੇ ਦਰਸ਼ਨ ਕੀਤੇ ਨੇ ਅਤੇ ਵਚਨ ਸੁਣੇ ਨੇ ਅਤੇ ਕੌਤਕ ਦੇਖੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿਣ ਲੱਗੇ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਤਾਂ ਪੂਰਨ ਬ੍ਰਹਮ ਗਿਆਨੀ ਸੀਗੇ। ਅੱਛਾ ਭਾਈ ਤੁਸੀਂ ਬ੍ਰਹਮ ਗਿਆਨੀ। ਸਾਰੀ ਸੰਗਤ ਨੂੰ ਪੁੱਛੀ ਜਾਂਦੇ ਨੇ, ਅਖੀਰ ਸਾਰੀ ਸੰਗਤ ਨੇ ਹੱਥ ਜੋੜ ਕੇ ਪੁੱਛਿਆ ਕਿ ਸੱਚੇ ਪਾਤਸ਼ਾਹ ਸਾਡੀ ਮੱਤ ਅਧੂਰੀ ਹੈ, ਅਸੀਂ ਆਉਣੇ ਹਾਂ, ਅਸੀਂ ਸਮਝ ਨਹੀਂ ਸਕੇ ਆਪ ਦੀ ਰਮਜ ਨੂੰ, ਇਹਦੇ ਵਿੱਚ ਕੋਈ ਵੱਡਾ ਭੇਦ ਹੈ, ਆਪ ਕਿਰਪਾ ਕਰਕੇ ਦੱਸੋ ਆਪ ਗੁਰੂ ਨਾਨਕ ਨੂੰ ਕੀ ਸਮਝਦੇ ਰਹੇ? ਮਹਾਰਾਜ ਦੇ ਨੇਤਰ ਬੰਦ ਹੋ ਗਏ, ਇਹ ਕੋਇਆਂ ਦੇ ਕੋਲੋਂ ਦੋ ਹੰਝੂ ਹੇਠਾਂ ਨੂੰ ਤਿਲਕ ਪਏ। ਕਾਫੀ ਦੇਰ ਤੋਂ ਬਾਅਦ ਜਦ ਗਲਾ ਰੁਕਿਆ ਹੋਇਆ ਠੀਕ ਹੋਇਆ ਤਾਂ ਆਪ ਨੇ ਨੇਤਰ ਖੋਲ੍ਹੇ। ਉਸ ਵੇਲੇ ਕਹਿਣ ਲੱਗੇ, ਸਾਧ ਸੰਗਤ ਅਸੀਂ ਤਾਂ ਗੁਰੂ ਨਾਨਕ ਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਜਾਂਦਾ, ਸਾਰੇ ਖੰਡਾਂ ਬ੍ਰਹਮੰਡਾਂ ਦਾ ਮਾਲਕ ਆਪ ਪਾਰ ਬ੍ਰਹਮ ਪਰਮੇਸ਼ਰ ਗੁਰੂ ਸਰੂਪ 'ਚ ਪ੍ਰਗਟ ਹੋ ਕੇ ਸੰਸਾਰ ਦਾ ਉਦਾਰ ਕਰਦਾ। ਸਾਰਿਆਂ ਨੇ ਨਮਸਕਾਰ ਕਰ ਦਿੱਤੀ, ਕਹਿਣ ਲੱਗੇ ਪਾਤਸ਼ਾਹ ਤੁਸੀਂ ਤਾਂ ਹੀ ਪਰਮੇਸ਼ਰ ਬਣ ਗਏ, ਸੋ ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁੱਖ ਹੋ। ਗੁਰੂ ਨੂੰ ਜੇ ਰੱਬ ਬਣ ਮੰਨ ਲਿਆ ਰੱਬ ਹੋਏਗਾ, ਜੇ ਕੋਈ ਮਨੁੱਖ ਮੰਨ ਲਿਆ ਮਨੁੱਖ ਹੋਏਗਾ, ਉਹ ਜਿਹਾ ਹੀ ਆਧਾਰ ਹੋਏਗਾ। ਮਹਾਰਾਜ ਕਹਿੰਦੇ ਨੇ ਕਿ
परमेश्वर ते गुरु जिहड़ा है ਇਹ ਇੱਕੋ ਹੀ ਸਰੂਪ ਹੋਇਆ ਕਰਦਾ। ਤੁਰਿਆ ਅਤੀਤ ਅਵਸਥਾ ਪਰਮੇਸ਼ਰ ਦੀ ਹੈ, ਵਾਹਿਗੁਰੂ ਦੀ ਹੈ, ਅਤੇ ਤੁਰਿਆ ਅਤੀਤ ਅਵਸਥਾ ਹੀ ਗੁਰੂ ਦੀ ਹੋਇਆ ਕਰਦੀ ਹੈ। ਇਸ ਤਰ੍ਹਾਂ ਦੇ ਨਾਲ ਪ੍ਰਮਾਣ ਕਰਦੇ ਨੇ। ਪਰਖਣਾ ਚਾਹੁੰਦੇ ਨੇ ਗੁਰੂ ਸ਼ਕਤੀਆਂ ਦੇ ਨਾਲ। ਅੱਗੇ ਗਏ ਤਾਂ ਇਹਦੀ ਅੰਤਰ ਦੀ ਭਾਵਨਾ ਦੇਖ ਕੇ ਇਹ ਕੁਤਬਦੀਨ ਜੀ ਬੱਚਿਆਂ ਦੇ ਨਾਲ ਗੇਂਦ ਖੇਲ ਰਹੇ ਸੀ। ਉਹਨਾਂ ਨੇ ਉੱਤੇ ਨੂੰ ਗੇਂਦ ਮਾਰੀ, ਬੱਚੇ ਪੁੱਛਦੇ ਸੀ। ਜਦ ਫਰੀਦ ਜੀ ਆਏ ਜਲਦੀ ਉਹਨਾਂ ਨੇ ਮਾਰੀ, ਫਰੀਦ ਨੇ ਉੱਤੇ ਨੂੰ ਦੇਖਿਆ ਗੇਂਦ ਉੱਤੇ ਹੀ ਰੋਕ ਦਿੱਤੀ। ਦੇਖਿਆ ਵੀ ਕੌਣ ਆ ਗਿਆ, ਸਾਹਮਣੇ ਦੇਖਿਆ ਬੰਦਾ ਖੜਾ। ਉਹਨਾਂ ਨੇ ਨਿਗਾਹ ਕੀਤੀ ਗੇਂਦ ਸਾਰੀ, ਬੱਚਿਆਂ ਨੂੰ ਭੇਜ ਦਿੱਤਾ। ਇਹਨੇ ਜਾ ਕੇ ਸਿੱਧਾ ਕਰਿਆ, ਕਹਿਣ ਲੱਗੇ ਮਾਲਕ ਮੈਂ ਮਰੀਦ ਬਣਨ ਵਾਸਤੇ ਆਇਆ। ਕਹਿੰਦੇ ਮਰੀਦ ਬਣਨਾ ਹੈ ਤੇ ਮੁਰਸ਼ਦ ਬਣਨਾ ਹੈ? ਮਰੀਦ ਤਾਂ ਐਂ ਬਣੀ ਦਾ ਨਹੀਂ ਹੁੰਦਾ। ਜਾਂ ਤੈਨੂੰ ਅਜੇ ਅਧਿਕਾਰੀ ਨਹੀਂ, ਤੂੰ ਅਧਿਕਾਰੀ ਮਰੀਦ ਬਣਨ ਦਾ ਜਾਂ ਫੇਰ ਆਈ, ਦੁਬਾਰਾ ਫੇਰ ਆਇਆ। ਉਸ ਵੇਲੇ ਕੀ ਦੇਖਦਾ ਉਹਦਾ ਮੁਰਸ਼ਦ, ਇੱਕ ਸੁੱਕੇ ਹੋਏ ਦਰਖਤ ਦੇ
ਬੁੱਢ ਹੇਠ ਬੈਠਾ, ਉਹਦੀ ਧੁੱਪ ਪੈ ਰਹੀ ਹੈ, ਜੇਠ ਦਾ ਮੀਂਹ। ਇਹਨੇ ਕਿਹਾ ਵੀ ਕਿਤੇ ਸਵੇਰੇ ਸਮਾਧੀ ਲਾਈ ਹੋਣੀ ਹੈ ਅਤੇ ਧੁੱਪ ਉੱਧਰ ਚਲੀ ਗਈ, ਕਿਉਂ ਨਾ ਛਾਂ ਕਰਦਾ। ਨਿਗਾਹ ਕੀਤੀ, ਉਹ ਦਰੰਗ ਦੇ ਟਾਣੇ ਨਿਕਲੇ, ਪੱਤੇ ਨਿਕਲੇ। ਉਹਨਾਂ ਨੇ ਵੀ ਨੇਤਰ ਖੋਲ੍ਹੇ, ਨੇਤਰ ਖੋਲ੍ਹ ਕੇ ਦੇਖਿਆ, ਕਹਿਣ ਲੱਗੇ ਵੀ ਉਹੀ ਬੰਦਾ। ਉੱਪਰ ਨੂੰ ਨੇਤਰ ਕਰੇ, ਸਾਰੇ ਫਿਰ ਸੁੱਕੇ। ਫਿਰ ਇਹਨੇ ਸਿੱਧਾ ਕਰਿਆ ਆ ਕੇ, ਕਹਿਣ ਲੱਗਿਆ ਮਹਾਰਾਜ ਮੈਨੂੰ ਮਰੀਦ ਬਣਾ ਲਓ। ਕਹਿੰਦੇ ਮਰੀਦ ਬਣਨ ਦੇ ਤੂੰ ਕਾਬਲ ਨਹੀਂ ਹੈ, ਮਰੀਦ ਐਂ ਨਹੀਂ ਬਣੀ ਦਾ। ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਮੇਰੀ ਬੁੱਧੀ ਅਲਪਾਗ ਹੈ, ਆਪ ਦੱਸ ਦਿਓ ਕਿ ਮੈਂ ਕਿਸ ਤਰ੍ਹਾਂ ਮਰੀਦ ਬਣ ਸਕਦਾ। ਉਹ ਕਹਿਣ ਲੱਗੇ ਜੇ ਮਰੀਦ ਬਣਨਾ ਹੈ ਤਾਂ ਮੁਰਦਾ ਹੋਣਾ ਪੈਂਦਾ। ਬਣ ਕੇ ਆਇਆ, ਮਰ ਕੇ ਆ ਗਏ ਸਾਡੇ ਕੋਲ ਆਉਣਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਾ, ਹੋ ਸਵਨ ਕੀ ਰਹਿਣ ਕਾ ਸੌ ਹਮਾਰੇ ਪਾਸ। ਤੈਂ ਤਪੱਸਿਆ ਕੀਤੀ ਹੈ, ਸ਼ਕਤੀਆਂ ਤੇਰੇ ਪਾਸ, ਇਹ ਛੱਡ ਕੇ ਆ ਸਾਡੇ ਕੋਲ, ਮੁਰਦਾ ਬਣ ਪਹਿਲਾਂ ਆਪਣਾ ਆਪ ਮਾਰ ਕੇ ਆ, ਮੈਂ ਨੂੰ ਮਾਰ ਕੇ ਆ ਸਾਡੇ ਕੋਲ। ਸਾਵਰ ਸਿਦਕ ਸ਼ਹੀਦ ਭਰਮ ਪੋਖੋ, ਸਾਵਰ ਹੋਣਾ ਚਾਹੀਦਾ, ਸਿਦਕ ਹੋਣਾ ਚਾਹੀਦਾ, ਸ਼ਹੀਦ ਹੋਣਾ ਚਾਹੀਦਾ। ਗੋਲਾ ਮੁੱਲ ਖਰੀਦ ਕਾਰੇ ਜੋ, ਗੁਲਾਮ ਬਣ ਕੇ ਗੁਰੂ ਦੇ ਕੋਲ ਆਓ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਇਸ ਸੇਵਕ ਕਾਰਜ। ਅਸੀਂ ਤਾਂ ਸਰਦਾਰ ਬਣ ਕੇ ਆਉਂਦੇ ਹਾਂ, ਵੱਡੇ ਗਿਆਨੀ ਬਣ ਕੇ ਆਉਂਦੇ ਹਾਂ, ਵੱਡੇ ਪ੍ਰਚਾਰਕ ਬਣ ਕੇ ਆਉਂਦੇ ਹਾਂ। ਗੁਰੂ ਨਾਲ ਸਾਡਾ ਕੀ ਸੰਬੰਧ? ਗੁਰੂ ਦਾ ਸੰਬੰਧ ਹੈ ਮੁਰਦਿਆਂ ਦੇ ਨਾਲ, ਮਰਿਆ ਹੋਇਆਂ ਦੇ ਨਾਲ। ਉਹ ਕਹਿੰਦਾ ਜਿਉਂਦੇ ਨਹੀਂ ਮੈਨੂੰ ਚਾਹੀਦੇ, ਮੈਂ ਜੀਵਨ ਲੈਣਾ। ਤੂੰ ਤਾਂ ਜਿਉਂਦਾ ਆ ਗਿਆ, ਤੈਨੂੰ ਮੈਂ ਸਦਾ ਦਾ ਜੀਵਨ ਕਿਵੇਂ ਦੇਵਾਂਗਾ, ਅਮਰ ਜੀਵਨ ਕਿਵੇਂ ਦੇਵਾਂਗਾ? ਪਹਿਲਾਂ ਆਪਣਾ ਆਪਾ ਮਾਰ, ਫਿਰ ਆ ਸਾਡੇ ਪਾਸ, ਫਿਰ ਤੂੰ ਬਣ ਜਾਏਗਾ ਕੁਛ। ਜਿਹੜਾ ਕੁਛ ਅਸੀਂ ਸਾਤੋਂ ਭਾਲਦੇ ਹਾਂ ਉਹ ਤੈਨੂੰ ਦੇ ਦਾਂਗੇ, ਸਦਾ ਵਾਸਤੇ ਅਮਰ ਕਰ ਹੋ ਜਾਏਗਾ। ਇੱਕ ਗੁਲਾਮ ਖਰੀਦਿਆ ਕਿਸੇ ਬਾਦਸ਼ਾਹ ਨੇ, ਗੁਲਾਮ ਬੜਾ ਚੰਗਾ ਸੀ, ਉਹਦਾ ਤੁਰਨਾ ਫਿਰਨਾ, ਬੈਠਣਾ ਉੱਠਣਾ ਦੇਖ ਕੇ ਉਹਦੇ ਮਨ 'ਚ ਕਾਫੀ ਪ੍ਰਭਾਵ ਪਿਆ। ਨਿਆਂਕਾਰੀ ਬਾਦਸ਼ਾਹ ਸੀ ਕੋਈ, ਬੜਾ ਰਹਿਮ ਦਿਲ,
ਉਹਨੇ ਕਿਹਾ ਵੀ ਬੰਦਾ ਗੁਲਾਮੀ 'ਚ ਆ ਗਿਆ ਕਿਸੇ ਕਾਰਨ ਕਰਕੇ, ਪਰ ਫਿਰ ਵੀ ਚਾਹੇ ਮੁੱਲ ਲਿਆ, ਇਹਦੇ ਵੀ ਕੋਈ ਰਾਈਟ ਹੱਕ ਹਕੂਕ ਤਾਂ ਹੈ, ਮੈਂ ਪੁੱਛ ਲਾਂ। ਇਹ ਕਹਿਣ ਲੱਗਿਆ ਗੁਲਾਮ ਕੋ ਪੇਸ਼ ਕਰੋ। ਗੁਲਾਮ ਲੈ ਆਉਂਦਾ ਉਹਨਾਂ ਨੇ, ਕਹਿਣ ਲੱਗੇ ਆ ਗੁਲਾਮ ਤੂੰ ਇਹ ਦੱਸ ਤੇਰਾ ਨਾਮ ਕੀ ਹੈ, ਕੱਪੜੇ ਕਿਹੋ ਜਿਹੇ ਪਹਿਨਣੇ ਚਾਹੁੰਦਾ, ਖਾਣਾ ਕਿਹੋ ਜਿਹਾ ਖਾਣਾ ਚਾਹੁੰਦਾ, ਅਤੇ ਸੌਣਾ ਕਰ ਚਾਹੁੰਦਾ ਅਤੇ ਜਾਗਣਾ ਕਰ ਚਾਹੁੰਦਾ, ਦੋਵੇਂ ਹੱਥ ਜੋੜ ਲਏ। ਕਹਿਣ ਲੱਗੇ ਮਾਲਕ ਜਦੋਂ ਮੈਂ ਸੁਤੰਤਰ ਸੀ ਉਸ ਵੇਲੇ ਮੇਰਾ ਨਾਮ ਸੀ, ਮੈਂ ਖਾਂਦਾ ਵੀ ਮਰਜ਼ੀ ਦਾ ਸੀ, ਪਹਿਨਦਾ ਮਰਜ਼ੀ ਦਾ ਸੀ, ਸੌਂਦਾ ਮਰਜ਼ੀ ਨਾਲ ਸੀ, ਉੱਠਦਾ ਮਰਜ਼ੀ ਨਾਲ ਸੀ। ਹੁਣ ਮੈਂ ਮੁੱਲ ਵਿਕਿਆ ਹੋਇਆ ਗੁਲਾਮ ਹਾਂ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿੱਤ ਲਾਇਆ ਜਿੱਤ ਲਾ। ਕਹਿਣ ਲੱਗੇ ਮਾਲਕ ਮੇਰਾ ਨਾਮ ਕੋਈ ਨਹੀਂ, ਜੋ ਨਾਮ ਤੁਸੀਂ ਧਰ ਦੋਗੇ ਉਹ ਮੈਨੂੰ ਮਨਜ਼ੂਰ ਹੈ, ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਜਿਹਾ ਰੱਖ ਲਓ। ਕੱਪੜੇ ਜਿਹੜੇ ਤੁਸੀਂ ਪਹਿਨਣ ਨੂੰ ਦਿਓਗੇ, ਪਾਟੇ ਹੋਏ ਦਿਓਗੇ ਪਾਟੇ ਪਹਿਨ ਲਾਂਗਾ, ਗੰਦੇ ਦਿਓਗੇ ਗੰਦੇ ਪਹਿਨ ਲਾਂਗਾ, ਚੰਗੇ ਦਿਓਗੇ ਚੰਗੇ ਪਹਿਨ ਲਾਂਗਾ, ਇਹ ਤੁਹਾਡੀ ਮਰਜ਼ੀ ਹੈ, ਮੇਰੀ ਮਰਜ਼ੀ ਨਹੀਂ। ਕਿਉਂਕਿ ਮੇਰੀ ਮਰਜ਼ੀ ਉਨ੍ਹਾਂ ਚਿਰ ਸੀ ਜਿੰਨਾ ਚਿਰ ਮੈਂ ਸੀਗਾ, ਹੁਣ ਮੈਂ ਦੇਖ ਗਿਆ ਮੇਰੀ ਮਰਜ਼ੀ ਖਤਮ ਹੋ ਗਈ। ਸੋ ਮਾਲਕ ਮੈਂ ਖਾਣਾ ਕੀ ਹੈ, ਜੋ ਖਾਣ ਨੂੰ ਦੇ ਦੋਗੇ ਉਹ ਮੈਂ ਖਾ ਲੈਣਾ ਰੱਬ ਦਾ ਸ਼ੁਕਰ ਕਰਕੇ, ਜਦੋਂ ਜਗਾ ਲਉਂਗੇ ਮੈਂ ਉੱਠ ਕੇ ਹਾਜ਼ਰਾਂ, ਜਦੋਂ ਕਹਿ ਦੋਗੇ ਪੈ ਜਾ ਮੈਂ ਪੈ ਜਾਵਾਂਗਾ, ਮੇਰਾ ਜਾਗਣਾ ਸੌਣਾ ਮੇਰੇ ਬਸ ਵਿੱਚ ਨਹੀਂ ਹੈ। ਸੋ ਜਿਹੜਾ ਹੋਏ ਗਿਆ ਮੁਰਦਾ ਗੁਲਾਮ ਹੋ ਗਿਆ, ਗੁਲਾਮ ਦੀ ਕੋਈ ਮਰਜ਼ੀ ਨਹੀਂ ਹੋਇਆ ਕਰਦੀ। ਕਹਿਣ ਲੱਗੇ ਫਰੀਦਾ ਗੁਲਾਮ ਬਣਨਾ ਪੈਂਦਾ, ਗੋਲਾ ਮੁੱਲ ਖਰੀਦ ਕਾਰੇ ਜੋ ਬਣਾ, ਨਾ ਤਿਸ ਨੀਂਦ ਫੋਕਟ, ਨਾ ਤਿਸ ਭੁੱਖ ਨਾ ਨੀਂਦ, ਨਾ ਖਾਣਾ ਸੋਗਣਾ, ਪੀਣ ਹੋਏ ਜਲੀਲ ਪਾਣੀ ਧੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਪੱਖਾ ਵੀ ਕਰਨਾ, ਪੈਰ ਵੀ ਧੋਣੇ ਨੇ, ਪਾਣੀ ਵੀ ਧੋਣਾ, ਅਤੇ ਫਿਰ ਕਦੇ ਗੁੱਸਾ ਨਹੀਂ ਕਰਨਾ, ਕਦੇ ਸ਼ਿਕਵਾ ਨਹੀਂ ਕਰਨਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰ ਮਰਤ ਧੋਵਣਾ, ਚੰਦ ਮੁਬਾਰਕ ਈਦ ਉਗ ਖਲੋ। ਸੋ ਗੁਰੂ ਕੋਲ ਜਿਉਂਦੇ ਨਹੀਂ ਆਇਆ ਕਰਦੇ, ਮਰ ਕੇ ਆਇਆ ਕਰਦੇ, ਸਰੀਰ ਨੇ ਭੁੱਲ ਮੰਨ ਆਪਣਾ ਤਨ ਮਨ ਸਭ ਸੌਂਪਤਾ ਗੁਰੂ ਨੂੰ, ਮੁਰਸ਼ਿਦ ਨੂੰ ਸੌਂਪਤਾ, ਸੇਵਾ ਕਰਨੀ ਸ਼ੁਰੂ ਕਰ, ਦਿਨ ਰਾਤ ਸੇਵਾ ਕਰਦਾ, ਬਰਤਨ ਮਾਂਜਦਾ, ਝਾੜੂ ਦਿੰਦਾ, ਵਸਤਰ ਧੋਂਦਾ, ਉਸ ਤੋਂ ਇਲਾਵਾ ਅੰਮ੍ਰਿਤ ਵੇਲੇ ਜਲ ਗਰਮ ਕਰਕੇ ਦਿੰਦਾ ਅਤੇ ਉਹਦਾ ਇਸ਼ਨਾਨ ਕਰਾਉਂਦਾ। ਇਸ ਤਰ੍ਹਾਂ ਕਰਦੇ ਕਰਦੇ ਬੇਅੰਤ ਸਮਾਂ ਲੰਘ ਗਿਆ, 12 ਸਾਲ ਲੰਘ ਗਏ। ਮੁਰਸ਼ਿਦ ਨੇ ਮੁੜ ਕੇ ਨਹੀਂ ਫਰੀਦ ਨੂੰ ਬੁਲਾਇਆ, ਸਾਨੂੰ ਤਾਂ ਮਾੜਾ ਜਿਹਾ ਨਾ ਕੋਈ ਬੁਲਾਵੇ, ਜਿਹਦੇ ਗੁੱਸੇ ਹੋ ਜਾਂਦੇ ਹਾਂ ਵੀ ਬੁਲਾਇਆ ਹੀ ਨਹੀਂ, ਮੈਂ ਗਿਆ ਸੀ, ਗੁੱਸੇ ਥਾਂ ਆਉਂਦੇ ਹਾਂ ਕਿਉਂਕਿ ਮੈਂ ਹਾਂ ਉਹਦੇ ਵਿੱਚ, ਜਿਹਦੇ 'ਚ ਮੈਂ ਨਹੀਂ ਹੈ ਉਹ ਨਹੀਂ ਹੋਇਆ ਕਰਦਾ, ਉਹ ਖੁਸ਼ ਹੀ ਰਹਿੰਦਾ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਬਖਸ਼ੇ ਤਾਂ ਵਡਿਆਈ, ਝਿੜਕਦਾ ਤਾਂ ਵੀ ਵਧੀਆ ਲੱਗਦਾ, ਜੇ ਬਖਸ਼ ਦਿੰਦਾ ਤਾਂ ਵੀ ਵਡਿਆਈ ਆ ਉਹਦੀ। ਸੋ ਇਹ ਰਿਸ਼ਤਾ ਪਿਆਰ ਨਹੀਂ ਕਰਦਾ ਜਿੰਨਾ ਚਿਰ ਇਸ ਤਰ੍ਹਾਂ ਦੀ ਅਵਸਥਾ ਨਹੀਂ ਆਉਂਦੀ ਗੁਰੂ ਅਤੇ ਸਿੱਖ ਦੀ। ਸੋ ਇਸ ਤਰ੍ਹਾਂ ਸਮਾਂ ਲੰਘਦਾ ਗਿਆ, ਅੱਜ ਗੁਰੂ ਨੇ ਦੇਖਿਆ ਵੀ ਇਹ ਮਰ ਚੁੱਕਿਆ ਹੈ, ਕਿਤੇ ਇਹਦੇ 'ਚ ਹੋਂਦ ਹੈ, ਕੋਈ ਆਪਣੀ ਅੰਤ ਹੈ। ਸੋ ਉਸ ਮੁਰਸ਼ਿਦ ਨੇ ਸ਼ਕਤੀ ਦੇ ਨਾਲ ਬਹੁਤ ਜ਼ਿਆਦਾ ਹਨੇਰੀ ਮੀਂਹ ਲਿਆ ਕੇ ਜਿੱਥੇ ਅੱਗ ਰੱਖਿਆ ਕਰਦਾ ਸੀ ਉਹ ਅੱਗ ਦਾ ਥਾਂ ਜਿਹੜਾ ਸੀ ਗਿੱਲਾ ਕਰਕੇ ਅੱਗ ਬੁਝਾ ਦਿੱਤੀ, ਅਤੇ ਅੱਜ ਆਪ ਅੰਮ੍ਰਿਤ ਵੇਲੇ ਜਾਗਦੇ ਨੇ, ਅਤੇ ਮੁਰਸ਼ਿਦ ਵਾਸਤੇ ਸਰਦੀ ਦਾ ਮਹੀਨਾ, ਪਾਣੀ ਗਰਮ ਕਰਨ ਵਾਸਤੇ ਅੱਗ ਦੇ ਪਾਸ ਗਏ, ਹੈਰਾਨ ਹੋ ਗਏ ਵੀ ਉਹ ਤਾਂ ਪਾਣੀ ਨਾ ਭਰਿਆ ਪਿਆ, ਅੱਗ ਬੁਝ ਗਈ, ਹਨੇਰੀ ਰਾਤ ਹੈ ਅਤੇ ਬਹੁਤ ਚੱਖੜ ਚੱਲ ਰਿਹਾ, ਮੀਂਹ ਪੈਂਦਾ, ਬਾਹਰ ਨਿਕਲਣ ਨੂੰ ਵੀ ਬੜਾ ਮੁਸ਼ਕਲ ਹੋ ਰਿਹਾ। ਸੋ ਐਸੀ ਅਵਸਥਾ ਦੇ ਅੰਦਰ ਸੋਚ 'ਚ ਪੈ ਗਏ ਵੀ ਕੀ ਕੀਤਾ ਜਾਵੇ, ਕਿਸ ਤਰ੍ਹਾਂ ਦੇ ਨਾਲ ਆਪਣਾ ਨੇਮ ਪੂਰਾ ਕੀਤਾ ਜਾਵੇ। ਉਸ ਵੇਲੇ ਆਪ ਜੀ ਉਸੇ ਮੀਂਹ ਦੇ ਅੰਦਰ ਸ਼ਹਿਰ ਵੱਲ ਨੂੰ ਚੱਲ ਪੈਂਦੇ ਨੇ, ਫਰੀਦਾ ਗਲੀਆਂ ਚਿੱਕੜ ਦੂਰ ਕਰ, ਮੇਰਾ ਨਾਲ ਪਿਆ ਰਹਿੰਦਾ, ਚਲਾਂ ਤਾਂ ਭਿੱਜੇ ਕੰਬਲੀ ਰਾਹ ਤਾਂ ਟੁੱਟੇ, ਭਿੱਜੋ ਸਿੱਜੋ ਕੰਬਲੀ ਅੱਲੋ ਵਰਸੇ ਨੇ, ਕਹਿੰਦੇ ਆ ਅੱਲਾ ਮੀਂਹ ਤੂੰ ਵਰਸਾਇਆ ਵਰਸਾਈ ਚੱਲ, ਕੋਈ ਪਰਵਾਹ ਨਹੀਂ ਭਿੱਜ ਜਾਣ ਦੇ ਕੰਬਲੀ, ਪਰ ਮੇਰਾ ਪਿਆਰ ਨਾ ਟੁੱਟ ਜਾਵੇ, ਕਿਤੇ ਮੇਰਾ ਨਿਉ ਨਾ ਟੁੱਟ ਜਾਵੇ, ਇਸ ਤਰ੍ਹਾਂ ਨਾ ਸਮਾਉਂਦਾ।
ਦੀਪਕ ਜਲਾ ਪਤੰਗ ਬਣ ਗਿਆ। ਫਿਰ ਦੇਖਣਾ ਹੱਟਾ ਜਲ ਵਿੱਚੋਂ ਫੜ ਕੱਢੀਏ ਮੱਛ ਨਿਉ ਨਾ ਕੱਟਾ ਹੈ ਕੰਡਾ ਹੇੜੇ ਮਿਰਗ ਜਿਉਂ ਸੁਣ ਨਾਦ ਪਲਟਾ ਭਵਰੇ ਵਾਸ ਬਣਾਸ ਹੈ ਫੜ ਕਬਲ ਸਗਟਾ ਗੁਰਮੁਖ ਸੁਖ ਫਲ ਪਿਰਮ ਰਸ ਬਹੁ ਬੰਧਨ ਕੱਟਾ ਹੈ ਧੰਨ ਧੰਨ ਗੁਰਸਿੱਖ ਵੰਸ਼ ਤਨ ਗੁਰਮੁਖ ਨਿਧ ਖੱਟਾ। ਪਰਵਾਹ ਨਹੀਂ ਕਰੀ ਤਕਲੀਫਾਂ ਦੀ ਇਹਨੇ ਸੋਚਿਆ ਕਿ ਗੁਰੂ ਨੂੰ ਕਹਿ ਦਾਂਗੇ ਮੁਰਸ਼ਿਦ ਨੂੰ ਵੀ ਮਹਾਰਾਜ ਅੱਗ ਤਾਂ ਵਧ ਗਈ ਸੀ ਪਾਣੀ ਕਿੱਥੋਂ ਗਰਮ ਕਰ ਲਿਆ। ਹਿੰਮਤ ਕੀਤੀ ਸ਼ਹਿਰ ਵੱਲ ਨੂੰ ਚਲਿਆ ਗਿਆ ਅੱਗ ਦੀ ਤਲਾਸ਼ ਕਰ ਰਿਹਾ ਸਾਰਾ ਸ਼ਹਿਰ ਸੁੱਤਾ ਪਿਆ ਘੂਕ ਨੀਂਦ ਦੇ ਅੰਦਰ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਜਾਗਦੇ ਨੇ ਪਰਮੇਸ਼ਰ ਦੇ ਪਿਆਰੇ ਸੰਸਾਰ ਸੌਂਇਆ ਕਰਦਾ ਮੈਨੂੰ ਜਾਗ ਨਹੀਂ ਜੀ ਆਉਂਦੀ ਨੀਂਦ ਆਉਂਦੀ ਹੈ ਕਾਰਨ ਕੀ ਹੈ ਕੋਈ ਕਿਰਪਾ ਕਰੋ ਕਿਰਪਾ ਕਰਦੀ ਹੈ ਪਿਆਰ ਦੀ ਘਾਟ ਹੈ ਤੇਰੇ ਅੰਦਰ ਤੇਰੇ ਅੰਦਰ ਖਿੱਚ ਨਹੀਂ ਹੈ ਪਰਮੇਸ਼ਰ ਦੀ ਉਦੋਂ ਬੇਮੁੱਖ ਹੋ ਕੇ ਸੌਣ ਦੇ ਵਿੱਚ ਜ਼ਿਆਦਾ ਆਨੰਦ ਚਾਹੁੰਦੇ ਜੇ ਖਿੱਚ ਹੋਵੇ ਤਾਂ ਆਪਣੇ ਪ੍ਰੀਤਮ ਦੇ ਰਾਹ ਮਿਲ ਕੇ ਬੈਠਣ ਵਿੱਚ ਜ਼ਿਆਦਾ ਆਨੰਦ ਹੈ ਤੇ ਸ਼ਹਿਰ ਸੁੱਤਾ ਪਿਆ ਸਾਰਾ ਇੱਕ ਘਰ ਦੇ ਵਿੱਚ ਰੋਸ਼ਨੀ ਨਜ਼ਰ ਆਈ ਦਰਵਾਜ਼ਾ ਖੜਕਟਾਇਆ ਅੰਦਰੋਂ ਆਵਾਜ਼ ਆਈ ਕੌਣ ਕਹਿਣ ਲੱਗੇ ਮੈਂ ਫਰੀਦ ਕੌਣ ਫਰੀਦ ਕਹਿਣ ਲੱਗੇ ਮੈਂ ਮੁਰਸ਼ਦ ਦਾ ਮਰੀਦ ਹਾਂ ਕਹਿਣ ਲੱਗੀ ਆਵਾਜ਼ ਆਈ ਬੜੀ ਖੜਕਵੀਂ ਫਰੀਦਾ ਇਹ ਘਰ ਪੀਰਾਂ ਮਰੀਦਾਂ ਦਾ ਨਹੀਂ ਹੈ ਇੱਥੇ ਤਾਂ ਨਰਕ ਦੇ ਟਿਕਟ ਮਿਲਦੇ ਨੇ ਖੁੰਬੀ ਨਰਕ ਦੇ ਸੇਜ ਸੋਹਣੀ ਚੰਦਨ ਚੋਹਾ ਨਰਕ ਘੋਰ ਦਾ ਦੁਆਰ ਇਹ ਤਾਂ ਨਰਕ ਘੋਰ ਦਾ ਦੁਆਰ ਹੈ ਤੂੰ ਕਿੱਥੇ ਆ ਗਿਆ ਬੇਸ਼ਵਾ ਦਾ ਘਰ ਹੈ ਬੀਬੀ ਮੈਨੂੰ ਤੇਰੇ ਨਹੀਂ ਕੰਮ ਹੈ ਕਿਰਪਾ ਕਰ ਮੇਰੇ ਤੇ ਰਹਿਮ ਕਰ ਦਰਵਾਜ਼ਾ ਖੋਲ ਮੇਰੀ ਬੇਨਤੀ ਦਰਵਾਜ਼ਾ ਖੋਲਿਆ ਫਰੀਦ ਨੇ ਅੰਦਰ ਪੈਰ ਰੱਖੇ ਕਹਿਣ ਲੱਗੀ ਕੀ ਕੰਮ ਹੈ ਤੈਨੂੰ ਮੇਰੇ ਤੇ ਫਰੀਦਾ ਇਹ ਪਾਪ ਦਾ ਘਰ ਹੈ ਇਹ ਸਾਧੂਆਂ ਸੰਤਾਂ ਦਾ ਘਰ ਨਹੀਂ ਹੈ ਦੱਸ ਕੀ ਕੰਮ ਹੈ ਕਹਿਣ ਲੱਗੀ ਬੀਬਾ ਮੇਰੇ ਮੁਰਸ਼ਦ ਦੇ ਇਸ਼ਨਾਨ ਦਾ ਵਕਤ ਹੋ ਗਿਆ ਅੱਗ ਬੁਝ ਗਈ ਤੇ ਤੂੰ ਕਿਰਪਾ ਕਰ ਮੈਨੂੰ ਅੱਗ ਦੇ ਦੇ ਤਾਂ ਕਿ ਮੈਂ ਅੱਗ ਜਾ ਕੇ ਇਸ਼ਨਾਨ ਕਰਾ ਦੇ ਸਖਤ ਹੋ ਗਈ ਗੁੱਸਾ ਆ ਗਿਆ ਕਿ ਬੇਵਕਤ ਆ ਕੇ ਰੌਲਾ ਪਾਇਆ ਮਾੜੀ ਜਿਹੀ ਗੱਲ ਪਿੱਛੇ ਕਹਿਣ ਲੱਗੀ ਫਰੀਦਾ ਅੱਗ ਤਾਂ ਮੁਫ਼ਤ ਨਹੀਂ ਮਿਲਣੀ ਕਿਵੇਂ ਮਿਲੇਗੀ ਕਹਿੰਦੇ ਸਰੀਰ ਦਾ ਕੋਈ ਅੰਗ ਕੱਟ ਕੇ ਦੇ ਦੇ ਮੈਨੂੰ ਅੱਗ ਦੇ ਦੇ ਹੁਣ ਫਰੀਦ ਸੋਚਦਾ ਵੀ ਮੇਰਾ ਤਾਂ ਕੁਛ ਵੀ ਨਹੀਂ ਹੈ ਮੈਂ ਤਾਂ ਆਪਣਾ ਮੁਰਸ਼ਦ ਮਨਾਉਣਾ ਤੇ ਮੁਰਸ਼ਦ ਨੇ ਮੇਰੇ ਤੋਂ ਪਹਿਲਾਂ ਹੀ ਸਭ ਕੁਛ ਲੈ ਲਿਆ ਸੀ ਜੇ ਸਭ ਕੁਛ ਦੇ ਕੇ ਵੀ ਮੁਰਸ਼ਦ ਰਾਜ਼ੀ ਹੋ ਜਾਵੇ ਗੁਰੂ ਰਾਜ਼ੀ ਹੋ ਜਾਵੇ ਤਾਂ ਵੀ ਸੌਦਾ ਸਸਤਾ ਹੈ ਇਸ ਤਰ੍ਹਾਂ ਨਾਲ ਮਹਾਰਾਜ ਕਰਵਾਉਂਦੇ ਨੇ ਗੁਰਾਂ ਨੂੰ ਮਨਾ ਸਭ ਕੁਛ ਅਰਪਣ ਕਰ ਦਵਾਂ ਹੀਓ ਦਿਓ ਸਭ ਤਨ ਮਨ ਅਰਪੋ ਸੀਸ ਚਰਨ ਪਰ ਰੱਖ ਪਰ ਮਿਲ ਜਾਵੇ ਮੇਰਾ ਹੁਕਮ ਕਮਾਲ ਕਹਿਣ ਲੱਗੇ ਬੀਬੀ ਦੱਸ ਕਿਹੜਾ ਅੰਗ ਕੱਟ ਕੇ ਦੇਵਾਂ ਕਹਿੰਦੇ ਫਰੀਦਾ ਅੱਖ ਦਾ ਦੇਲਾ ਦੇ ਅੱਖ ਅੱਗੇ ਕਰਦੀ ਕੱਢ ਲਓ ਕਹਿੰਦੀ ਮੈਂ ਨਹੀਂ ਕੱਢਣੀ ਆਪ ਕੱਢ ਕੇ ਦੇ ਫਰੀਦ ਨੇ ਅੱਖ ਕੱਢ ਕੇ ਦੇਤੀ ਸਾਧ ਸੰਗਤ ਜੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣਕਾ ਤੋ ਹਮਾਰੇ ਪਾਸ ਜੇ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਰੀ ਗਲੀ ਇਸ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਵਾਪਸ ਆ ਗਿਆ ਪੱਟੀ ਬੰਨੀ ਹੋਈ ਮੁਰਦਾ ਮੁਰਸ਼ਦਾ ਇਸ਼ਨਾਨ ਕਰਾਉਦਾ
ਅੰਮ੍ਰਿਤ ਵੇਲਾ ਹੋਇਆ, ਪੀਰ ਜੀ ਨੇ ਬੁਲਾ ਲਿਆ, ਕਹਿਣ ਲੱਗੇ ਫਰੀਦ ਨੂੰ ਬੁਲਾਓ। ਫਰੀਦ ਆ ਗਿਆ, ਕਹਿਣ ਲੱਗੇ ਫਰੀਦਾ ਅੱਖ ਬੰਨੀ ਹੈ, ਕੁਛ ਨਹੀਂ ਦੱਸਿਆ। ਕਹਿੰਦਾ ਮਹਾਰਾਜ ਆਈ ਹੋਈ ਹੈ, ਪੰਜਾਬੀ 'ਚ ਦੁਖਦੀ ਨੂੰ ਕਹਿੰਦੇ ਨੇ ਆਈ ਹੋਈ। ਕਹਿੰਦੇ ਜੇ ਆਈ ਹੋਈ ਹੈ ਫਿਰ ਨਹੀਂ ਅੱਖ ਬੰਨੀ ਦੀ ਹੁੰਦੀ, ਗਈ ਬੰਨੀ ਦੀ ਹੁੰਦੀ। ਅੱਖ ਖੋਲ੍ਹ ਦਿੱਤੀ, ਅੱਖ ਸਵਾਈ, ਪ੍ਰਸੰਨ ਹੋ ਗਿਆ, ਬਿਨਾਂ ਦੱਸੇ ਹੀ ਸਭ ਕੁਝ ਜਾਣ ਗਿਆ। ਉਸ ਵੇਲੇ ਬੁੱਕਲ 'ਚ ਲੈ ਲਿਆ, ਪਿਆਰ ਕੀਤਾ, ਬ੍ਰਹਮ ਗਿਆਨ ਦਾ ਉਪਦੇਸ਼ ਦੇ ਤਾ। ਕਹਿੰਦੇ ਫਰੀਦਾ ਹਵਾ ਉਸ ਦੇਖ, ਜਿੱਥੇ ਤੱਕ ਤੇਰੀ ਨਿਗਾਹ ਜਾਂਦੀ ਹੈ ਵਾਹਿਗੁਰੂ ਹੈ, ਵਾਹਿਗੁਰੂ ਹੈ, ਅੱਲਾ ਹੀ ਅੱਲਾ। ਹਵਾ ਦੋਸਤ ਦੇਖ, ਜਿੰਨਾ ਕੁਛ ਵੀ ਤੈਨੂੰ ਨਜ਼ਰ ਆਉਂਦਾ ਹੈ ਸਾਰਾ ਉਹਦੇ ਵਿੱਚ ਹੈ, ਉਹਨਾਂ ਸਾਰਿਆਂ ਦੇ ਵਿੱਚ ਉਹ ਹੈ। ਅੱਖ ਖੋਲ੍ਹ ਦਿੱਤੀ, ਗੁਰੇ ਦਿਖਾਏ ਮੋਇਨਾ, ਕੀਤਾ ਉੱਤਾ ਘੱਟ 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 ਘੱਟ, ਤੂੰ ਹੀ ਤੂੰ ਹੀ ਮੋਇਨਾ। ਨਿਗਾਹ ਦੇ ਵਿੱਚ ਆ ਗਿਆ, ਕਹਿਣ ਲੱਗੇ ਜੋ ਕੁਛ ਵੀ ਨਜ਼ਰ ਆਉਂਦਾ ਹੈ ਦੇਖ, ਪੰਜ ਕਿਸਮ ਦੇ ਭਰਮ ਪਏ ਹੋਏ ਨੇ ਆਦਮੀ, ਭੇਦ ਭਰਮ ਹੈ, ਕਰਤੱਤਵ ਭਰਮ ਹੈ, ਸੰਗ ਭਰਮ ਹੈ, ਜਗਤ ਦੇ ਬ੍ਰਹਮ ਦੇ ਨਿਸ਼ੇ ਫਰਕ ਦਾ ਭਰਮ ਹੈ, ਜਗਤ ਨੂੰ ਪਰਮੇਸ਼ਰ ਦਾ ਵਿਕਾਰ ਸਮਝਣ ਦਾ ਭਰਮ ਹੈ। ਸੋ ਇਹ ਸਾਰੇ ਭਰਮ ਜਿਹੜੇ ਨੇ ਤੋੜ ਦਿੱਤੇ ਹੋਏ, ਇੱਕ ਜਣਾ ਦਿੱਤਾ, ਸਾਰੇ ਦੂਰ ਕਰਤੇ ਪੰਜਾਂ ਕੋਸ਼ਾਂ ਤੋਂ ਪਿੱਛੇ, ਅੰਤਸ਼ਕਰਨ ਤੋਂ ਪਿੱਛੇ ਪੰਜਾਂ ਤੱਤਾਂ, ਪੰਜ ਪੱਚੀ ਪ੍ਰਕਿਰਤੀਆਂ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ, ਮਨ, ਬੁੱਧ, ਚਿੱਤ ਅਤੇ ਅਹਿਮ ਭਾਵ ਤੋਂ ਪਿੱਛੇ ਜੋ ਪਰਿਪੂਰਨ ਆਤਮਾ ਹੈ, ਬ੍ਰਹਮ ਦੀਸੇ ਬ੍ਰਹਮ ਸੁਣੀਏ, ਏਕ ਏਕ ਬਖਾਣੀਏ ਆਤਮ ਬਸਾਰਾ ਕਰਨ ਹਾਰਾ ਪ੍ਰਭ ਬਿਨਾਂ ਨਹੀਂ ਜਾਣੀਏ, ਪ੍ਰਤੱਖ ਕਰਕੇ ਸਾਖੀ ਚੇਤਨ ਦੇ ਨਾਲ ਮਿਲਾਤਾ। ਕਹਿਣ ਲੱਗੇ ਫਰੀਦਾ ਦੇਖ ਕੀ ਨਜ਼ਰ ਆਉਂਦਾ। ਕਹਿਣ ਲੱਗਿਆ ਮੈਂ ਕੀ ਦੇਖਾਂ ਮੁਰਸ਼ਦ, ਤੂੰ ਹੀ ਤੂੰ ਨਜ਼ਰ ਆਉਂਦਾ ਹੈ, ਅੱਲਾ ਹੀ ਅੱਲਾ ਨਜ਼ਰ ਆਉਂਦਾ, ਦੂਜਾ ਹੈ। ਇਸ ਕਰਕੇ ਸਾਧ ਸੰਗਤ ਜੀ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸਭ ਪਾਈ, ਅਨਕ ਪਾਪ ਕਰੇ ਨਹੀਂ ਪਾਵੇ ਬਿਨ ਸਤਿਗੁਰਸ਼। ਸੋ ਗੁਰੂ ਦੀ ਸ਼ਰਨ ਆਏ ਤੋਂ ਬਗੈਰ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਸਾਨੂੰ ਗੁਰੂ ਮਿਲਿਆ ਹੋਇਆ, ਸ਼ਬਦ ਗੁਰੂ ਦੀ ਕਿਰਪਾ, ਲੇਕਿਨ ਬੜੇ ਸਾਵਧਾਨ ਹੋਣਾ ਪੈਂਦਾ। ਮੈਂ ਪਿੱਛੇ ਹੀ ਬੇਨਤੀ ਕਰੀ ਸੀ, ਸ਼ਬਦ ਗੁਰੂ ਨੂੰ ਸਮਝੋ, ਗੁਰੂ ਗ੍ਰੰਥ ਸਾਹਿਬ ਨੂੰ ਨਾ ਛੱਡੋ। ਸਾਹਿਬ ਜਿੱਦਣ ਛੱਡਦਾ ਉਦਣ ਰੁੜ ਜਾਓਗੇ, ਕੋਈ ਨਹੀਂ ਬਾਹ ਫੜਨਾ। ਗੁਰੂ ਗ੍ਰੰਥ ਸਾਹਿਬ ਪੜ੍ਹਿਆ ਕਰੋ, ਵਿਚਾਰਿਆ ਕਰੋ, ਬਸ਼ੱਕ ਮੱਥੇ ਘੱਟ ਟੇਕ ਲਓ, ਬਾਣੀ ਵਿਚਾਰ ਲਓ, ਬਾਣੀ ਨੂੰ ਵਿਚਾਰੋ ਕੀ ਕਹਿੰਦੀ। ਚੌਲ ਕਰੀ ਜਾਂਦੇ ਹੋ ਤੁਸੀਂ, ਰੁਮਾਲੇ ਚਾੜੀ ਜਾਂਦੇ ਹੋ, ਬਾਣੀ ਨਹੀਂ ਵਿਚਾਰ, ਬਾਣੀ ਵਿਚਾਰੋ। ਬਾਣੀ ਤਾਂ ਐਸੀ ਹੈ ਗੁਰੂ ਨਾਨਕ ਦੀ, ਅੱਜ ਦੇ ਐਟਮ ਵਾਲੇ ਯੁੱਗ ਨੂੰ ਰਾਹ ਦਿਖਾਉਣ ਵਾਲੀ ਹੈ, ਉਹਦਾ ਭਰਮ ਕੱਢਣ ਵਾਲੀ ਹੈ ਵੀ ਰੂਸ ਕੋਈ ਨਹੀਂ ਹੈ, ਅਮਰੀਕਾ ਕੋਈ ਨਹੀਂ, ਸਭ ਪਰਮੇਸ਼ਰ ਹੈ। ਪਰਮੇਸ਼ਰ ਹੈ, ਕਿਉਂ ਮਾਰ ਰਹੇ ਹੋ ਇੱਕ ਦੂਜੇ ਨੂੰ, ਅਸੀਂ ਪ੍ਰਚਾਰ ਨਹੀਂ ਕਰ ਸਕੇ ਇਹਦਾ। ਸੋ ਸਮਝੋ ਇਸਨੂੰ, ਇਹਦੀ ਬਦਤਣ ਨੂੰ ਸਮਝੋ ਅਤੇ ਸਹੀ ਤਰੀਕੇ ਨਾਲ ਧਾਰਨ ਕਰੋ, ਅਤੇ ਇਹਨਾਂ ਨੂੰ ਪ੍ਰਤੱਖ ਗੁਰੂਆਂ ਦੀ ਦੇ ਜਾਣ ਕੇ, ਜੋ ਵਚਨ ਹੈ ਸੋ ਸਿੱਖ ਸਖਾ ਬੰਧਪ ਹੈ ਪਾਈ, ਜੇ ਗੁਰ ਕੇ ਪਾਣੀ ਵਿੱਚ ਆ। ਇਹ ਦੇਖੋ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ, ਉਹ ਗੱਲ ਮੰਨ ਲਓ, ਆਪਣੇ ਪਾਣੇ ਜੋ ਚਿੜੇ ਪਾਈ ਸੋ ਵਿਛੜ ਚੋਟਾਂ ਖਾ। ਅਸੀਂ ਵਿਛੜ ਜਾਵਾਂਗੇ, ਚੋਟਾਂ ਖਾਵਾਂਗੇ, ਦੁਖੀ ਹੋਵਾਂਗੇ, ਸੰਭਲ ਜੋ ਅਜੇ ਸੰਭਲ ਦਾ ਮੌਕਾ ਹੈ। ਬਾਣੀ ਦੇ ਵਿਚਾਰ ਕਰੋ, ਬਾਣੀ ਨੂੰ ਕਮਾਓ, ਸਮਝਣ ਦਾ ਯਤਨ ਕਰੋ। ਗੁਰੂ ਬੋਲਦਾ ਹੈ, ਗੁਰੂ ਪ੍ਰਤੱਖ ਗਿਆਨ ਕਰੇ, ਬੇਅੰਤ ਨੂੰ ਪ੍ਰਾਪਤੀ ਹੋਈ ਹੈ, ਬੇਅੰਤ ਹੋਰਾਂ ਨੂੰ ਪ੍ਰਾਪਤੀ ਹੋਈ। ਸੋ ਹੁਣ ਤੇ ਸਮਾਂ ਜਾਗ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ, ਅਤੇ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਗੁਰੂ ਸਤਿਗੁਰ 'ਚ ਬੋਲਣਗੇ।